ਰਾਤ ਮੇਰਾ ਲੜਕਾ ਕਹਿੰਦਾ ਡੈਡੀ ਮੇਰੀ ਘਰ ਦੀ ਕਹਿੰਦੀ ਆ ਵੀ ਤੁਸੀਂ ਨਾ ਡੀਏ ਆ ਵੀ ਲੈ ਕੇ ਆਉਣੇ ਨੇ ਬੈਂਡ ਵਾਜਿਆਂ ਵਾਲੇ ਵੀ ਚਾਹੀਦੇ ਨੇ ਵਧੀਆ ਜਿਹੜੀਆਂ ਡਾਂਸਰਾਂ ਵੀ ਸਿਰੇ ਦੀਆਂ ਚਾਹੀਦੀਆਂ ਨੇ ਅਤੇ ਮੈਂ ਚਲੋ ਔਖਾ ਸੌਖਾ ਹੋ ਗਿਆ ਅੜਤ ਗਏ ਤੋਂ ਕੁਝ ਪੈਸੇ ਫੜੇ ਅਸੀਂ ਜਾਣ ਲੱਗੇ ਡੇਢ ਲੱਖ ਦੇ ਡਾਲਰ ਦਿੱਤੇ ਉਹ ਜਾਂਦਿਆਂ ਨੇ ਲੜਕੀ ਨੇ ਪਹਿਲਾਂ 1300 ਡਾਲਰ ਲੈ ਲਏ ਮੇਰਾ ਜਿਹੜਾ ਕੁੜਮ ਸਾਹਿਬ ਮੈਨੂੰ ਹਰ ਵਾਰੀ ਮੈਨੂੰ ਇਹੋ ਜਿਹੇ ਨੇ ਕਹਿਣਾ ਤੁਸੀਂ ਤਾਂ 80 ਮਾਡਲ ਦੇ ਬੰਦੇ ਜੀ ਉਹ ਨਾ ਆਹ ਮੈਸੇਜ ਆਇਆ ਸੀ ਕਿਸੇ ਮੁੰਡੇ ਦਾ ਆਹ ਜਿਹੜਾ ਮੇਰੇ ਮੈਂ ਲੜਕੇ ਨੇ ਕਿਹਾ ਤੈਨੂੰ ਮੈਸੇਜ ਕਹਿੰਦਾ ਆਉਂਦਾ ਕਨੇਡਾ ਪੁਲਿਸ ਦਾ ਫੋਨ ਆਇਆ ਵੀ ਤੁਹਾਡਾ ਮੁੰਡਾ ਜੇਲ੍ਹ 'ਚ ਇਹਦੀ ਜ਼ਬਾਨਤ ਕਰਾ ਜਦੋਂ ਇਹਨਾਂ ਦੇ ਘਰੇ ਗਏ ਮਿਹਨਤ ਤਰਲਾ ਕੀਤਾ ਇਹਨਾਂ ਦੇ ਪੈਰੀ ਪੱਗਾਂ ਵੀ ਰੱਖੀਆਂ ਵੀ ਭਾਈ ਸਾਡੇ ਕੋਲ ਪੈਸੇ ਹੈ ਨਹੀਂ ਗੇ ਸਾਡਾ ਮੁੰਡਾ ਛਡਵਾਓ ਇਹਨਾਂ ਨੇ ਸਾਨੂੰ ਠੋਕ ਕੇ ਜਵਾਬ ਦਿੱਤਾ ਤੁਹਾਡਾ ਮੁੰਡਾ ਸਾਰੀ ਉਮਰਾਂ ਜੇਲ੍ਹ 'ਚ ਰਹੇਗਾ 34-35 ਲੱਖ ਰੁਪਇਆ ਹੁਣ ਤਾਂ ਹੀ ਸਾਡਾ ਲੱਗ ਗਿਆ ਬਾਅਦ ਦੇ 'ਚ ਇਹ ਵੀ ਕਹੀ ਗਏ ਨੇ ਤੂੰ ਹੁਣ ਕੁੜੀ ਦੇ ਨਾਂ ਜ਼ਮੀਨ ਲਵਾ ਮੈਂ ਕਿੱਥੋਂ ਜ਼ਮੀਨ ਲਵਾ ਦਿਆਂ ਮੈਂ ਇੱਥੋਂ ਮੈਨੂੰ ਟੋਰਚਰ ਕਰਾ ਦੇ ਤੁਹਾਡੇ ਸਾਰੇ ਜੀ ਮਰਵਾ ਦੇਣੇ ਨੇ ਅਤੇ ਉੱਥੇ ਕਨੇਡਾ ਦੇ ਵਿੱਚ ਵੀ ਮੈਨੂੰ ਆਉਂਦੇ ਨੇ ਅਜੇ ਤੇਰਾ ਮੁੰਡਾ ਵੀ ਮਰਵਾ ਦੇ ਸਤਿ ਸ਼੍ਰੀ ਅਕਾਲ ਜੀ ਹਮਦਰਦ ਟੀ ਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਮੈਂ ਹਾਂ ਕੁਲਦੀਪ ਘੋਲੀਆ ਦਰਸ਼ਕੋ ਸਾਡੇ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਨੌਜਵਾਨਾਂ ਦਾ ਮੰਨਣਾ ਹੈ ਕਿ ਸਾਡੇ ਇਸ ਦੇਸ਼ ਦੇ ਵਿੱਚ ਸਾਡੀ ਪੜ੍ਹਾਈ ਦੀ ਕੀਮਤ ਨਹੀਂ ਪੈਂਦੀ ਸਾਡਾ ਇੱਥੇ ਫਿਊਚਰ ਨਹੀਂ ਸਾਡਾ ਚੰਗਾ ਭਵਿੱਖ ਇੱਥੇ ਸਾਡੇ ਦੇਸ਼ ਵਿੱਚ ਨਹੀਂ ਅਸੀਂ ਵਿਦੇਸ਼ ਦੀ ਧਰਤੀ 'ਤੇ ਜਾਵਾਂਗੇ ਅਸੀਂ ਆਪ ਸੈਟਲ ਹੋਵਾਂਗੇ ਔਰ ਆਪਣੇ ਪਰਿਵਾਰ ਨੂੰ ਸੈਟਲ ਕਰਾਂਗੇ ਜਿਨ੍ਹਾਂ ਦਾ ਕੋਈ ਵੀ ਜ਼ਰੀਆ ਨਹੀਂ ਬਣਦਾ ਤਾਂ ਉਹ ਆਈਲੈਟਸ ਵਾਲੀਆਂ ਕੁੜੀਆਂ ਲੱਭਦੇ ਨੇ ਆਈਲੈਟਸ ਵਾਲੀਆਂ ਕੁੜੀਆਂ ਲੱਭ ਕੇ ਉਹਨਾਂ 'ਤੇ ਵਿਆਹ ਦਾ ਖਰਚਾ ਕਰਕੇ ਸਾਰੀ ਪੜ੍ਹਾਈ ਦਾ ਫੀਸਾਂ ਭਰ ਕੇ ਆਪਣੇ ਬੱਚੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਬਹੁਤ ਸਾਰੇ ਪਰਿਵਾਰ ਉਹਨਾਂ ਦੇ ਵਿੱਚੋਂ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਸੈਟਲ ਵੀ ਹੋ ਜਾਂਦੇ ਨੇ ਪਰ ਕੁਝ ਪਰਿਵਾਰ ਜਿਹੜੇ ਇਸ ਤਰ੍ਹਾਂ ਦੀ ਕਹਾਣੀ ਦੇ ਵਿੱਚੋਂ ਇਸ ਤਰ੍ਹਾਂ ਕੀਤੇ ਉਹਨਾਂ ਦੇ ਸੌਦੇਬਾਜ਼ੀਆਂ ਦੇ ਵਿੱਚੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਸ਼ਾਦੀਵਾਲਾ 'ਚ ਪਹੁੰਚੇ ਹਾਂ ਇੱਕ ਪਰਿਵਾਰ ਨੂੰ ਮਨਾਉਣ ਜਾ ਰਹੇ ਹਾਂ ਜੋ ਖੁਦ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਉਹ ਪਰਿਵਾਰ ਦਾ ਮੰਨਣਾ ਹੈ ਕਹਿਣਾ ਕਿ ਸਾਡੇ ਨਾਲ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਗਈ ਆ ਬੇਸ਼ੱਕ ਸਾਡਾ ਬੱਚਾ ਵਿਦੇਸ਼ ਦੀ ਧਰਤੀ 'ਤੇ ਚਲਾ ਗਿਆ ਅੱਜ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਕੀ ਗੱਲਬਾਤ ਆ ਕੀ ਕਹਾਣੀ ਆ ਤੁਹਾਡੀ ਗੱਲਬਾਤ ਮੁਖਤਿਆਰ ਸਿੰਘ ਨਾਲ ਸ਼ਾਦੀਵਾਲਾ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਆ ਉਹਨਾਂ ਨਾਲ ਕਰਵਾਉਣ ਜਾ ਰਹੇ ਹਾਂ ਮੁਖਤਿਆਰ ਸਿੰਘ ਜੀ ਸਭ ਤੋਂ ਪਹਿਲਾਂ ਹਮਦਰਦ ਟੀਵੀ 'ਤੇ ਤੁਹਾਡਾ ਸਵਾਗਤ ਹੈ ਸਵਾਗਤ ਆ ਜੀ ਤੁਹਾਡਾ ਬਾਈ ਜੀ ਗੱਲ ਕੀ ਹੈ ਤੁਹਾਡਾ ਬੇਟਾ ਜਿਹੜਾ ਵਿਦੇਸ਼ ਦੀ ਧਰਤੀ 'ਤੇ ਚਲਾ ਗਿਆ ਕਨੇਡਾ ਦੀ ਧਰਤੀ 'ਤੇ ਚਲਾ ਗਿਆ ਕੀ ਕਹਾਣੀ ਕੀ ਆ ਤੁਸੀਂ ਆਈਲੈਟਸ ਵਾਲੀ ਕੁੜੀ ਲੱਭੀ ਵਿਆਹ ਕਰਤਾ ਕੁੜੀ ਚਲੀ ਗਈ ਬੇਟਾ ਚਲਿਆ ਗਿਆ ਹੁਣ ਕੀ ਸਮੱਸਿਆ ਕੀ ਆ ਰਹੀ ਹੈ ਕੀ ਕਹਾਣੀ ਕੀ ਹੈ ਸਮੱਸਿਆ ਬਾਈ ਜੀ ਇਸ ਤਰ੍ਹਾਂ ਵੀ ਅਪ੍ਰੈਲ 18 ਦੇ ਵਿੱਚ ਅਸੀਂ ਮਿਲਣ ਵਾਸਤੇ ਇੰਦਰਜੀਤ ਰਾਜਾਂ ਵਾਲੇ ਕੋਲ ਗਏ ਉਹਨਾਂ ਨੂੰ ਦੱਸਿਆ ਵੀ ਅਸੀਂ ਆਈਲੈਟਸ ਵਾਲੀ ਕੋਈ ਕੁੜੀ ਹੈਗੀ ਤੁਹਾਡੇ ਕੋਲ ਅਤੇ ਕਿਵੇਂ ਆਪਾਂ ਮੁੰਡਾ ਬਾਹਰ ਭੇਜਣਾ ਹੈ ਮੁੰਡਾ BA ਪੜ੍ਹਿਆ ਹੋਇਆ ਅਸੀਂ ਅਤੇ ਉਹਨੇ ਕਹਿ ਤਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਕੁੜੀ ਅਸੀਂ ਪਤਾ ਕਰ ਲਈ ਉਹਨਾਂ ਪਤਾ ਕੀਤਾ ਫੋਨ 'ਤੇ ਗੱਲਬਾਤ ਹੋ ਗਈ ਇਹ ਖੱਪਿਆਂ ਵਾਲੇ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਖੱਪਿਆਂ ਵਾਲੇ 'ਤੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਤਾਂ ਕੁੜੀ ਪਹਿਲਾਂ ਮੁੰਡੇ ਨੂੰ ਦੇਖਣ ਆਏ ਘਰ ਬੈਠੇ ਆਏ ਚਾਰੇ ਪਿਓ ਪੁੱਤਰ ਆਏ ਅਤੇ ਇਹਨਾਂ ਨੇ ਆਣ ਕੇ ਮੈਂ ਇਹ ਗੱਲ ਕੀਤੀ ਵੀ ਅਸੀਂ ਕੋਈ ਸ਼ੈ ਨਹੀਂ ਗੇ ਖਾਂਦੇ ਪੀਂਦੇ ਮੀਟ ਸ਼ਰਾਬ ਵਗੈਰਾ ਅਸੀਂ ਨਾ ਹੀ ਲੈਣਾ ਨਾ ਦੇਣਾ ਕੋਈ ਲੈਣਾ ਦੇਣਾ ਨਹੀਂ ਕੀਤਾ ਅਸੀਂ ਸਿਰਫ ਚੁੰਨੀ ਚੜਾਵੇ ਦੀ ਗੱਲ ਕੀਤੀ ਸੀ ਜਿਹੜਾ ਕਿ ਇਹਨਾਂ ਨੇ ਪਹਿਲਾਂ ਤਾਂ ਮੰਗਣੀ ਹੋਈ ਉਦੋਂ ਬਾਅਦ ਦੇ ਵਿੱਚ ਅਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ 5,65,000 ਰੁਪਇਆ ਪਾ ਤਾ ਉਦੋਂ ਬਾਅਦ ਚਲੋ ਵਿਆਹ ਦੇ ਇਹਨਾਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਤੁਸੀਂ 5,65,000 ਪਾਇਆ ਇਹ ਮੈਂ ਆਪਣੀ ਲੜਕੀ ਜਿਹੜੀ ਮੈਂ ਨੂੰਹ ਬਣਾਈ ਸੀਗੀ ਮੈਂ ਆਪਦੀ ਲੜਕੀ ਬਣਾਈ ਸੀਗੀ ਵੀ ਮੇਰੀ ਲੜਕੀ ਹੈ ਕਿਉਂਕਿ ਆਪਾਂ ਨੂੰਹਾਂ ਨਹੀਂ ਕਹਿ ਸਕਦੇ ਮੇਰੀ ਲੜਕੀ ਸੀਗੀ ਨਾਮ ਕੀ ਹੈ ਉਸ ਲੜਕੀ ਦਾ ਜਿਹੜੀ ਤੁਸੀਂ ਧੀ ਬਣਾਈ ਨੂੰਹ ਬਣਾਈ ਉਸ ਲੜਕੀ ਦਾ ਨਾਮ ਕੀ ਹੈ ਰਾਜਵੀਰ ਕੌਰ ਜੀ ਅਤੇ ਉਹ ਬਾਅਦ ਦੇ ਵਿੱਚ ਜਦੋਂ ਵਿਆਹ ਆਇਆ ਇਹਨਾਂ ਨਾਲ ਚੁੰਨੀ ਚੜਾਵੇ ਦੀ ਗੱਲ ਕੀਤੀ ਸਾਨੂੰ ਨਹੀਂ ਸੀ ਇਹ ਗੱਲਾਂ ਦਾ ਪਤਾ ਵੀ ਸਾਡੇ ਨਾਲ ਕੀ ਖੁਸ਼ ਹੋ ਰਿਹਾ ਇਹਨਾਂ ਨੇ ਟਾਈਮ 'ਤੇ ਜਦੋਂ 2 ਦਿਨ 1 ਦਿਨ ਰਹਿ ਗਿਆ ਰਾਤ ਫੋਨ ਆਇਆ ਲੜਕੀ ਦਾ ਮੇਰੇ ਲੜਕੇ ਨਾਲ ਕਿਸ ਚੀਜ਼ 'ਚ 1 ਦਿਨ ਰਹਿ ਗਿਆ ਜੀ ਵਿਆਹ ਦੇ ਵਿੱਚ 1 ਦਿਨ ਰਹਿ ਗਿਆ ਸੀ ਅਤੇ ਇਹਨਾਂ ਨੇ ਰਾਤ ਮੇਰੇ ਲੜਕਾ ਕਹਿੰਦਾ ਡੈਡੀ ਮੇਰੀ ਘਰ ਦੀ ਕਹਿੰਦੀ ਆ ਵੀ ਤੁਸੀਂ ਨਾ DA ਆ ਵੀ ਲੈ ਕੇ ਆਉਣੇ ਨੇ ਵਧੀਆ DA ਲੈ ਕੇ ਆਉਣੇ ਮੈਂ ਕਿਹਾ ਅਸੀਂ ਤਾਂ ਚੁੰਨੀ ਚੜਾਵੇ ਦੀ ਗੱਲ ਪੁੱਤਰ ਐਵੇਂ ਮੇਰੇ ਕੋਲ ਪੈਸੇ ਇੰਨੇ ਹੈ ਨਹੀਂ ਕਿ ਮੈਂ ਬਾਅਦ 'ਚ ਵੀ ਲਾਉਣੇ ਪੈਸੇ ਪਹਿਲਾਂ ਵੀ ਦਿੱਤੇ ਅਤੇ ਇਹਨਾਂ ਮੇਰਾ ਲੜਕਾ ਕਹਿੰਦਾ ਨਹੀਂ ਡੈਡੀ ਮੈਂ ਤਾਂ ਨਹੀਂ ਮੈਂ ਤਾਂ ਕੁਛ ਖਾਵਾਂਗਾ ਨਹੀਂ ਤਾਂ ਮੈਂ ਨਾ ਪੂਰੇ ਤੂੰ ਐਂ ਕਰ ਜਿਵੇਂ ਉਹ ਕਹਿੰਦੀ ਤੂੰ ਕਰ ਲਾ ਅਤੇ ਮੈਂ ਚਲੋ ਔਖਾ ਸੌਖਾ ਹੋ ਗਿਆ ਅੜਤ ਗਏ ਤੂੰ ਕੁਝ ਪੈਸੇ ਫੜੇ 3,00,000 ਰੁਪਈਆ
ਤੇ ਅਸੀਂ ਉਹ ਅਰੇਂਜਮੈਂਟ ਸਾਰਾ ਕੀਤਾ, ਵੱਡੀਆਂ ਇਹਨਾਂ ਉੱਥੇ LED ਮੰਗਾ ਲਈਆਂ ਕਹਿ ਕੇ ਸਾਨੂੰ। ਬਾਅਦ 'ਚ ਇਹਨਾਂ ਨੇ ਰਾਤ ਫਿਰ ਫੋਨ ਇਹਨਾਂ ਨੇ ਦੁਬਾਰਾ ਲੜਕੀ ਨੇ ਕੀਤਾ ਵੀ ਭਾਈ ਹੁਣ ਇਹ ਬੈਂਡ ਬਾਜਿਆਂ ਵਾਲੇ ਵੀ ਚਾਹੀਦੇ ਨੇ ਅਤੇ ਵਧੀਆ ਜਿਹੜੀਆਂ ਡਾਂਸਰਾਂ ਵੀ ਸਿਰੇ ਦੀਆਂ ਚਾਹੀਦੀਆਂ ਨੇ ਕਹਿ ਕੇ ਉਹਨਾਂ ਉੱਥੋਂ ਕਰਵਾ ਕੇ ਸਾਰਾ ਰੁਪਈਆ ਸਾਡੇ ਕੋਲ ਐਨ ਪਾਣੀ ਵਾਂਗੂ ਰੋੜਿਆ। ਅਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਆਪਣੀ ਲੜਕੀ 10 ਦਿਨ ਵਿਆਹ 10 ਦਿਨ ਰਹੀ ਅਤੇ ਕੋਰਟ ਮੈਰਿਜ ਕਰ ਲਈ, ਵਿਆਹ ਹੋ ਗਿਆ, 10 ਦਿਨਾਂ ਵਿੱਚ ਲੜਕੀ ਚਲੇਗੀ ਕਨੇਡਾ ਚਲੇਗੀ। ਬਾਅਦ 'ਚ ਫਾਇਲ ਲਾਈ, ਇਹਨਾਂ ਬੈਂਕ ਦੀ ਸਟੇਟਮੈਂਟ ਗਲਤ ਦੇ ਦਿੱਤੀ ਜਿਹੜੀ ਕਿ ਪੂਰੀ ਫੁੱਲ ਨਹੀਂ ਸੀ ਦਿੱਤੀ ਹੈਗੀ, ਉਹਦੇ 'ਤੇ ਕੈਂਸਲ ਹੋ ਗਈ, ਉਹਦਾ ਰਿਫਿਊਜ਼ਲ ਆ ਗਈ। ਬਾਅਦ ਦੇ ਵਿੱਚ ਫਿਰ ਦੁਬਾਰੇ ਸਟੇਟਮੈਂਟ ਇਹਨੇ ਨਾ ਦਿੱਤੀ ਪੂਰੀ, ਜਿਹਦੇ 'ਚ 5,65,000 ਸ਼ੋਅ ਕਰਨਾ ਸੀ, ਉਹਦੇ 'ਚ ਬੈਲੈਂਸ 0 ਵਿਖਾ ਦਿੱਤਾ ਅਤੇ ਉਹ ਫਿਰ ਰਿਫਿਊਜ਼ਲ ਆ ਗਈ। ਇਹਦੇ ਬਾਅਦ ਦੇ ਵਿੱਚ ਫਿਰ ਅਸੀਂ ਮੋਗੇ ਜ਼ਿਲ੍ਹੇ 'ਚ ਆਏ, ਪਹਿਲਾਂ ਫਰੀਦਕੋਟ ਤੋਂ ਫਾਇਲ ਲਾਈ ਸੀ 2 ਵਾਰ, ਬਾਅਦ 'ਚ ਮੋਗੇ 'ਚ ਰੇਂਜਰ ਵਾਲਿਆਂ ਨੂੰ ਪੁੱਛਿਆ, ਉਹਨਾਂ ਕਿਹਾ ਵੀ ਤੁਸੀਂ ਜਾਣ ਤੋਂ ਬਾਅਦ ਲੜਕੀ ਨੇ, ਰਾਜਵੀਰ ਕੌਰ ਨੇ, ਤੁਹਾਡੀ ਨੂੰਹ ਨੇ ਪੇਪਰ ਅਪਲਾਈ ਕੀਤੇ? ਪੇਪਰ ਅਪਲਾਈ ਕੀਤੇ ਸੀਗੇ ਜਿਹਦੇ ਵਿੱਚ ਸਟੇਟਮੈਂਟ ਗਲਤ ਦਿੱਤੀ ਸੀਗੀ, ਬੈਂਕ ਦੀ ਸਟੇਟਮੈਂਟ ਗਲਤ ਹੋਣ ਕਾਰਨ 2 ਰਿਫਿਊਜ਼ਲਾਂ ਆ ਗਈਆਂ। ਬਾਅਦ 'ਚ ਅਸੀਂ ਸੱਦਿਆ ਅਤੇ ਇਹ ਆ ਨਹੀਂ ਸੀ ਰਹੀ, ਫਿਰ ਜਾਣਬੁੱਝ ਕੇ ਗਲਤ ਸਟੇਟਮੈਂਟ ਦਿੱਤੀ ਜਾਂ ਫਿਰ ਗਲਤੀ ਨਾਲ ਲੱਗ ਗਈ ਜੀ ਉਹ? ਨਹੀਂ ਇਹ ਜੀ ਵੇਖੋ, ਸਟੇਟਮੈਂਟ ਤਾਂ ਸਾਰੀ ਦਿਆਂਗੇ, ਵੀਜ਼ਾ ਤਾਂ ਹੀ ਆਉਂਦਾ, ਜੇ ਆਪਾਂ ਅੱਧੀ ਸਟੇਟਮੈਂਟ ਦਿੱਤੀ ਬੈਂਕ ਦੀ, ਅੱਧੀ ਕਿਉਂ ਨਹੀਂ ਦੇ ਰਹੇ? ਆਪਣੀ ਬੈਂਕ ਆਪਣਾ ਆਪਣੀ ਖਾਤਾ, ਅਸੀਂ ਸਟੇਟਮੈਂਟ ਸਾਰੀ ਲੈ ਸਕਦੇ ਹਾਂ, ਕਿਉਂ ਨਹੀਂ ਸਾਰੀ ਲਈ ਗਈ? ਉਹ ਬਾਅਦ ਚਲੋ ਨਹੀਂ, ਬਾਅਦ 'ਚ ਹੈ ਸੱਦਿਆ, ਇਹ ਕੁੜੀ ਆ ਨਹੀਂ ਸੀ ਰਹੀ, ਵਿਚੋਲਿਆਂ ਨੇ ਇਹ ਗੱਲ ਕਹੀ ਭਾਈ ਤੁਸੀਂ ਸਾਰਾ ਪੈਸਾ ਇਹਨਾਂ ਦਾ ਮੋੜਨਾ ਪਵੇਗਾ ਜੇ ਨਹੀਂ ਕਾਗਜ਼ ਪਾਉਣੇ, ਕਾਗਜ਼ ਨਾ ਪਾਏ। ਚਲੋ ਮੇਰੇ ਕੁੜਮ ਸਾਹਿਬ ਬਹੁਤ ਵਧੀਆ, ਉਹਨਾਂ ਕਾਗਜ਼ ਜ਼ੋਰ ਲਵਾ ਕੇ ਪਵਾ ਵੀ ਦਿੱਤੇ, ਸਾਰੇ ਕਾਗਜ਼ ਪੈ ਗਏ, ਵੀਜ਼ਾ ਆ ਗਿਆ ਮੁੰਡੇ ਦਾ। ਜਦੋਂ ਘਰ ਬੈਠੇ ਮੁੰਡੇ, ਇਹ ਜਦੋਂ ਘਰੋਂ ਮੁੰਡੇ ਨੂੰ ਚੜਾਉਣਾ ਸੀਗਾ ਜਿਸ ਦਿਨ, ਮੇਰਾ ਕੁੜਮ ਸਾਹਿਬ ਕਹਿੰਦਾ ਵੀ ਮੇਰੀ ਲੜਕੀ ਕਹਿੰਦੀ ਆ ਵੀ ਸਾਡਾ ਸਾਰਾ ਸੋਨਾ ਦੇ ਦਿਉ। ਇਹਨਾਂ ਨੇ ਸਾਰਾ ਸੋਨਾ ਮੇਰੇ ਜਵਾਈ ਦੇ ਰਿਸ਼ਤੇਦਾਰਾਂ ਦੇ ਵਿੱਚ ਬਹਿ ਕੇ ਸਾਰਾ ਸੋਨਾ ਚੱਕ ਲਿਆ ਅਤੇ ਲੈ ਗਏ ਸਾਨੂੰ। ਉਹ ਸੋਨਾ ਜਿਹੜਾ ਸੀ ਚੱਕ ਲੈ ਕੇ ਗਏ ਆ ਤੁਹਾਡੇ ਜਿਹੜੇ ਰਿਸ਼ਤੇਦਾਰ ਸੀ, ਤੁਹਾਡੇ ਜਿਹੜੇ ਤੁਹਾਡੇ ਬੇਟੇ ਦੇ ਸਹੁਰੇ ਸੀ, ਸੋਨਾ ਉਹ ਉਹਨਾਂ ਨੇ ਪਾਇਆ ਸੀ ਵਿਆਹ 'ਚ ਪਾਇਆ ਸੀ ਸੋਨਾ, ਜਾਂ ਤੁਹਾਡਾ ਖੁਦ ਦਾ ਖਰੀਦਿਆ ਵਾ ਸੀ? ਨਹੀਂ, ਇਹ ਸੋਨਾ ਉਹਨਾਂ ਨੇ ਪਾਇਆ। Writing's not that easy, but Grammarly can help. This sentence is grammatically correct, but it's wordy and hard to read. ਸੀਗਾ ਕੁਝ ਉਹਨਾਂ ਦਾ ਹੀ ਸਾਰਾ, ਮੈਂ ਇਹੀ ਨਹੀਂ ਕਹਿੰਦਾ ਵੀ ਸਾਰਾ ਸਾਡਾ ਸੀਗਾ, ਕੁਝ ਉਹਨਾਂ ਦਾ ਪਾਇਆ ਹੀ, ਕੋਈ ਸਾਡਾ ਪਾਇਆ, ਜਿਵੇਂ ਸਾਡੀ ਇੱਕ ਚੈਨੀ ਸੀਗੀ ਮੁੰਦਰੀਆਂ ਸੀਗੀਆਂ। ਉਹ ਤੋਂ ਬਾਅਦ ਜਦੋਂ ਮੁੰਡਾ ਉੱਥੇ ਚਲੇ ਗਿਆ ਅਤੇ ਉੱਥੇ ਜਾ ਕੇ ਵੀ ਸਾਡਾ ਜਿਹੜੇ ਨਾ ਉਹ ਮੁੰਡੇ ਦੇ ਕੋਲ ਸਿਉਣਾ ਸੀਗਾ, ਮੁੰਦਰੀਆਂ ਛਾਪਾਂ ਸੀਗੀਆਂ, ਉਹ ਵੀ ਲੜਕੀ ਨੇ ਉੱਥੋਂ ਵੀ ਲੈ ਲਈਆਂ, ਇੱਥੋਂ ਇਹਦੇ ਮਾਂ ਪਿਓ ਲੈ ਗਿਆ, ਉੱਥੋਂ ਲੜਕੀ ਲੈ ਗਈ ਚੱਕ ਕੇ। ਅਸੀਂ ਜਾਣ ਲੱਗਿਆ $1.5 lakh ਦੇ ਡਾਲਰ ਦਿੱਤੇ, ਉਹ ਜਾਂਦਿਆਂ ਇਹਨੇ ਲੜਕੀ ਨੇ ਪਹਿਲਾਂ $1,300 ਲੈ ਲਏ, ਉਹ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਕੋਈ ਰਿਸ਼ਤੇਦਾਰ ਸੀਗਾ ਉਹਨੇ $565 ਲੈ ਲਿਆ, ਇਸ ਤਰ੍ਹਾਂ ਕਰਕੇ ਸਾਰੇ ਪੈਸੇ ਇਹਦੇ ਕੋਲ ਲੈ ਲਏ। ਅਤੇ ਮੁੰਡੇ ਨੇ ਇਹ ਰੋ ਕੇ ਦੱਸਿਆ ਵੀ ਮੇਰੇ ਕੋਲ ਸਿਰਫ $65 ਡੈਡੀ ਰਹਿ ਗਏ ਨੇ। ਪਹਿਲਾਂ ਮੈਂ ਕਿਹਾ ਕਿਉਂ ਨਹੀਂ ਦੱਸਿਆ ਸਾਨੂੰ ਇਹ ਗੱਲਾਂ ਸਾਰੀਆਂ? ਕਹਿੰਦਾ ਮੈਂ ਕਿਹਾ ਮੇਰੀ ਘਰ ਦੀ ਯਾਰ, ਮੈਂ ਫਿਰ ਕੀ ਹੋ ਗਿਆ, ਮੈਂ ਤੋਂ ਲੈ ਲਏ ਨੇ ਪੈਸੇ ਲੈ ਲਏ, ਹੁਣ $65 ਰਹਿ ਗਏ, ਤੁਹਾਨੂੰ ਮੇਰੇ ਨਾਲ ਲੜ ਲੱਗ ਪਈ ਆ ਵੀ ਜੇ ਉਹ ਫਨੂਨ ਦੀ ਪ੍ਰਾਈਸ ਸੀ ਰੱਖਦੀ, ਫੋਨ ਦੇ ਲੋਕ ਨਹੀਂ ਖੋਲਦੀ। ਨਹੀਂ, ਕੈਨੇਡਾ ਦੇ ਵਿੱਚ ਤੁਹਾਡੀ ਨੂੰਹ ਕਿਹੜੇ ਸ਼ਹਿਰ ਦੇ ਵਿੱਚ ਆ? ਉੱਥੇ ਬਰੈਂਪਟਨ ਸ਼ਹਿਰ ਦੇ ਵਿੱਚ ਰਹਿੰਦੀ। ਬਰੈਂਪਟਨ ਦੇ ਵਿੱਚ ਜਦੋਂ ਤੁਹਾਡਾ ਬੇਟਾ ਇੱਥੋਂ ਇੰਡੀਆ ਤੋਂ ਪੰਜਾਬ ਤੋਂ ਘਰੋਂ ਇੱਥੋਂ ਕੈਨੇਡਾ ਦੀ ਧਰਤੀ 'ਤੇ ਗਿਆ, ਨੂੰਹ ਤੁਹਾਡੀ ਉੱਥੇ ਏਅਰਪੋਰਟ ਤੋਂ ਉਹਨੂੰ ਲੈਣ ਵਾਸਤੇ ਆਈ? ਹਾਂਜੀ, ਲੈਣ ਵਾਸਤੇ ਆਈ ਸੀ, ਪਰ ਇਹਨੇ ਬਹੁਤ ਮਾੜਾ ਉਹਦੇ ਨਾਲ ਬਿਹੇਵੀਅਰ ਕੀਤਾ, ਜਿਹੜੇ ਕਿ ਉੱਥੇ ਮੁੰਡੇ ਨਾਲ ਸੀਗੇ, ਲੜਕੀਆਂ ਗਈਆਂ ਸੀ, ਉਹਨਾਂ ਨੇ ਇਹ ਕਿਹਾ ਵੀ ਇਹ ਕੀ ਚੱਕਰ ਹੋਇਆ, ਤੂੰ ਇਹਦੇ ਨਾਲ ਆਉਂਦਿਆਂ ਨਾਲ ਹੀ ਬਹੁਤ ਮਾੜਾ ਬਿਹੇਵੀਅਰ ਕਰਨੀ। ਅਤੇ ਇਹ ਚਲੋ ਇਹਨਾਂ ਨੇ ਇੱਕ ਨਾ ਜਿਵੇਂ ਸਕਿੱਟ ਜੀ ਬਣਾਈ ਵੀ ਐਂ ਜਿਵੇਂ ਨਾ ਨਾਟਕ ਤਰ੍ਹਾਂ ਕਰ ਰਿਹਾ, ਇੱਕੇ ਰਾ ਗੁਲਦਸਤਾ ਕੱਢਿਆ, ਉਹਦੇ ਨਾਲ ਫੋਟੋ ਵੀ ਲਵਾ ਲਈ, ਮੈਂ ਇਹ ਨਹੀਂ ਕਹਿੰਦਾ ਨਹੀਂ, ਫੋਟੋ ਲਵਾ ਕੇ ਫਿਰ ਜਦੋਂ ਉੱਥੇ ਚਲਾ ਗਿਆ ਮੁੰਡਾ ਅਤੇ ਇਹਨੂੰ ਜਾਂਦਿਆਂ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ। ਮੇਰਾ ਮੁੰਡਾ ਬਹੁਤ ਉੱਥੇ ਦੁਖੀ ਹੋਇਆ, ਜਿਹਨੇ ਕਿ ਮੈਨੂੰ ਦੱਸਿਆ ਨਹੀਂ, ਬਾਅਦ ਵਿੱਚ ਦੱਸਿਆ ਜਦੋਂ ਕਿ ਇਹਨ ਮੁੜ ਕੇ ਮੈਨੂੰ ਕਹਿੰਦਾ ਡੈਡੀ ਇਹ ਫੋਨ ਦੀਆਂ ਪ੍ਰਾਈਸਿਸ ਕਰ, ਮੈਂ ਆਪਦੇ ਲੜਕੇ ਨੂੰ ਘੂਰਦਾ ਰਿਹਾ, ਮੈਂ ਕਿਹਾ ਮੇਰੀ ਨੂੰਹ ਇਹ ਧੀ ਹੈ, ਮੈਂ ਨਹੀਂ ਉਹਨੂੰ ਘੂਰ ਸਕਦਾ ਕਿਉਂਕਿ ਮੇਰੀ ਧੀਆਂ ਨਾਲੋਂ ਵੱਧ ਹੈ, ਇਹਨੇ ਸਾਨੂੰ ਰੋਟੀ ਦੇਣੀ ਸਾਰੀ, ਮੈਂ ਘੂਰ ਨਹੀਂ ਸਕਦਾ। ਪਰ ਅਸੀਂ ਗੁਲਾਮੀ ਦੇ ਤੌਰ 'ਤੇ, ਗੁਲਾਮੀ ਬੜੀ ਕੱਟੀ ਇਹਨਾਂ ਦੇ, ਮੇਰਾ ਜਿਹੜਾ ਕੁੜਮ ਸਾਹਿਬ ਮੈਨੂੰ ਮਾੜੇ ਬਿਹੇਵੀਅਰ ਨਾਲ ਪਹਿਲੋਂ ਲੈ ਕੇ ਹੀ ਬੁਲਾਉਂਦਾ ਰਿਹਾ ਸੀ, ਅਤੇ ਮੈਨੂੰ ਇੱਕ ਇਹ ਨਾ ਘੜੀ ਘੜੀ ਹਰ ਵਾਰੀ ਮੈਨੂੰ ਇਹੋ ਜਿਹੇ ਨੇ ਕਹਿਣਾ ਤੁਸੀਂ ਤਾਂ 80 ਮਾਡਲ ਦੇ ਬੰਦੇ ਜੇ। ਮੈਂ ਕਈ ਵਾਰ ਇਹਨੂੰ ਕਿਹਾ ਮੈਨੂੰ ਯਾਰ ਇੰਜ ਨਾ ਕਿਹਾ ਕਰ ਵੀ ਤੁਸੀਂ 80 ਮਾਡਲ ਦੇ ਬੰਦੇ, ਤੁਸੀਂ ਸਾਡੇ ਕੁੜਮ ਸਾਹਿਬ ਜੇ, ਮੈਂ ਤੁਹਾਡੇ ਨਾਲ ਵੱਡਾ ਹਾਂ, ਤੁਸੀਂ ਛੋਟੇ ਜੇ, ਤੁਸੀਂ ਮੈਨੂੰ 80 ਮਾਡਲ ਦੱਸ ਦੇ ਜੇ, ਇਹ ਕੀ ਚੱਕਰ ਆਇਆ? ਅਤੇ ਇਹਨਾਂ ਨਾ ਹੀ ਟਲਿਆ, ਚਲੋ ਸਾਨੂੰ ਨਹੀਂ ਸੀ ਪਤਾ ਸਾਡੇ ਨਾਲ ਇਹਨਾਂ ਠੱਗੀ ਮਾਰਨੀ। ਇਹਨਾਂ ਨੇ ਉਹ ਸਾਰੇ ਪੈਸੇ ਉੱਥੇ ਮੁੰਡੇ ਤੋਂ ਜਦੋਂ ਲੈ ਲਏ ਨੇ ਅਤੇ ਇਹਨਾਂ ਨੇ ਸਾਡੇ ਨਾਲ ਲੜਾਈ ਪਾਉਣੀ ਸ਼ੁਰੂ ਕਰਤੀ। ਮੇਰੇ ਕੁੜਮ ਸਾਹਿਬ ਦਾ ਫੋਨ ਆਇਆ, ਤੁਹਾਡਾ ਅਸੀਂ ਕੱਖ ਨਹੀਂ ਛੱਡਣਾ, ਤੁਹਾਡਾ ਮੁੰਡਾ ਵੀ ਮਰਵਾ ਦਿਆਂਗੇ ਬਾਹਰੋਂ ਅਤੇ ਤੁਹਾਨੂੰ ਵੀ ਅਤੇ ਸਾਰੇ ਜੀਆਂ ਨੂੰ ਮਰਵਾ ਦਿਆਂਗੇ।
ਅਤੇ ਤੁਹਾਨੂੰ ਅਸੀਂ ਵੇਖਾਂਗੇ ਹੁਣ ਤੁਸੀਂ ਕਿਵੇਂ ਕਰਦੇ ਜੀ। ਇਸ ਫਿਰ ਬਾਅਦ ਦੇ ਵਿੱਚ ਇਹ ਪਿੱਛੇ ਮੈਂ ਰੌਲਾ ਪਾ ਤਾ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ, ਇਹਨਾਂ ਨੂੰ ਸੱਦਿਆ, ਇਹ ਖੱਪਿਆਂ ਵਾਲੇ ਇੱਥੇ ਆਏ ਰਾਜਾਂ ਵਾਲੇ, ਅਤੇ ਵਿਚੋਲੇ ਨੇ ਫੈਸਲਾ ਇਹ ਕਰ ਦਿੱਤਾ ਬੈਠੇ। ਕੀ ਕਾਰਨ ਹੋਇਆ ਜੀ ਇੱਕਦਮ ਜਾ ਕੇ ਤੁਹਾਡਾ ਬੇਟਾ ਚਲਾ ਗਿਆ, ਗਲਦਸਤਾ ਤੁਹਾਡੀ ਨੂੰਹ ਨੇ ਦਿੱਤਾ, ਫੋਟੋ ਕਰਵਾਈ, ਘਰੇ ਲੈ ਗਏ, ਕਾਰਨ ਕੀ ਹੋਇਆ? ਉਸ ਤੋਂ ਬਾਅਦ ਇੱਕਦਮ ਫਿਰ ਕੀ ਬਣਿਆ ਕੀ ਜੀ? ਹੁਣ ਆਹ ਮੈਸੇਜ ਆਇਆ ਸੀ ਕਿਸੇ ਮੁੰਡੇ ਦਾ, ਆਹ ਜਿਹੜਾ ਇਸ ਮੈਸੇਜ ਤੋਂ ਉਹ ਮੁੰਡੇ ਨੇ ਕਿਹਾ ਤੈਨੂੰ ਇਹ, ਮੇਰੇ ਲੜਕੇ ਨੇ ਕਿਹਾ ਤੈਨੂੰ ਮੈਸੇਜ ਕਹਿੰਦਾ ਆਉਂਦਾ, ਅਤੇ ਇਹਨੇ ਮੇਰੀ ਜਿਹੜੀ ਨੂੰਹ ਧੀ ਸੀਗੀ ਇਹ ਮੈਨੂੰ ਕਹਿੰਦੀ ਮੈਨੂੰ ਕੋਈ ਮੈਸੇਜ ਨਹੀਂ ਆਉਂਦਾ। ਉਹਨੇ ਕਿਹਾ ਮੈਨੂੰ ਤੇਰਾ ਮੁੰਡੇ ਦਾ ਮੈਸੇਜ ਆਉਂਦਾ, ਮੇਰੇ ਨਾਲ ਗੱਲ ਕਰਾ। ਇਹਨੇ ਨਹੀਂ ਗੱਲ ਕਰਾਈ, ਲੜਨ ਰਹਿ ਗਈ, ਲੜਦਿਆਂ ਲੜਦਿਆਂ ਇੰਨੀ ਵੱਧ ਗਈ ਕਿ ਇਹ ਕੁੜੀ ਛੱਡ ਕੇ ਨਾ ਪੀਜੀ ਛੱਡ ਕੇ ਕੁੜੀ ਚਲੇ ਗਈ ਉੱਥੋਂ। ਰਾਜਾਂ ਵਾਲੇ ਬੰਦੇ ਇਕੱਠੇ ਹੋਏ, ਇੱਥੇ ਫੈਸਲਾ ਇਹ ਹੋਇਆ, ਦਸ ਦਿਨ ਲੜਕੀ ਇੰਦਰਜੀਤ ਰਾਜਾਂ ਵਾਲੇ ਜਿਹੜਾ ਵਿਚੋਲਾ ਸੀ ਉਹਨੇ ਫੈਸਲਾ ਕੀਤਾ 10 ਦਿਨ ਮੁੰਡਾ ਅੱਡ ਰਹੇਗਾ, 10 ਦਿਨ ਕੁੜੀ ਅੱਡ ਰਹੇਗੀ, ਮੁੰਡੇ ਨੂੰ ਵੀ ਅਕਲ ਆ ਜਾਏਗੀ ਵੀ ਕਿਵੇਂ ਰੋਟੀਆਂ ਪਕਾਈ ਦੀਆਂ ਨੇ, ਅਤੇ ਆਪੇ ਸਮਝ ਜਾਣਗੇ ਦੋਨੇ। ਮੈਂ ਕਿਹਾ ਚਲੋ ਠੀਕ, ਤੁਹਾਡਾ ਫੈਸਲਾ ਮਨਜ਼ੂਰ, ਅਤੇ ਮੁੰਡਾ ਸਾਡਾ ਆਰਾਮ ਦੇ ਨਾਲ ਇਹ ਕੰਮ 'ਤੇ ਜਾਣ ਲੱਗ ਗਿਆ। ਜਦੋਂ ਦੂਜੇ ਦਿਨ ਨਹੀਂ ਤੀਜੇ ਦਿਨ ਰਾਤ ਦੇ 1 ਵਜੇ ਫੈਸਲਾ ਇਹ ਹੋਇਆ ਸੀ ਵੀ 10-10 ਦਿਨ ਰਹਿਣਗੇ, ਪਰ ਤੀਜੇ ਦਿਨ ਰਾਤ ਦੇ 1:20 ਦੇ ਸਾਨੂੰ ਪੁਲਿਸ ਦਾ ਫੋਨ ਆ ਗਿਆ ਵੀ ਤੁਹਾਡਾ ਮੁੰਡਾ ਜੇਲ੍ਹ 'ਚ, ਅਤੇ ਇਹਦੀ ਜ਼ਬਾਨਤ ਕਰਾ। ਕੈਨੇਡਾ ਤੋਂ ਫੋਨ ਆ ਗਿਆ ਤੁਹਾਨੂੰ? ਕੈਨੇਡਾ ਪੁਲਿਸ ਦਾ ਫੋਨ ਆ ਗਿਆ? ਹਾਂਜੀ, ਕੈਨੇਡਾ ਪੁਲਿਸ ਦਾ ਫੋਨ ਆ ਵੀ ਤੁਹਾਡਾ ਮੁੰਡਾ ਜੇਲ੍ਹ 'ਚ, ਇਹਦੀ ਜ਼ਬਾਨਤ ਕਰਾ। ਕਿਹਨੇ ਪੁਲਿਸ ਕਿਉਂ ਚੱਕ ਕੇ ਲੈ ਕੇ ਗਈ ਤੁਹਾਡੇ ਮੁੰਡੇ ਨੂੰ? ਕਿਹਨੇ ਚੁਕਵਾਇਆ ਕਿਹਨੇ ਜੀ ਉੱਥੇ? ਇਹ ਮੇਰੀ ਜਿਹੜੀ ਨੂੰਹ ਇਹ ਮੇਰੀ ਧੀ ਬਣਾਈ ਸੀ, ਉਹਨੇ ਕੰਪਲੇਨ ਕੀਤੀ ਸੀ ਅਤੇ ਇਹਨੂੰ ਚੱਕ ਕੇ ਲੈ ਗਈ, ਅਤੇ ਬਾਅਦ ਦੇ ਵਿੱਚ ਅਸੀਂ ਇਹਨਾਂ ਦੇ ਘਰੇ ਵਿਚੋਲਿਆਂ ਨੂੰ ਨਾਲ ਲੈ ਕੇ, ਪੰਚਾਇਤ ਨੂੰ ਨਾਲ ਲੈ ਕੇ, 2-4 ਬੰਦੇ ਹੋਰ ਨਾਲ ਲੈ ਕੇ। ਕੰਪਲੇਂਟ ਕੀ ਕੀਤੀ ਤੁਹਾਡੀ ਨੂੰਹ ਨੇ? ਇਹਨੇ ਇਹ ਕੰਪਲੇਂਟ ਦੇ ਵਿੱਚ ਲਿਖਿਆ ਸੀਗਾ, ਸੁਣਨ 'ਚ ਗੱਲ ਆਈ ਅੰਗਰੇਜ਼ੀ 'ਚ, ਇਹਨਾਂ ਨੇ ਲਿਖਿਆ ਸੀਗਾ ਇਹ ਇੰਡੀਆ ਦੇ ਵਿੱਚ ਵਿਆਹਿਆ ਹੋਇਆ ਮੁੰਡਾ, ਇਹਨੇ ਧੋਖੇ ਧੜੀ ਦੇ ਨਾਲ ਮੇਰੇ ਨਾਲ ਵਿਆਹ ਕਰਾ ਕੇ ਸਿਰਫ ਕੈਨੇਡਾ ਆਉਣ ਖਾਤਰ ਹੀ ਵਿਆਹ ਕਰਵਾਇਆ, ਅਤੇ ਮੈਨੂੰ ਹੁਣ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਅਤੇ ਮੈਨੂੰ ਕੁੱਟਦਾ ਮਾਰਦਾ, ਨਾ ਕਿ ਮੁੰਡਾ, ਤੁਹਾਨੂੰ ਪਤਾ ਜਿਹੜਾ ਮੁੰਡੇ ਨੂੰ ਅਜੇ ਮਹੀਨਾ ਨਹੀਂ ਹੋਇਆ ਗਏ ਨੂੰ, ਉਹ ਜਾਂਦਿਆਂ ਨਾਲ ਆਪਣੀ ਘਰਵਾਲੀ ਨਾਲ ਪਿਆਰ ਕਰੇਗਾ ਕਿ ਉਹਨੂੰ ਕੁੱਟੇਗਾ? ਇਹ ਇੱਕ ਮੈਨਸ ਇਹ ਵੀ ਕਿਵੇਂ ਕੁੱਟ ਸਕਦਾ ਆਪਦੀ ਘਰ ਦੀ ਨੂੰ, ਵੀ ਜਾਂਦਿਆਂ ਨਾਲ ਕਿਵੇਂ ਏਡੀ ਵੱਡੀ ਗੱਲ? ਮੇਰਾ ਮੁੰਡਾ ਏਡਾ ਸਿਆਣਾ, ਉਹਦੇ ਨਾ ਕੋਈ ਕੁੱਟਿਆ, ਨਾ ਉਹਨੇ ਕੋਈ ਧਮਕੀ ਦਿੱਤੀ ਹੈ, ਅਤੇ ਇਹਨੇ ਕੰਪਲੇਂਟ ਦੇ ਵਿੱਚ ਸਾਰਾ ਕੁਛ ਲਿਖਿਆ, ਧਮਕੀਆਂ ਵੀ, ਕੁੱਟਿਆ ਮਾਰਿਆ, ਅਤੇ ਇੱਕ ਵਿਆਹ, ਮੇਰਾ ਮੁੰਡਾ ਕੋਈ ਵਿਆਹਿਆ ਨਹੀਂ, ਕੋਈ ਸਾਬਤ ਕਰਾ ਦੇ ਮੁੰਡਾ ਵਿਆਹਿਆ, ਮੈਨੂੰ ਜੋ ਮਰਜ਼ੀ ਜੁਰਮਾਨਾ ਲਾ ਸਕਦੀ ਸਰਕਾਰ, ਮੈਂ ਜੁਰਮਾਨਾ ਭਰਨ ਨੂੰ ਤਿਆਰ ਹਾਂ। ਨਹੀਂ, ਗੱਲ ਤੁਹਾਡੀ ਵਿੱਚ ਆ, ਮੈਂ ਸਾਡੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਤੁਹਾਡਾ ਮੁੰਡਾ ਇਸ ਮੈਰਿਜ ਤੋਂ ਪਹਿਲਾਂ ਕਿਤੇ ਮੰਗਿਆ ਹੋਇਆ ਸੀ, ਉੱਥੇ ਵੀ ਤੁਹਾਡਾ ਮਾਮਲਾ ਜਿਹੜਾ ਥਾਣੇ ਪੁੱਜਿਆ ਸੀ, ਹੈ ਕੋਈ ਇਸ ਤਰ੍ਹਾਂ ਦਾ ਮਾਮਲਾ ਤੁਹਾਡਾ? ਹਾਂਜੀ ਹਾਂਜੀ, ਪਹਿਲਾਂ ਸਾਡਾ ਮੁੰਡਾ ਮੰਗਿਆ ਹੋਇਆ ਸੀਗਾ, ਬੂਟੇ ਵਾਲੇ ਮੰਗਿਆ, ਉਹਨਾਂ ਨੇ ਸਾਡੀ ਦਰਖਾਸਤ ਦੇ ਦਿੱਤੀ ਸੀ, ਉਹਨਾਂ ਦੇ ਨਾਲ ਮੈਂ ਪਹਿਲਾਂ ਨਿਬੜਿਆ ਹਾਂ। ਜਿੱਦਣ ਮੈਂ ਵਿਆਹ ਧਰਿਆ, ਉਹਨਾਂ ਨੇ ਇਹ ਸੋਚਿਆ ਵੀ ਇਹ ਬੰਦੇ ਸਿੱਧੇ ਸਾਧੇ ਨੇ, ਧਾਰਮਿਕ ਜੇ ਨੇ, ਇਹਨਾਂ ਨੂੰ ਠੱਗ ਲਈਏ, ਇਹਨਾਂ ਨੇ ਮੇਰੀ ਦਰਖਾਸਤ ਦੇ ਕੇ ਮੇਰੇ ਤੋਂ ਪੈਸੇ ਲੈ ਲਏ ਸੀ, ਮੈਂ ਇਹਨਾਂ ਨੂੰ ਥੋੜ੍ਹੇ ਵਾਲੇ ਪੈਸੇ ਦੇ ਕੇ ਅਤੇ ਮੈਂ ਇਹਨਾਂ ਨੂੰ ਤੋੜ ਦਿੱਤਾ। ਜਦੋਂ ਤੁਹਾਡਾ ਦੂਸਰੇ ਥਾਂ ਬੇਟਾ ਮੰਗਿਆ ਗਿਆ, ਵਿਆਹਿਆ ਜਾਣਾ ਸੀ, ਵਿਆਹ ਤੋਂ ਪਹਿਲਾਂ ਤੁਸੀਂ ਉਸ ਪਰਿਵਾਰ ਨਾਲ ਗੱਲ ਕੀਤੀ ਸੀ, ਖੱਪਿਆਂ ਵਾਲੀ ਦਾ ਜਿਹੜਾ ਪਰਿਵਾਰ ਆ ਜਿਹੜੀ ਤੁਹਾਡੀ ਨੂੰਹ ਬਣਨ ਜਾ ਰਹੀ ਸੀ, ਉਸ ਪਰਿਵਾਰ ਨਾਲ ਤੁਸੀਂ ਗੱਲ ਕੀਤੀ ਸੀ ਕਿ ਸਾਡਾ ਮੁੰਡਾ ਜਿਹੜਾ ਮੰਗਿਆ ਸੀ, ਇਸ ਤਰ੍ਹਾਂ ਪਹਿਲਾਂ ਆ ਗੱਲਬਾਤ ਹੋਈ, ਤੁਸੀਂ ਗੱਲਬਾਤ ਉਹਨਾਂ ਨਾਲ ਕੀਤੀ ਸੀ? ਮੈਂ ਇਹ ਗੱਲਾਂ ਸਾਰੀਆਂ ਵਿਚੋਲੇ ਨੂੰ ਪਹਿਲਾਂ ਦੱਸਤੀਆਂ ਸੀ ਵੀ ਮੇਰਾ ਭਾਈ ਮੁੰਡਾ ਮੰਗਿਆ ਸੀ, ਮੈਂ ਹੀ ਮੰਗ ਛੱਡ ਦਿੱਤੀ ਆ, ਤੂੰ ਉਹਨਾਂ ਨੂੰ ਸਾਰੀ ਗੱਲ ਦੱਸ ਦੇ ਕਿ ਤੂੰ ਵਿਚੋਲਾ ਹੈ, ਅੱਜ ਸਾਰੀ ਗੱਲ ਦੱਸ। ਉਹਨੇ ਕਿਹਾ ਤੂੰ ਬੋਲਣਾ ਨਹੀਂ, ਮੈਂ ਸਾਰੀ ਗੱਲ ਮੈਂ ਜਾਣਾ ਅਤੇ ਉਹ ਮੇਰੇ ਰਿਸ਼ਤੇਦਾਰ ਜਾਣਨ, ਤੂੰ ਨਹੀਂ ਬੋਲਣਾ ਕੋਈ ਗੱਲ, ਤੂੰ ਆਪਦੀ ਸਿਰ ਜ਼ਮੀਨ ਦੱਸਣੀ ਵੀ ਮੇਰੇ ਕੋਲ ਇੰਨੀ ਕੋਈ ਜ਼ਮੀਨ ਹੈ, 9-10 ਕਿੱਲੇ ਬਾਅਦ ਦੱਸਣੀ, ਅਤੇ ਇੰਨੀ ਗੱਲ ਮੈਂ ਕਰ ਦਿੱਤੀ, ਉਹਨੇ ਮੇਰੇ ਕੋਲ ਇੰਨੀ ਜ਼ਮੀਨ, ਉਹ ਗੱਲ ਉਹਨਾਂ ਨੇ ਵਿਚੋਲਿਆਂ ਨੇ ਉਹਨਾਂ ਨੂੰ ਦੱਸ ਦਿੱਤੀ ਸੀ ਸਾਰੀ ਗੱਲਬਾਤ। ਅਤੇ ਬਾਅਦ ਦੇ ਵਿੱਚ ਜਦੋਂ ਮੰਨ ਲਾ ਕੀ ਹੋਇਆ ਬਾਹਰ, ਫਿਰ ਤੁਹਾਡਾ ਮੁੰਡਾ ਪੁਲਿਸ ਨੇ ਅਰੈਸਟ ਕਰ ਲਿਆ, ਪੁਲਿਸ ਚੱਕ ਕੇ ਲੈ ਗਈ, ਕੀ ਹੋਇਆ ਕੀ ਉਸ ਤੋਂ ਬਾਅਦ ਫਿਰ ਜੀ? ਉਸ ਤੋਂ ਬਾਅਦ ਜਦੋਂ ਇਹਨਾਂ ਦੇ ਘਰੇ ਗਏ, ਮਿਹਨਤ ਤਰਲਾ ਕੀਤਾ, ਇਹਨਾਂ ਦੇ ਪੈਰੀ ਪੱਗਾਂ ਵੀ ਰੱਖੀਆਂ ਵੀ ਭਾਈ ਸਾਡੇ ਕੋਲ ਪੈਸੇ ਹੈ ਨਹੀਂ ਗੇ, ਸਾਡਾ ਮੁੰਡਾ ਛਡਵਾਓ, ਕੰਪਲੇਨ ਵਾਪਸ ਲਵੋ, ਜਾ ਕੇ ਤੁਹਾਡੀ ਕੁੜੀ ਅੱਜ ਲੈ ਸਕਦੀ ਹੈ, ਹਜੇ ਭਾਈ ਆ, ਸਾਡਾ ਮੁੰਡਾ ਛਡਵਾਓ। ਅਸੀਂ ਇਹਨਾਂ ਦੇ ਪੈਰੀ ਪੱਗਾਂ ਵੀ ਰੱਖੀਆਂ, ਸਾਰਾ ਕੁਛ ਕੀਤਾ, ਇਹਨਾਂ ਨੇ ਸਾਨੂੰ ਠੋਕ ਕੇ ਜਵਾਬ ਦਿੱਤਾ, ਤੁਹਾਡਾ ਮੁੰਡਾ ਸਾਰੀ ਉਮਰਾਂ ਜੇਲ੍ਹ 'ਚ ਰਹੇਗਾ, ਤੁਸੀਂ ਤਾਂ ਕਹਿੰਦੇ ਇਹਨਾਂ ਛਡਵਾ ਦਿਓ, ਇਹ ਸਾਰੀ ਉਮਰਾਂ ਜੇਲ੍ਹ 'ਚ ਹੀ ਮਰੇਗਾ, ਹੁਣ ਮਰਨ ਤਾਂ ਹੀ ਜੇਲ੍ਹ 'ਚ ਰਹੇਗਾ। ਅਸੀਂ ਬੜੇ ਦੁਖੀ ਹੋਏ, ਅਸੀਂ ਘਰੇ ਆਏ, ਚਲੋ ਰਿਸ਼ਤੇਦਾਰਾਂ ਨੂੰ ਫੋਨ ਕੀਤੇ, ਭਾਈ ਅਸੀਂ ਫਸ ਕੇ ਮਰ ਗਏ ਥਾਂ 'ਤੇ, ਦੋਵੇਂ ਜੀ ਹਾਂ ਅਸੀਂ, ਅਤੇ ਸਾਡਾ ਮੁੰਡਾ ਛਡਵਾਓ। ਸਾਡੇ ਰਿਸ਼ਤੇਦਾਰਾਂ ਨੇ ਉਰਾਂ ਪਰਾਂ ਫੋਨ ਕਰਕੇ ਉੱਥੋਂ ਚਲੋ ਜ਼ਬਾਨਤ ਲਈ ਮੁੰਡੇ ਦੀ ਜ਼ਬਾਨਤ, ਪਹਿਲਾਂ 4-5 ਜਣੇ ਗਏ, ਇਹਨਾਂ ਨੇ ਕ੍ਰਾਈਮ ਕੋਰਟ ਦਾ ਕੇਸ ਪਾਇਆ ਜਿਹਦੇ 'ਚ ਜ਼ਬਾਨਤ ਨਹੀਂ ਸੀ, ਉਹ ਡਰਦਾ ਕੋਈ ਨਹੀਂ ਦਿੰਦਾ ਕੈਨੇਡਾ ਦੇ ਵਿੱਚ ਜ਼ਬਾਨਤ ਛੇਤੀ ਕੀਤੀਆਂ। ਫਿਰ ਕੋਈ ਐਸੋ ਜੀ ਲੇਡੀ ਨੇ ਮਿਹਰਬਾਨੀ ਪਈ ਅਤੇ ਉਹਨੇ ਜਾ ਕੇ ਜ਼ਬਾਨਤ ਦੇ ਦਿੱਤੀ, ਉਹ ਵੀ ਉਹਨੇ 10-12 ਦਿਨ ਦੀ ਜ਼ਬਾਨਤ ਕਰਕੇ ਦਿੱਤੀ ਵੀ ਮੈਂ 10-12 ਦਿਨ ਦੀ ਦੇਣੀ ਜੇ, ਉਹ ਤੋਂ ਬਾਅਦ ਆਪਦਾ ਇੰਤਜ਼ਾਮ ਕਰ ਲਿਆ ਜੀ। ਉਹਨੇ 10-12 ਦਿਨ ਦੀ ਜ਼ਬਾਨਤ ਦੇ ਕੇ ਬਾਅਦ 'ਚ ਵਾਪਸ ਲੈ ਲਈ,
ਪੰਚਾਇਤ ਇਕੱਠੀ ਕਰਕੇ ਲੈ ਆਣ ਕੇ ਸਾਨੂੰ ਉਹਨਾਂ ਦੇ ਮੁਖਤਿਆਰ ਰਾਜਾਂ ਵਾਲਿਆ ਬਲਵੰਤ ਸਿੰਘ ਬ੍ਰਹਿਮਕੇ ਵਾਲਾ ਅਤੇ ਇਹ ਸਾਡੇ ਘਰੇ ਆਣ ਕੇ ਕਹਿੰਦੇ ਉਹਨਾਂ ਨੂੰ ਦੱਸਿਆ ਉਹਨਾਂ ਦੇ ਅਸੀਂ ਨਾ ਸਾਨੂੰ 4 ਲੱਖ ਰੁਪਈਆ ਹੋਰ ਦਿਓ ਅਸੀਂ ਕੁੜੀ ਦੀ ਫੀਸ ਪਾਉਣੀ। ਮੈਂ ਕਿਹਾ ਵੀ ਅਸੀਂ ਤਾਂ ਜਵਾਨ ਤਾਂ ਦੇਈਏ, ਇੱਕ ਸਾਡਾ ਤੁਸੀਂ ਮੁੰਡੇ ਦਾ ਪਰਚਾ ਕਰਾ ਦਿੱਤਾ, ਇੱਕ ਤੁਸੀਂ ਬਾਹਰ ਨਹੀਂ ਕਢਾਇਆ, ਮੈਂ ਉੱਥੇ ਵੀ ਪੈਸੇ ਲਾਏ ਤੁਹਾਨੂੰ ਪਤਾ, ਅਤੇ ਹੁਣ ਵਕੀਲਾਂ ਨੂੰ ਵੀ ਦੇਣੇ, ਹੁਣ ਤੁਸੀਂ 4 ਲੱਖ ਮੈਨੂੰ ਇੰਨਾ ਟੋਰਚਰ ਕੀਤਾ, ਅਸੀਂ 34-35 ਲੱਖ ਰੁਪਈਆ ਹੁਣ ਤਾਂ ਹੀ ਸਾਡਾ ਲੱਗ ਗਿਆ, 27-28 ਲੱਖ ਉਦੋਂ ਲਾਇਆ ਇਹਨਾਂ ਦੇ, ਅਤੇ ਉਦੋਂ ਬਾਅਦ 'ਚ ਫਿਰ ਜ਼ਬਾਨ ਧੋਈ ਅਤੇ ਅਸੀਂ ਸਰਦਾਰ ਜੀ ਇੰਨੇ ਦੁਖੀ ਹੋਏ ਬੇਹਿਸਾਬੇ, ਅਤੇ ਹੁਣ ਸਾਨੂੰ ਟੋਰਚਰ ਕਰਕੇ ਮੈਂ ਇਹਨਾਂ ਦੀ ਜਾਣ ਲੱਗੇ, ਮੈਨੂੰ ਕਹਿੰਦੇ ਇੱਥੋਂ ਜਦੋਂ ਗਏ ਯਾਰ ਵੀ ਇਹ ਕਹਿੰਦੇ ਹੁਣ ਇਹਨਾਂ ਦੇ ਪਰਚਾ ਦਿਆਂਗੇ ਅਸੀਂ ਜਾਂਦਿਆਂ। ਫਿਰ ਮੈਂ ਇਹਨਾਂ ਦੀ ਐੱਸ ਐੱਸ ਪੀ 'ਤੇ, ਮੈਨੂੰ ਕਿਸੇ ਨੇ ਦੱਸਿਆ ਤੂੰ ਦਰਖਾਸਤ ਦੇ ਜਾ ਕੇ, ਤੂੰ ਰਮਾਨ ਨਾਲ ਘਰੇ ਬੈਠਾ। ਮੈਂ ਜਾ ਕੇ ਇਹਨਾਂ ਦੀ ਐੱਸ ਐੱਸ ਪੀ 'ਤੇ ਦਰਖਾਸਤ ਦੇ ਦਿੱਤੀ, ਉਹ ਡੀ ਐੱਸ ਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਕੋਲ ਆਈ ਅਤੇ ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ, ਹੁਣ ਉਹਨਾਂ ਨੇ ਪਤਾ ਨਹੀਂ ਦਰਖਾਸਤ ਦਾ ਕਿਵੇਂ ਸਾਡੇ ਬਿਆਨਬਾਜ਼ੀ ਹੋ ਗਈ, ਹੁਣ ਇਹਨਾਂ ਨੇ ਮੇਰੀ ਚੁੱਕ ਕੇ ਉੱਥੇ ਮੁਕਤਸਰ ਸਾਹਿਬ ਵਿਖੇ ਇਹਨਾਂ ਨੇ ਜਾ ਕੇ ਮੇਰੀ ਦਰਖਾਸਤ ਦੇ ਦਿੱਤੀ ਇਹ ਦਾਜ ਦਾ, ਵੀ ਅਸੀਂ ਇੰਨਾ ਕੜੇ ਪਾਏ ਤੁਹਾਡੇ ਖਿਲਾਫ਼। ਜਿਹੜੀ ਮੁਕਤਸਰ ਸਾਹਿਬ ਦੇ ਥਾਣੇ ਦੇ ਵਿੱਚ ਕੁੜੀ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਗਈ ਹੈ, ਸਾਨੂੰ ਸੁਣਨ 'ਚ ਆਇਆ ਉਹਨਾਂ ਨੇ ਤੁਹਾਡੇ 'ਤੇ ਬਹੁਤ ਸਾਰੇ ਐਲੀਗੇਸ਼ਨ ਲਾਏ ਆ ਕਿ ਮੁੰਡਾ ਕੈਨੇਡਾ ਦੀ ਧਰਤੀ 'ਤੇ ਜਾ ਕੇ ਕੁੱਟਦਾ ਮਾਰਦਾ ਸੀ, ਮੇਰਾ ਸਹੁਰਾ ਪਰਿਵਾਰ ਤੰਗ ਕਰਦਾ ਸੀ ਮੈਨੂੰ ਇੱਥੋਂ, ਸਾਥੋਂ ਦਾਜ ਦਹੇਜ ਬਹੁਤ ਲਿਆ, ਸਾਥੋਂ ਛਾਪਾਂ ਪਵਾਈਆਂ, ਔਰ ਸਾਥੋਂ ਹੁਣ ਹੋਰ ਦਾਜ ਦਹੇਜ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਇਹ ਤੁਹਾਡੇ 'ਤੇ ਬਹੁਤ ਵੱਡੇ ਦੋਸ਼ ਆ ਜਿਹੜੇ ਲਾਏ ਆ ਤੁਹਾਡੇ ਖਿਲਾਫ਼, ਉਸ ਤੁਹਾਡੀ ਨੂੰਹ ਨੇ ਕੰਪਲੇਂਟ ਉਸ ਪਰਿਵਾਰ ਨੇ ਪਾਈ ਆ ਤੁਹਾਡੇ ਖਿਲਾਫ਼। ਹਾਂਜੀ ਵੇਖੋ ਜੀ, ਤੁਸੀਂ ਸਿਆਣੇ ਜੇ, ਜਿਹੜਾ ਬੰਦਾ ਵਿਆਹ ਤੋਂ ਪਹਿਲਾਂ ਉਹਨਾਂ ਨੂੰ 5,65,000 ਰੁਪਈਆ ਦੇ ਦਿੰਦਾ, ਉਹ ਕਿਵੇਂ ਸਾਨੂੰ ਦਾਜ ਦੇ ਸਕਦਾ ਹੈ, ਕੀ ਦੇ ਸਕਦਾ? ਮੈਂ ਇਹਨਾਂ ਨਾਲ ਸਿਰਫ ਇੰਨੀ ਗੱਲ ਸੀ, ਅਸੀਂ ਛਾਪ ਵੀ ਨਹੀਂ ਤੁਹਾਡੇ ਕੋਲੋਂ ਲੈਣੀ, ਕਿਉਂਕਿ ਸਾਨੂੰ ਸਿਰਫ IELTS ਵਾਲੀ ਇਕੱਲੀ ਕੁੜੀ ਚਾਹੀਦੀ ਹੈ, ਉਹਨਾਂ ਨੂੰ ਕੋਈ ਸਾਨੂੰ ਇਹਨਾਂ ਨੇ ਨਹੀਂ ਦਿੱਤਾ। ਚਲੋ ਇਹਨਾਂ ਨੇ ਆਪਦੇ ਵੱਲੋਂ ਜੋ, ਮੈਂ ਇਹ ਨਹੀਂ ਕਹਿੰਦਾ ਇਹਨਾਂ ਨੇ ਸਾਨੂੰ ਕੜਿਆ ਪਾਇਆ ਜਾਂ ਛਾਪਾਂ ਪਾਈਆਂ ਜਾਂ ਵੰਗਾਂ ਪਾਈਆਂ, ਅਸੀਂ ਵੀ ਇਹਨਾਂ ਦੀ ਕੁੜੀ ਨੂੰ ਪਾਏ ਨੇ, ਜਿੰਨਾ ਇਹਨਾਂ ਸਾਨੂੰ ਸਮਾਨ ਪਾਇਆ ਇਹਨਾਂ ਅਸੀਂ ਇਹਨਾਂ ਨੂੰ ਪਾਇਆ, ਅਸੀਂ 50,000 ਰੁਪਈਆ ਵੀ ਇਹਨਾਂ ਨੂੰ ਨਗਦ, ਜਿਹੜਾ ਇਹਨਾਂ ਨੇ ਕਿਹਾ ਵੀ ਜਿਹੜਾ ਸਾਲੀ ਦੇ ਇਹਨਾਂ ਇਹਨਾਂ ਨੂੰ ਤੁਸੀਂ ਛਾਪਾਂ ਨਹੀਂ ਲੈ ਕੇ ਆਏ, ਇੱਥੇ ਤੁਸੀਂ ਰੁਪਈਏ ਦਿਓ, ਉੱਥੇ ਅਸੀਂ ਰੁਪਈਏ ਵੀ ਇਹਨਾਂ ਨੂੰ ਦਿੱਤੇ, ਅਤੇ ਅਸੀਂ ਇਹਨਾਂ ਕੋਲੋਂ ਅਸੀਂ ਇਹਨਾਂ ਦੇ ਸਾਲੇ ਨੂੰ ਚਾਹੀਦੀ, ਜਿੰਨਾ ਸੋਨਾ ਇਹਨਾਂ ਸਾਨੂੰ ਪਾਇਆ ਅਸੀਂ ਇੰਨਾ ਹੀ ਇਹਨਾਂ ਨੂੰ ਇਦੋਂ ਵੱਧ ਭੋਰਾ ਪਾਇਆ ਹੋਵੇਗਾ। ਅਤੇ ਹੁਣ ਇਹ ਸਾਨੂੰ ਕਹੀ ਜਾਂਦੇ ਨੇ ਅਸੀਂ ਇੰਨਾ ਸੋਨਾ, ਝੂਠ ਸਾਰੇ ਮਾਰੀ ਜਾਂਦੇ, ਇਲੈਕਟ੍ਰੋਨਿਕ ਦਾ ਸਮਾਨ ਅਸੀਂ ਦਿੱਤਾ, ਅਸੀਂ ਮੰਜਾ ਦਿੱਤਾ, ਪੀੜਾ ਦਿੱਤਾ, ਮੇਰੇ ਘਰੇ ਤਲਾਸ਼ੀ ਕਰ ਲੈਣ, ਮੇਰੇ ਘਰੋਂ 1 ਰੁਪਈਏ ਦੀ ਚੀਜ਼ ਇਹਨਾਂ ਦੀ ਨਿਕਲ ਆਵੇ, ਕੋਈ ਸ਼ੈ ਨਹੀਂ ਇਹਨਾਂ ਮੈਨੂੰ ਦਿੱਤੀ। ਮੈਂ ਅਲਮਾਰੀ ਵਿਆਹ ਦੀ, ਮੈਂ ਆਪਦੀ ਨੂੰਹ ਧੀ ਨੂੰ ਆਪਦੇ ਕੋਲੋਂ 15,000-16,000 ਦੀ ਅਲਮਾਰੀ ਲਿਆ ਕੇ ਮੈਂ ਆਪ ਦਿੱਤੀ, ਕੋਈ ਇਹਨਾਂ ਨੇ ਮੈਨੂੰ ਕੋਈ ਸ਼ੈ ਨਹੀਂ ਗੀ ਦਿੱਤੀ ਜਿਹੜੀ ਕਿ ਲਟਕਾਉਣ ਦਾ ਸਮਾਨ ਆਦੇ ਨੇ ਲਟਕਾਉਣ ਦਾ, ਉਹ ਵੀ ਕੋਈ ਮੇਰੇ ਅੰਦਰ ਦੀ ਤਲਾਸ਼ੀ ਲਈ ਜਾਵੇ, ਸਬੂਤ ਲਏ ਜਾਣ, ਮੇਰੇ ਆਂਢੋ ਗੁਆਂਢੋ ਪੁੱਛਿਆ ਜਾਵੇ, ਵਿਚੋਲੇ ਕੋਲੋਂ ਪੁੱਛਿਆ ਜਾਵੇ। ਮੈਂ ਇਹ ਨਹੀਂ ਕਹਿੰਦਾ ਨਹੀਂ ਪੁੱਛਿਆ ਜਾਵੇ, ਵਿਚੋਲਾ ਦੱਸੇਗਾ ਸਾਰੀ ਗੱਲ ਵੀ ਇਹਨਾਂ ਨੇ ਕਿਹੜਾ ਦਾਜ ਲਿਆ। ਗੱਲ ਮੁਖਤਿਆਰ ਸਿੰਘ ਜੀ, ਗੱਲ ਇਹ ਹੈ ਕਿ ਆਮ ਤੌਰ 'ਤੇ ਸਾਨੂੰ ਪਾਸਿਓਂ ਪਤਾ ਲੱਗਿਆ ਕਿ ਉਹ ਪਰਿਵਾਰ ਕਹਿ ਰਿਹਾ ਜੇ ਸਾਡੇ ਚਿੱਤ ਦੇ ਵਿੱਚ, ਸਾਡੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਕੋਈ ਬੇਈਮਾਨੀ ਹੁੰਦੀ ਤਾਂ ਕੁੜੀ ਦੁਬਾਰਾ ਕੈਨੇਡਾ ਤੋਂ ਵਾਪਸ ਪੰਜਾਬ ਤੁਹਾਡੇ ਘਰ ਨਾ ਆਉਂਦੀ। ਉਹ ਕਹਿੰਦੇ ਅਸੀਂ ਮੁੰਡੇ ਨੂੰ ਬੁਲਾਇਆ, ਮੁੰਡਾ ਸਾਨੂੰ ਟੋਰਚਰ ਉੱਥੇ ਕਰਦਾ ਸੀ, ਕੁੱਟਦਾ ਮਾਰਦਾ ਸੀ, ਤਾਂ ਕਰਕੇ ਜਿਹੜਾ ਪੁਲਿਸ ਨੂੰ ਫੜਾਇਆ ਗਿਆ, ਉਹਨਾਂ ਨੇ ਦੋਸ਼ ਤੁਹਾਡੇ 'ਤੇ ਲਾਏ ਆ। ਵੇਖੋ ਜੀ, ਮੈਂ ਇਹ ਨਹੀਂ ਕਹਿੰਦਾ ਦੋਸ਼ ਉਹਨਾਂ ਨੇ ਲਾ ਦਿੱਤੇ, ਮੈਂ ਇਹ ਨਹੀਂ ਕਹਿੰਦਾ, ਮੇਰੇ ਮੁੰਡੇ ਨੇ ਕੋਈ ਕੁੱਟਿਆ ਨਹੀਂ, ਕੋਈ ਮਾਰਿਆ ਨਹੀਂ, ਐਂ ਮੈਸੇਜ ਤੋਂ ਸਾਰੀ ਗੱਲ ਵਿਗੜੀ ਹੈ। ਇਹ ਜਿਹੜਾ ਮੈਸੇਜ ਆਇਆ ਹੈ, ਉਹਨੇ ਮੁੰਡੇ ਨੇ ਅਕਸਰ ਕਿਸੇ ਦੀ ਘਰ ਵਾਲੀ ਨੂੰ ਮੈਸੇਜ ਆ ਜਾਵੇ, ਉਹਦਾ ਪੁੱਛਣ ਦਾ ਤਾਂ ਹੱਕ ਬਣਦਾ ਹੀ ਆ ਵੀ ਭਾਈ ਇਹ ਕਿਹੜੇ ਮੁੰਡੇ ਦਾ ਮੈਸੇਜ ਆਇਆ ਤੈਨੂੰ ਅਤੇ ਕਿਉਂ ਆਇਆ, ਮੈਨੂੰ ਮੁੰਡੇ ਦਾ ਨਾਮ ਦੱਸ ਦੇ। ਇਹਨੇ ਕੋਈ ਨਾਮ ਨਹੀਂ ਦੱਸਿਆ, ਇੱਥੋਂ ਇਹ ਲੜਨ ਡਏ ਵੀ ਜਿਹਦੇ ਕਰਕੇ ਇਹ ਮਕਾਲ ਵਧੀ, ਅਤੇ ਉਦੋਂ ਬਾਅਦ ਦੇ ਵਿੱਚ ਇਹਨੇ ਥਾਣੇ ਵੀ ਫੜਾ ਦਿੱਤਾ, ਅਤੇ ਮੈਨੂੰ ਘਰੇ ਆਣ ਕੇ ਵੀ ਇਹਨਾਂ ਟੋਰਚਰ ਕਰਦੇ ਮੈਨੂੰ। ਹੁਣ ਬਾਅਦ ਦੇ 'ਚ ਇਹ ਵੀ ਕਹੀ ਗਏ ਨੇ ਤੂੰ ਹੁਣ ਕੁੜੀ ਦੇ ਨਾਂ ਜ਼ਮੀਨ ਲਵਾ, ਮੈਂ ਕਿੱਥੋਂ ਜ਼ਮੀਨ ਲਵਾ ਦਿਆਂ, ਮੇਰੀ ਮਾਂ ਹੈ ਜ਼ਮੀਨ, ਮੇਰਾ ਟਰੈਕਟਰ ਵਿਕ ਗਿਆ, ਮੇਰਾ ਟਰਾਲਾ ਵਿਕ ਗਿਆ, ਮੇਰੀਆਂ ਸਾਰੀਆਂ ਮੱਝਾਂ ਵਿਕ ਗਈਆਂ, ਮੇਰੀਆਂ ਤਵੀਆਂ ਸਾਲ ਸੁਹਾਗ ਸਾਰਾ ਸੰਦ ਮੇਰੇ ਵਿਕ ਗਏ ਨੇ, ਮੈਨੂੰ ਦੱਸੋ ਮੈਂ ਕਿੱਧਰ ਜਾਵਾਂ, ਮੈਂ 35-36 ਲੱਖ ਰੁਪਈਆ ਦੇਣਾ ਲੋਕਾਂ ਦਾ, ਮੈਂ ਕਿੱਥੋਂ ਦਿਆਂਗਾ, ਮੈਂ ਇੱਥੋਂ ਮੈਨੂੰ ਟੋਰਚਰ ਕਰਦੇ ਤੁਹਾਡੇ ਸਾਰੇ ਜੀ ਮਰਵਾ ਦੇਣੇ ਨੇ, ਅਤੇ ਉੱਥੇ ਕੈਨੇਡਾ ਦੇ ਵਿੱਚ ਵੀ ਮੈਨੂੰ ਆਉਂਦੇ ਨੇ, ਅਜੇ ਤੇਰਾ ਮੁੰਡਾ ਵੀ ਮਰਵਾ ਦੇਣ, ਅਸੀਂ ਇਹ ਰੁਪਈਆ ਤੁਸੀਂ ਦੱਸੋ ਵੀ ਕਿੱਥੋਂ ਲੈ ਕੇ ਆਈਏ, ਹੁਣ ਇਹਨਾਂ ਨੂੰ ਕਿੱਥੋਂ ਦਈਏ, ਹੁਣ ਮੇਰੇ ਉੱਥੇ ਦਰਖਾਸਤ ਨਜਾਇਜ਼ ਦਿੱਤੀ, ਅਸੀਂ ਦੋਵੇਂ ਜੀ ਹਾਂ, ਮੈਂ ਬੁੱਢਾ ਬੰਦਾ ਹਾਂ, ਇਹਨੇ ਰੁਪਈਏ ਮੈਂ ਹੁਣ ਜਮਾ ਲਓ ਉੱਥੇ ਜਾਵਾਂਗਾ, ਮੈਂ ਕਿੱਥੋਂ ਲੈ ਕੇ ਆਵਾਂਗਾ, ਤੇਲ ਪਾਣੀ ਦਾ ਵੀ ਖਰਚਾ ਚਾਹੀਦਾ, ਸਾਰਾ ਚਾਹੀਦਾ, ਇਹਨਾਂ ਨੇ ਮੈਨੂੰ ਇੰਨਾ ਟੋਰਚਰ ਕੀਤਾ, ਉਹਨੇ ਤੈਨੂੰ ਮਰਵਾ ਹੀ ਦੇਣਾ, ਹੁਣ ਮੈਨੂੰ ਉੱਥੇ ਵੀ ਕੱਲ੍ਹ ਆਉਂਦੇ ਸੀ, ਆਉਂਦੇ ਸੀ ਜਿੱਦਣ ਤੂੰ ਹੁਣ ਆਵੇਗਾ ਤੈਨੂੰ ਛੱਡਣਾ ਨਹੀਂਗਾ, ਤੁਹਾਨੂੰ ਮਰਵਾ ਦੇਣਾ, ਇੱਥੇ ਵੀ ਮੈਨੂੰ ਮਰਵਾਉਂਦੇ ਅਤੇ ਬਾਹਰ ਕੈਨੇਡਾ ਦੇ ਵਿੱਚ ਵੀ ਮੈਨੂੰ ਮਰਵਾਉਂਦੇ ਨੇ, ਤੁਸੀਂ ਦੱਸੋ ਮੈਂ ਜਾਵਾਂ ਤਾਂ ਹੁਣ ਕਿੱਥੇ ਜਾਵਾਂ, ਜਾਂ ਤਾਂ ਮੈਨੂੰ ਮਾਰਦੇ ਨੇ ਤਾਂ ਹੀ ਹੈ। ਕੌਣ ਕਹਿ ਰਿਹਾ ਤੁਹਾਨੂੰ ਮਾਰਨ ਬਾਰੇ ਗੱਲ, ਤੁਹਾਡੇ ਮੁੰਡੇ ਤੁਹਾਡੇ ਬੱਚੇ ਨੂੰ ਮਾਰਨ ਬਾਰੇ ਗੱਲ ਕੌਣ ਕਹਿ ਰਿਹਾ?
ਇਹ ਜੀ ਇਹ ਦਾਦਾ ਕਹਿ ਰਿਹਾ ਅਤੇ ਜਾਂ ਲੜਕੀ ਦਾ ਪਿਤਾ ਕਹਿ ਰਿਹਾ ਅਤੇ ਜਾਂ ਜਿਹੜਾ ਇੰਦਰਜੀਤ ਸਿੰਘ ਉਹਦਾ ਰਮੀਤ ਸਿੰਘ ਦਾ ਮੇਰੇ ਲੜਕੇ ਦਾ ਸਾਲਾ ਇੱਕ ਉਹ ਕਹਿ ਰਿਹਾ ਇੱਕ ਮਾਮੇ ਦਾ ਮੁੰਡਾ ਇੱਕ ਮਾਮਾ ਇੱਕ ਗੁਰਮੀ ਜਗਮੀਤ ਇਹ ਕਹਿ ਰਹੇ ਨੇ ਸਾਰੇ ਜਿਹੜੇ ਮੈਂ ਲਿਖਾਏ ਨੇ ਨਾ ਵਿੱਚ ਇਹ ਸਾਰੇ ਹੀ ਕਹਿ ਰਹੇ ਨੇ ਇਹ ਸਾਰੇ ਇਕੱਠੇ ਨੇ ਮੈਂ ਇਕੱਲਾ ਹਾਂ ਕੀ ਮਿਲੂਗਾ ਉਹਨਾਂ ਨੂੰ ਉਹ ਤਾਂ ਉਹਨਾਂ ਨੂੰ ਕੁਛ ਮਿਲਣਾ ਨਹੀਂ ਮਾਰ ਕੇ ਉਹਨਾਂ ਨੂੰ ਕੀ ਮਿਲੂਗਾ ਕੋਈ ਫਾਇਦਾ ਮਿਲੂਗਾ ਮਾਰ ਕੇ ਉਹਨਾਂ ਨੇ ਜੋ ਉਹ ਕਹਿ ਰਿਹਾ ਕਿ ਸਾਡਾ ਜੋ ਮਕਸਦ ਸੀ ਅਸੀਂ ਨੌਜਵਾਨ ਨੂੰ ਲੈ ਕੇ ਜਾਣਾ ਸੀ ਮੁੰਡੇ ਨੂੰ ਲੈ ਕੇ ਜਾਣਾ ਸੀ ਲੈ ਕੇ ਗਏ ਹਾਂ ਵਿਦੇਸ਼ ਦੀ ਧਰਤੀ 'ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਉਹ ਮਾਰਨ ਦੀਆਂ ਗੱਲਾਂ ਕਰਦੇ ਆ ਕਿਉਂ ਮਾਰਨਗੇ ਤੁਹਾਨੂੰ ਇਹ ਤਾਂ ਜੀ ਵੇਖੋ ਸਾਨੂੰ ਨਹੀਂ ਸੀ ਪਤਾ ਹੈਗਾ ਇਹਨਾਂ ਨੇ ਕਿਉਂ ਐਫ ਆਰਡਰ ਕੀਤਾ ਸਾਨੂੰ ਤਾਂ ਇੰਨਾ ਹੀ ਪਤਾ ਸਿਰਫ ਇਹ ਵੀ ਸਾਡੇ ਇਹਨਾਂ ਨੇ ਇਕੱਲੀ ਠੱਗੀ ਮਾਰਨੀ ਸੀ ਬਸ ਠੱਗੀ ਇਹਨਾਂ ਮਾਰ ਲਈ ਮੈਂ ਤਾਂ ਇਹ ਕਹਿੰਦਾ ਸੱਚੇ ਪਾਤਸ਼ਾਹ ਏ ਤਾਂ ਕਿਸੇ ਨਾਲ ਨਾ ਹੋਵੇ ਸਾਨੂੰ ਇਹ ਗੱਲਾਂ ਦਾ ਪਤਾ ਹੁੰਦਾ ਅਸੀਂ ਮੁੰਡਾ ਕਦੇ ਨਹੀਂ ਸੀ ਵਿਆਹੁਣਾ ਇਹ 'ਤੇ ਨਾ ਹੀ ਅਸੀਂ ਆਈਲੈਟਸ ਦਾ ਰਿਸ਼ਤਾ ਲੈਣਾ ਸੀ ਸਾਡੇ ਕੋਲ 9-10 ਕਿੱਲੇ ਪਹਿਲੀ ਹੁੰਦੇ ਅਸੀਂ ਕਿਉਂ ਰਿਸ਼ਤਾ ਲੈ ਲਿਆ ਇਹਨਾਂ ਦਾ ਅੱਜ ਅਸੀਂ ਐਡੇ ਦੁਖੀ ਬੈਠੇ ਹਾਂ ਬੇਹਿਸਾਬਾ ਦੋਵੇਂ ਜੀ ਹਾਂ ਅਤੇ ਉਹ ਮੁੰਡਾ ਸਾਡਾ ਬਾਹਰ ਗਿਆ ਹੋਇਆ ਕੁੜੀ ਮੈਂ ਵਿਆਹੀਏ ਅਤੇ ਇੰਨੇ ਦੁਖੀ ਬੈਠੇ ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਉੱਤੋਂ ਮਾਰਨੀਆਂ ਗੱਲਾਂ ਕਰੀ ਜਾਂਦੇ ਨੇ ਉੱਧਰੋਂ ਮੁੰਡੇ ਨੂੰ ਮਰਵਾਉਂਦੀਆਂ ਕਰੀ ਜਾਂਦੇ ਨੇ ਅਸੀਂ ਬਹੁਤ ਦੁਖੀ ਹਾਂ ਸਾਨੂੰ ਸਰਕਾਰ ਕੋਲੋਂ ਕੁਝ ਨਾ ਕੁਝ ਸਰਕਾਰ ਸਾਡੇ ਬਾਰੇ ਸੋਚੇ ਭਾਈ ਇਹਨਾਂ ਨੇ ਇੰਨਾ ਰੁਪਈਆ ਲਾਇਆ ਅਤੇ ਲਾਇਆ ਤਾਂ ਇਹਨਾਂ ਨੂੰ ਕੋਈ ਨਾ ਕੋਈ ਨਿਆਂ ਤਾਂ ਚਾਹੀਦਾ ਹੀ ਨਿਆਂ ਦੇਣ ਦੀ ਬਜਾਏ ਸਾਨੂੰ ਉਲਟਾ ਟੋਰਚਰ ਕਰੀ ਜਾ ਰਹੇ ਨੇ ਯਾਰ ਮੁੰਡਾ ਕਿੱਥੇ ਰਹਿ ਰਿਹਾ ਇਸ ਟਾਈਮ ਤੁਹਾਡਾ ਕੈਨੇਡਾ ਦੇ ਵਿੱਚ ਮੁੰਡਾ ਕਿੱਥੇ ਰਹਿ ਰਿਹਾ ਬਰੈਪਟਨ ਦੇ ਵਿੱਚ ਰਹਿ ਰਿਹਾ ਜੀ ਕੈਨੇਡਾ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਮੁੰਡੇ ਨੂੰ ਗਏ ਨੂੰ ਮੁੰਡੇ ਗਏ ਨੂੰ ਤਾਂ ਇੱਕ ਮਹੀਨਾ ਅਤੇ 2 ਕੁ ਦਿਨ ਹੋਏ ਸੀ ਜਦੋਂ ਫੜਾ ਦਿੱਤਾ ਸੀ ਅਤੇ ਹੁਣ ਮੁੰਡੇ ਨੂੰ 3 ਮਹੀਨੇ ਹੋ ਚੱਲੇ ਨੇ ਬਸ ਕੰਮ 'ਤੇ ਜਾਂਦਾ ਇਸ ਟਾਈਮ ਮੁੰਡਾ ਕੰਮ 'ਤੇ ਲੱਗਿਆ ਹੋਇਆ ਕੰਮ 'ਤੇ ਮੁੰਡਾ ਲੱਗਿਆ ਹੋਇਆ ਜਿਹਦੇ ਵਿੱਚ ਕਿਉਂ ਦੇ 'ਤੇ ਆਪਣੇ ਚਾਰਜ ਲੱਗੇ ਹੋਏ ਨੇ ਵੀ ਜਿਹੜੇ ਤੁਸੀਂ ਇਹ ਚਾਰਜ ਹੁੰਦੇ ਨੇ ਕੋਈ ਹਫ਼ਤੇ ਬਾਅਦ ਜਾਣਾ ਹੁੰਦਾ ਜਾਂ ਮੰਨ ਲਾ ਕੋਰਟ ਦੇ ਵਿੱਚ ਉਹ ਚਾਰਜਰ ਮੁੰਡਾ ਦੱਸਦਾ ਮੇਰੇ 'ਤੇ ਲਾਏ ਗਏ ਨੇ ਅਤੇ ਜਦੋਂ ਬੰਦੇ 'ਤੇ ਚਾਰਜਰ ਲੱਗ ਜਾਂਦੇ ਜਦੋਂ ਛੁੱਟੀ ਵੱਜ ਜਾਂਦੀ ਬਾਅਦ 'ਚ ਕੰਮ ਨਹੀਂ ਮਿਲਦਾ ਉੱਥੇ ਸਾਰਿਆਂ ਨੂੰ ਪਤਾ ਇਹ ਗੱਲ ਦਾ ਵੀ ਜਦੋਂ ਛੁੱਟੀ ਇੱਕ ਦਿਨ ਨਾ ਜਾਓ ਇਹ ਕੋਈ ਇੰਡੀਆ ਨਹੀਂ ਹੈਗਾ ਵੀ ਜਦੋਂ ਜੀ ਕਰਿਆ ਵੀ ਜਾਓ ਨਾ ਜਾਓ ਤੁਹਾਡੇ ਬੱਚੇ ਕਿੰਨੇ ਆ ਸਾਰੇ ਬੱਚੇ ਕਿੰਨੇ ਆ ਮੁੰਡੇ ਕਿੰਨੇ ਆ ਤੁਹਾਡੇ ਕੁੜੀਆਂ ਕਿੰਨੀਆਂ ਇੱਕ ਲੜਕਾ ਅਤੇ ਇੱਕ ਹੀ ਲੜਕੀ ਲੜਕੀ ਮੈਂ ਵਿਆਹੀ ਅਤੇ ਲੜਕਾ ਵੀ ਵੀਜਾ ਅਤੇ ਮੈਂ ਅਸੀਂ ਦੋਵੇਂ ਜੀ ਰਹਿੰਦੇ ਹਾਂ ਅਤੇ ਸਾਨੂੰ ਇਹ ਧਮਕੀਆਂ ਦੇ ਦਿੰਦੇ ਨੇ ਮਾਰਨ ਦੀਆਂ ਸਾਨੂੰ ਤੁਹਾਡੇ ਐਡੀ ਕੀ ਮਜਬੂਰੀ ਸੀ ਤੁਹਾਡੇ ਇੱਕ ਬੱਚਾ ਸੀ ਤੁਸੀਂ ਉਹ ਵੀ ਵਿਦੇਸ਼ ਨੂੰ ਭੇਜਤਾ ਅੱਜ ਵਕਤ ਨੂੰ ਫੜੇ ਹੋ ਕੀ ਐਡੀ ਤੁਹਾਡੀ ਮਜਬੂਰੀ ਸੀ ਤੁਸੀਂ ਕਹਿ ਰਹੇ ਹੋ ਕਿ 10 ਕਿੱਲੇ ਦੇ ਨੇੜ ਤੁਹਾਡੇ ਕੋਲ ਜ਼ਮੀਨ ਵੀ ਆ ਤਾਂ ਤੁਹਾਡਾ ਮੁੰਡਾ ਸੀ ਤੁਹਾਡਾ ਬੱਚਾ ਸੀ ਇੱਥੇ ਵਧੀਆ ਉਹਦੇ ਕੋਲ ਜ਼ਮੀਨ ਸੀ ਕੰਮ ਕਰ ਸਕਦਾ ਸੀ ਚੰਗੇ ਪੈਸੇ ਕਮਾ ਸਕਦਾ ਸੀ ਪਰਿਵਾਰ 'ਚ ਰਹਿ ਸਕਦਾ ਸੀ ਐਡੀ ਕੀ ਤੁਹਾਡੀ ਮਜਬੂਰੀ ਹੋ ਗਈ ਤੁਹਾਨੂੰ ਇਕੱਲਾ ਇਕੱਲਾ ਬੇਟਾ ਵਿਦੇਸ਼ 'ਚ ਭੇਜਣਾ ਪਿਆ ਲੱਖਾਂ ਰੁਪਈਆ ਲਾਉਣੇ ਪਏ ਅੱਜ ਤੁਸੀਂ ਵਕਤ ਨੂੰ ਫੜੇ ਹੋ ਵੇਖੋ ਜੀ ਮੈਂ ਲੜਕੇ ਨੂੰ ਕਹਿੰਦਾ ਸਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰਾ ਲੜਕਾ ਇੱਕੋ ਜਿੱਦ If you write anything on your computer koi kaam kaaj nahi gaega itthe main vel aaya main BA kiti main itthe ki karanga vela reh ke mainu bahar jaan de main bater mere naam rokon de baad jadon mainu eh lagya ke mere ladka na kuch karna pave itthe ohne mainu vi eho gall kahi je tu mainu naam bahar bheja main koi kha ke mar jaanga main keh chalo yaar main la deanga main karjai ho jaanga hor dass main tenu bahar ajj main 34-35 lakh rupiya dena mainu dasso main kitho deanga lokan da jehda inna paya ਬਜ਼ੁਰਗੋ ਤੁਸੀਂ ਹੌਂਸਲਾ ਰੱਖੋ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਕਿ ਸਾਰਾ ਜੋ ਵੀ ਸਿਸਟਮ ਆ ਠੀਕ ਹੋ ਜਾਏ ਅਸਲ ਹਰ ਕੋਈ ਇਨਸਾਨ ਆ ਜਿਹੜਾ ਚੰਗੇ ਵਾਸਤੇ ਕਰਦਾ ਪਰ ਪਰਮਾਤਮਾ ਨੂੰ ਭਾਉਂਦਾ ਹੋਣਾ ਉਹ ਆ ਕਈ ਵਾਰ ਵਕਤ ਇਨਸਾਨ 'ਤੇ ਆ ਜਾਂਦਾ ਚੰਗਾ ਮਾੜਾ ਵਕਤ ਆਉਂਦਾ ਰਹਿੰਦਾ ਅਸੀਂ ਤਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਘਰਦੀ ਨੂੰ ਦੌਰਾ ਪੈ ਗਿਆ ਕਹਿੰਦੇ ਨਹੀਂ ਇਹਨੂੰ ਲੋਧੀਆਣੇ ਲੈ ਕੇ ਗਏ ਇੱਥੋਂ ਘੋੜੀ ਸੇਗਾ ਤੋਂ ਜਵਾਬ ਮਿਲ ਗਿਆ ਇਹਨੂੰ ਮੈਂ ਇਹਨੂੰ ਲੈ ਕੇ ਗਿਆ ਜਿਹੜਾ ਆਉਂਦਾ ਆਣ ਕੇ ਕਿਹਾ ਤੁਹਾਡੇ ਨਾਲ ਬੜਾ ਮਾੜਾ ਕਿਉਂ ਸਾਨੂੰ ਮਾੜਾ ਕਹਿੰਦੇ ਨੇ ਸਾਨੂੰ ਹੌਂਸਲਾ ਤਾਂ ਦੇਣਾ ਚਾਹੀਦਾ ਹੈ ਨਾ ਸਾਰਿਆਂ ਨੂੰ ਹੌਂਸਲਾ ਦੇਣ ਦੀ ਬਜਾਏ ਕਹਿੰਦੇ ਨੇ ਤੁਹਾਡੇ ਨਾਲ ਮਾੜਾ ਹੋ ਗਿਆ ਇਹਨੂੰ ਵੀ ਦੌਰੇ ਪੈਂਦੇ ਮੈਂ ਵੀ ਦਵਾਈ ਖਾਣਾ ਸਾਨੂੰ ਦੱਸੋ ਇਹ ਕਿੱਥੇ ਜਾਈਏ ਹੁਣ ਸਾਡੀ ਨਾ ਕੋਈ ਸੁਣਾਈ ਕਿਸੇ ਪਾਸੇ ਨਹੀਂ ਹੋ ਰਹੀ ਨਾ ਕੋਈ ਇੱਥੇ ਹੋ ਰਹੀ ਉੱਥੇ ਸਾਡੀ ਦਰਖਾਸਤ ਦਿੱਤੀ ਮੈਂ ਹੁਣ ਰੋਜ਼ ਉੱਥੇ ਜਾਵਾਂ ਕਰਾਂਗਾ ਤਾਂ ਕਿੰਨੇ ਬੈਂਡ ਕਿੰਨੇ ਸੀ ਤੁਹਾਡੀ ਕੁੜੀ ਦੇ ਨੌਂ ਦੇ ਬੈਂਡ ਕਿੰਨੇ ਸੀ ਜਿਸ ਜਿਹੜਾ ਤੁਸੀਂ ਰਸਤਾ ਲਿਆ ਸੀਗਾ 6.5 ਬੈਂਡ ਦੱਸਦੇ ਸੀਗੇ 6.5 ਬੈਂਡ ਅਤੇ ਖਰਚਾ ਕਿੰਨਾ ਹੋਇਆ ਜੀ ਟੋਟਲ ਫਿਰ ਟੋਟਲ ਦਾ ਜੀ ਮੈਂ ਹੁਣ ਤਾਂ ਹੀ ਤਾਂ ਮੈਂ 33-34 ਲੱਖ ਰੁਪਈਆ ਲਾ ਚੁੱਕਿਆ ਪਰ 27-28 ਲੱਖ ਰੁਪਈਆ ਮੈਂ ਵਿਆਹ 'ਤੇ ਲਾਏ ਜਿਹੜਾ ਮਗਰੋਂ ਇਹਨਾਂ ਨੇ ਮੇਰੇ ਮੁੰਡੇ ਨੂੰ ਫੜਾ ਕੇ ਅਤੇ ਉੱਧਰ ਵੀ ਮੇਰੇ ਕੋਲ ਹੁਣ ਬੜਾ ਮਜਬੂਰ ਹੋਣਾ ਪਿਆ ਜਿਹੜਾ ਮੈਨੂੰ ਪੈਸੇ ਭੇਜਣੇ ਪਏ ਤੁਸੀਂ ਆਪ ਸਿਆਣੇ ਜੇ ਜਿਹੜੀਆਂ ਜਬਾਨਤਾਂ ਹੁੰਦੇ ਇੰਨਾ ਪੈਸਾ ਤੁਸੀਂ ਲਾਇਆ ਕਿੱਥੋਂ ਤੁਸੀਂ ਦਰਮਿਆਨੇ ਪਰਿਵਾਰ 'ਚੋਂ ਇੰਨਾ ਪੈਸਾ ਕਿੱਥੋਂ ਲਾਇਆ ਤੁਸੀਂ
ਮੈਂ ਜੀ ਵੇਖੋ ਮੈਂ ਨਾਲ ਪਰੂਫ ਲਾਏ ਨੇ, ਕੋਈ ਮੇਰੇ ਆੜਤ ਗਿਣੇ ਦਿੱਤੇ ਨੇ, ਮੇਰੇ ਜਵਾਈ ਨੇ ਮੇਰੇ ਅਕਾਊਂਟ 'ਚ ਵੀ ਪੈਸੇ ਪਾਏ, ਮੇਰੇ ਮੁੰਡੇ ਦੇ ਅਕਾਊਂਟ 'ਚ ਵੀ ਪੈਸੇ ਪਾਏ, 370,000 ਰੁਪਈਆ ਉਹਨੇ ਮੈਨੂੰ ਨਗਦ ਦਿੱਤਾ ਅਤੇ 2,00,000 ਰੁਪਈਆ ਮੈਨੂੰ ਉਹਨੇ ਹੱਥ ਬੜਾਵਾਂ ਦਿੱਤਾ। ਆੜਤੀਏ ਕੋਲੋਂ ਵੀ ਮੈਂ ਜਿਹੜੀ ਪੈਸੇ ਲਏ ਨੇ ਉਹਦੇ ਨੇ ਕੋਈ ਚੱਕਰਾਂ ਹੀ ਲਏ ਨੇ, ਮੇਰੇ ਅਕਾਊਂਟ ਦੇ ਵਿੱਚ ਆਏ ਨੇ, ਕੁਝ ਮੈਂ ਉਹਦੇ ਕੋਲ ਹੱਥ ਦਸਤੀ ਵੀ ਲੈਂਦਾ ਰਿਹਾ ਹਾਂ। ਇੱਕ ਮੈਂ ਟਰੈਕਟਰ ਵੇਚ ਦਿੱਤਾ, ਇੱਕ ਮੈਂ ਟਰਾਲਾ ਵੇਚ ਦਿੱਤਾ, ਮੈਂ ਆਪਦੇ ਸਾਰੇ ਸੰਦ ਤਵੀਆਂ ਮੈਂ ਵੇਚ ਦਿੱਤੀਆਂ ਨੇ, ਕਿਰਾਇਆ ਮੈਂ ਵੇਚ ਦਿੱਤਾ, ਜੰਦਰਾ ਮੈਂ ਵੇਚ ਦਿੱਤਾ। ਮੇਰੇ ਕੋਲ ਕੀ ਰਹਿ ਗਿਆ? 5 ਮੱਝਾਂ ਮੇਰੀਆਂ ਵਿਕ ਗਈਆਂ ਨੇ, ਇੱਕ ਮੱਝ ਮੈਂ ਰੱਖੀ ਮੇਰੀ, ਜਾ ਕੇ ਹੁਣ ਵੇਖ ਲਓ ਖੁਰਲੀ ਵਿਹਲੀ ਹੋਈ ਵੀ ਮੇਰੇ ਪੱਲੇ ਕੁਛ ਨਹੀਂ ਰਹਿ ਗਿਆ, ਅਤੇ ਉੱਤੋਂ ਮੈਨੂੰ ਟੋਰਚਰ ਕਰੀ ਜਾਂਦੇ ਨੇ। ਹੁਣ ਇਸ ਟਾਈਮ 'ਤੇ ਮੈਂ ਸਿਰਫ ਇੱਕ ਮਰਨ ਦੀ ਰਹਿ ਗਈ ਵੀ ਮੈਨੂੰ ਮਾਰ ਦੇਣ ਅਤੇ ਕੰਮ ਨਿਬੜਿਆ ਮੇਰਾ। ਕੀ ਫਾਇਦਾ ਕੀ ਹੋਇਆ? ਵਿਦੇਸ਼ 'ਚ ਮੁੰਡਾ ਭੇਜਿਆ, ਲੱਖਾਂ ਰੁਪਈਏ ਪੱਟੇ, ਬਰਬਾਦੀ ਦੇ ਕੰਢੇ ਆ ਕੇ ਤੁਸੀਂ ਖੜ੍ਹ ਗਏ ਹੋ, ਅੱਜ ਤੁਸੀਂ ਭੁੱਬਾਂ ਮਾਰ ਮਾਰ ਰੋਂਦੇ ਹੋ, ਫਾਇਦਾ ਕੀ ਹੋਇਆ ਤੁਹਾਨੂੰ ਮੁੰਡਾ ਭੇਜਣ ਦਾ? ਅਸੀਂ ਤਾਂ ਕਹਿੰਦੇ ਹਾਂ ਨਾ ਭੇਜੋ, ਜਿਹਨੇ ਭੇਜਣਾ ਜਾਂ ਵੇਖ ਲਓ ਮੇਰੇ ਵਾਲਾ ਹਾਲ ਹੋਣਾ ਜੀ, ਜਿਹੜਾ ਮੇਰੇ ਨਾਲ ਹੁੰਦਾ। ਪਰਿਵਾਰ ਬਹੁਤ ਦੁਖੀ ਆ, ਮਨ ਬਹੁਤ ਦੁਖੀ ਆ ਪਰਿਵਾਰ ਦਾ, ਭੁੱਬਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ, ਬਹੁਤ ਵੱਡੀ ਦੁੱਖਾਂ ਦੀ ਦਾਸਤਾਨ ਆ। ਪਰਿਵਾਰ ਅੱਜ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ, ਮੱਝਾਂ ਵੇਚਤੀਆਂ, ਘਰੇ ਦੁੱਧ ਪੀਣ ਜੋਗਾ ਨਹੀਂ ਰਿਹਾ, ਟਰੈਕਟਰ ਵੇਚਤਾ, ਪੁੱਤਾਂ ਵਰਗਾ ਟਰੈਕਟਰ ਸੀ ਜਿਹਦੇ ਨਾਲ ਜ਼ਮੀਨ ਵਾਹੁਣੀ ਸੀ, ਟਰੈਕਟਰ ਵੇਚਣਾ ਪੈ ਗਿਆ, ਆੜਤੀਆਂ ਤੋਂ ਕਰਜ਼ਾ ਲਿਆ, ਹੋਰ ਭੈਣ ਭਰਾਵਾਂ ਤੋਂ ਕਰਜ਼ਾ ਚੱਕਿਆ, 35-36 ਲੱਖ ਰੁਪਈਆ ਲਾਇਆ, ਇਕੱਲਾ ਇਕੱਲਾ ਪੁੱਤ ਵਿਦੇਸ਼ ਦੀ ਧਰਤੀ 'ਤੇ ਭੇਜਤਾ, ਪੱਲੇ ਕੀ ਪਿਆ? ਪੱਲੇ ਇਸ ਪਰਿਵਾਰ ਦੇ ਰੋਣਾ ਪੈ ਗਿਆ, ਅੱਜ ਰੋ ਰਿਹਾ ਪਰਿਵਾਰ ਭੁੱਬਾਂ ਮਾਰ ਕੇ। ਅੱਜ ਇਸ ਉਸ ਬੱਚੇ ਦੀ, ਉਸ ਹਰਮੀਤ ਸਿੰਘ ਦੀ ਮਾਤਾ ਵੀ ਸਾਡੇ ਨਾਲ ਹੈ, ਮੁਖਤਿਆਰ ਸਿੰਘ ਦੀ ਧਰਮ ਪਤਨੀ, ਅਤੇ ਰਾਜਵੀਰ ਕੌਰ ਜੋ ਨੂੰਹ ਇਹਨਾਂ ਦੀ ਬਣੀ ਸੀ, ਉਸ ਦੀ ਸੱਸ ਵੀ ਸਾਡੇ ਨਾਲ ਆ। ਮਾਤਾ ਜੀ ਨਾਲ ਗੱਲਬਾਤ ਕਰਦੇ। ਮਾਤਾ ਜੀ, ਤੁਹਾਡੀ ਨੂੰਹ ਇੱਥੇ ਰਹੀ ਆ, ਲੰਮਾ ਸਮਾਂ ਰਹੀ ਆ, ਕਿਸ ਤਰ੍ਹਾਂ ਦਾ ਸੁਭਾਅ, ਕਿਸ ਤਰ੍ਹਾਂ ਸੀ ਤੁਹਾਡੀ ਨੂੰਹ ਦਾ, ਰਾਜਵੀਰ ਕੌਰ ਦਾ? ਮੇਰੀ ਨੂੰਹ ਰਾਜਵੀਰ ਕੌਰ ਦਾ ਸੁਭਾਅ ਬਹੁਤ ਚਿੜਚਿੜਾ ਸੀ। ਉਹ ਜੇ ਕੋਈ ਗੱਲ ਮਾੜੀ ਜਿਹੀ ਵੀ ਹੁੰਦੀ ਸੀ ਨਾ, ਅਸੀਂ ਤਾਂ ਉਹਨੂੰ ਕਦੀ ਵੀ ਨਹੀਂ ਸੀ ਆਖਿਆ। ਆਪਾਂ ਤਾਂ ਰੋਟੀ ਪਕਾਉਂਦੇ ਸਾਂ ਤਾਂ ਉਹਨੂੰ ਆਖਦੇ ਸਾਂ ਭਾਈ ਬੇਟਾ ਉੱਠ ਕੇ ਰੋਟੀ ਖਾ ਲਓ, ਸਾਰਾ ਦਿਨ ਪਈ ਰਹਿੰਦੀ ਸੀ। ਜੇ ਉੱਠ ਤੋਂ ਉਹਨੂੰ ਲੈ ਜਾਣਾ ਸੀ ਘੁੰਮਣ ਫਿਰਨ, ਮੰਮੀ ਚੱਲੇ, ਅਸੀਂ ਆਖਣਾ ਚੱਲੇ ਜੋ। ਬਸ ਇਹ ਉਹਦੇ ਮੰਮੀ ਡੈਡੀ ਨੇ ਇੱਕ ਝੂਠ ਹੋਰ ਸਾਡੇ 'ਤੇ ਮਾਰ ਦਿੱਤਾ, ਕਹਿੰਦੇ ਸਾਡੀ ਕੁੜੀ ਨੂੰ ਹੀ ਤੜਕੇ 3 ਵਜੇ ਉਠਾਉਂਦੇ ਜੇ। ਅਸੀਂ ਆਖਿਆ ਅਸੀਂ ਉਹਦੇ ਤੋਂ ਕੀ ਕਰਾਉਂਦੇ, ਤੁਸੀਂ ਅਸੀਂ ਆਉਂਦੇ ਜੇ ਪਾਠ ਕਰ। ਅਤੇ ਅਸੀਂ ਅੱਗੋਂ ਇਹ ਆਖਿਆ ਵੀ ਚਲੋ ਪਾਠ ਤਾਂ ਮਾੜੀ ਚੀਜ਼ ਨਹੀਂ ਹੁੰਦਾ, ਜੇ ਪਾਠ ਕਰਦੀ ਹੈ ਤਾਂ ਚਲੋ ਉਹ ਤਾਂ ਵਧੀਆ ਚੀਜ਼, ਪਰ ਉਹ ਸਾਨੂੰ ਬਹੁਤ ਤੰਗ ਕਰਦੀ ਸੀ। ਮੈਂ ਤਾਂ ਸਾਲ ਹੋ ਗਿਆ ਸੀ ਉਹਦੇ ਨਾਲ ਕਦੀ ਫੋਨ 'ਤੇ ਗੱਲ ਨਹੀਂ ਕੀਤੀ, ਜੇ ਕਿਤੇ ਕਰਦੀ ਤਾਂ ਉਹ ਅੱਗੋਂ ਹੀ ਉਹ ਲਫ਼ਸ ਦਿੰਦੀ ਸੀ, ਮੈਂ ਤੁਹਾਡੇ ਕੋਲੋਂ ਕੀ ਲੈਣਾ, ਮੈਂ ਤੁਹਾਡੇ ਕੋਲੋਂ ਕੀ ਲੈਣਾ। ਕਿੰਨਾ ਟਾਈਮ ਮਾਤਾ ਜੀ ਇੱਥੇ ਰਾਜਵੀਰ ਕੌਰ ਤੁਹਾਡੇ ਕੋਲ ਰਹੀ? ਪਹਿਲਾਂ ਤਾਂ ਵਿਆਹ ਤੋਂ ਬਾਅਦ 10 ਕੁ ਦਿਨ ਹੀ ਰਹੀ ਸੀ, ਅਤੇ ਬਾਅਦ ਦੇ ਵਿੱਚ ਜਦੋਂ ਆਈ ਸੀ ਉਦੋਂ 20-25 ਦਿਨ ਰਹੀ ਸੀ। ਜਦੋਂ 10 ਦਿਨ ਰਹੀ ਆ, ਨੂੰਹ ਤੁਹਾਡੀ ਰਾਜਵੀਰ ਕੌਰ ਤੁਹਾਡੇ ਨਾਲ ਕੰਮ ਕਰਵਾਉਂਦੀ ਰਹੀ ਆ, 20-25 ਦਿਨ ਫਿਰ ਆਈ ਆ ਤੁਹਾਡੇ ਨਾਲ, ਹੱਥ ਚੁੱਲ੍ਹੇ ਚੌਂਕੇ ਦੇ ਵਿੱਚ ਹੱਥ ਵਟਾਉਂਦੀ ਰਹੀ ਆ ਜੀ? ਨਾ ਜੀ, ਉਹਨੇ ਕਦੀ ਨਹੀਂ ਕੁਛ ਕੀਤਾ। ਜੇ ਜੀ ਕਰਦਾ ਸੀ ਤਾਂ ਕਿਸੇ ਨੂੰ ਰੋਟੀ ਧਰ ਕੇ ਥਾਲੀ 'ਚ ਫੜਾ ਦਿੰਦੀ ਸੀ, ਜੀ ਨਹੀਂ ਕਰਦਾ ਤਾਂ ਅੰਦਰ ਪਈ ਰਹਿੰਦੀ ਸੀ। ਜੇ ਆਖਦਾ ਕਿਤੇ ਚਾਹ ਬਣਾ ਦੇ ਤਾਂ ਉਹਨੇ ਆਖਣਾ ਨਹੀਂ ਮੈਨੂੰ ਨੀਂਦਰ ਆਈ, ਮੈਂ ਸੌਂ ਜਾਣਾ, ਮੈਂ ਕੁਛ ਨਹੀਂ ਕਰਨਾ। ਮਾਤਾ ਜੀ, ਜੋ ਅੱਜ ਤੁਸੀਂ ਸੰਤਾਪ ਹੰਢਾ ਰਹੇ ਹੋ, ਦੁੱਖ ਭਰ ਭੋਗ ਰਹੇ ਹੋ, ਅੱਜ ਤੁਸੀਂ ਭੁੱਬਾਂ ਮਾਰ ਕੇ ਰੋ ਰਹੇ ਹੋ, ਲੰਘੇ ਵਕਤ ਨੂੰ ਤੁਸੀਂ ਪਛਤਾ ਰਹੇ ਹੋ, ਵੇਲਾ ਲੰਘਿਆ ਦੁਬਾਰਾ ਹੱਥ ਨਹੀਂ ਆਉਂਦਾ, ਤੁਹਾਨੂੰ ਨਹੀਂ ਲੱਗਿਆ ਕਿ ਪਹਿਲਾਂ ਨਹੀਂ ਤੁਹਾਡੇ ਕੋਈ ਇਸ ਤਰ੍ਹਾਂ ਦੀ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਗੱਲ ਆਈ ਕਿ ਅਸੀਂ ਜਿਸ ਨੂੰਹ ਨੂੰ ਭੇਜ ਰਹੇ ਹਾਂ ਜਿੱਥੇ ਲੱਖਾਂ ਰੁਪਈਆ ਲਾ ਰਹੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਸਕਦਾ? ਨਹੀਂ ਜੀ, ਪਹਿਲਾਂ ਸਾਡੇ ਕੋਈ ਦਿਮਾਗ ਵਿੱਚ ਨਹੀਂ ਆਈ, ਨਾ ਸਾਨੂੰ ਇਹ ਹੈਗਾ ਸੀ ਵੀ ਇਹ ਰਾਜਵੀਰ ਸਾਡੇ ਨਾਲ ਇੰਨਾ ਕੁਛ ਕਰੇਗੀ। ਅਸੀਂ ਉਹਨੂੰ ਬੜਾ ਸਮਝਾ ਕੇ ਵੀ ਘੱਲਿਆ ਸੀ ਵੀ ਬੇਟਾ ਆਏ ਹਾਂ ਅਤੇ ਆਏ ਹਾਂ, ਐਂ ਰਹਿਣਾ ਹੈ, ਐਂ ਕਰਨਾ ਹੈ, ਐਂ ਆਪਾਂ ਉੱਧਰ ਵੀ ਉਹਦੀ ਮਾਸੀ ਦੀ ਧੀ ਸੀ, ਉੱਧਰ ਵੀ ਉਹ ਉੱਧਰ ਬਹੁਤ ਉਹਨਾਂ ਨਾਲ ਲੜੀ, ਉਹਨਾਂ ਨੂੰ ਵੀ ਠਾਣੇ ਠੂਣੇ ਫੜਾਉਣ ਲੱਗੀ ਸੀ ਉਹਨਾਂ ਨੂੰ। ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਵੀ ਮੈਨੂੰ ਇਹ ਰਾਜਵੀਰ ਕੌਰ ਨੇ ਬੰਦੇ ਵੀ ਪਵਾ ਦਿੱਤੇ ਨੇ, ਅਤੇ ਹੁਣ ਮੇਰੇ ਲੜਕੇ ਨੂੰ ਬਹੁਤ ਖਤਰਾ, ਉੱਧਰ ਵੀ ਖਤਰਾ, ਇੱਧਰ ਵੀ ਖਤਰਾ, ਇੱਧਰ ਉਹਨਾਂ ਪਿਓ ਆਖਦਾ ਮੈਂ ਮਾਰ ਦਾਂਗਾ, ਉੱਧਰ ਉਹ ਆਉਂਦੀ ਮੈਂ ਬੰਦੇ ਪਵਾ ਕੇ ਮਾਰ ਦਾਂਗੀ। ਸਾਡੀ ਜਾਨ ਬਹੁਤ ਔਖੀ ਹੋਈ, ਅਸੀਂ ਰਾਤ ਦਿਨ ਬਹੁਤ ਔਖੇ ਹਾਂ, ਰਾਤ ਦਿਨ ਨਹੀਂ ਸੌਂਦੇ ਅਸੀਂ, ਸਾਡਾ ਧਿਆਨ ਮੁੰਡੇ ਵਿੱਚ ਹੀ, ਜੇ ਨਾ ਅਸੀਂ ਇੱਧਰ ਮੰਗਾਉਂਦੇ ਹਾਂ ਅਸੀਂ ਉਹਨੇ ਇੱਧਰ ਇਹਨਾਂ ਮਾਰ ਦੇਣਾ ਅਤੇ ਉੱਧਰੋਂ ਉਹਦੀ ਮੈਂ ਮਾਰ ਦੇਣਾ। ਸਾਡਾ ਮੁੰਡਾ ਬਹੁਤ ਲੁਕ ਛੁਪ ਕੇ ਉੱਥੇ ਰਹਿ ਰਿਹਾ, ਅਤੇ ਕੋਈ ਕੰਮ ਵੀ ਨਹੀਂ ਐਸਾ ਵੀ ਕਰ ਰਿਹਾ ਵੀ ਜਿਹੜਾ ਭਾਈ ਜਿਹੜੀ ਕਮਾਈ ਕਰ ਰਿਹਾ। ਬਸ ਉਹ ਜਿਹੜਾ ਕੋਰਟ ਦਾ ਖਰਚਾ ਉਹ ਵੀ ਨਹੀਂ ਪੂਰਾ ਹੁੰਦਾ ਪਿਆ, ਅਸੀਂ ਇੱਧਰੋਂ ਪੈਸੇ ਘੱਲਦੇ ਰਹੇ ਹਾਂ, ਪਰ ਮਿਹਰਬਾਨੀ ਕਰਕੇ ਸਰਕਾਰ ਸਾਨੂੰ ਕੁਛ ਨਹੀਂ ਸਾਡੀ ਸੁਣ ਰਹੀ। ਅਸੀਂ ਬੜੇ ਚਿਰ ਦੇ ਹਾਲ ਹਾਲ ਕਰਦੇ ਹਾਂ, ਅਸੀਂ ਦਰਖਾਸਤ ਵੀ ਦਿੱਤੀ ਪਰ ਸਾਡੀ ਸੁਣਾਈ ਕੋ ਨਹੀਂ ਹੋਈ। ਮਤਲਬ ਜੀ, ਸਰਕਾਰ ਆਮ ਤੌਰ 'ਤੇ ਕਹਿ ਦਿੰਦੇ ਆ ਕਿ ਜਦੋਂ ਜਾਂ ਨੌਜਵਾਨ ਕਿਸੇ ਵਿਦੇਸ਼ ਦੀ ਧਰਤੀ 'ਤੇ ਜਾ ਕੇ ਫਸ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਕੋਈ ਕਾਰਨ ਬਣਦੇ ਆ, ਸਰਕਾਰ ਕਹਿ ਦਿੰਦੀ ਆ ਕਿ ਸਾਨੂੰ ਕਿਹੜਾ, ਤੁਸੀਂ ਪੁੱਛ ਕੇ ਕੰਮ ਕੀਤੇ ਸੀ, ਤੁਸੀਂ ਕੀਤੇ ਕਿਉਂ ਆ, ਸਰਕਾਰ ਦੇ ਆਮ ਤੌਰ 'ਤੇ ਬਿਆਨ ਆਉਂਦੇ ਆ।
ਹਾਂਜੀ ਸਰਕਾਰ ਦੇ ਤਾਂ ਹੁੰਦੇ ਆ ਪਰ ਫਿਰ ਵੀ ਜੇ ਬੰਦਾ ਭੁੱਲ ਵੀ ਜਾਂਦਾ ਜੇ ਭੁੱਲ ਕੇ ਕਰ ਵੀ ਦਿੱਤਾ ਤਾਂ ਸਾਡੀ ਥੋੜ੍ਹੀ ਬਾਲੀ ਤਾਂ ਸਹਾਇਤਾ ਕਰਨੀ ਚਾਹੀਦੀ ਹੈ ਨਾ ਚਲੋ ਹੁਣ ਕੁੜੀ ਵਾਲੇ ਸਾਨੂੰ ਬਹੁਤ ਟੌਰਚਰ ਕਰ ਰਹੇ ਨੇ ਕੱਲ੍ਹ ਵੀ ਉਹਨਾਂ ਫੋਨ ਸੋ ਯੂਅਰ ਪਲੈਨਿੰਗ ਅ ਨਿਊ ਬਿਜ਼ਨਸ ਨਾਓ ਵਾਟ ਸਟਾਰਟ ਵਿਦ ਮੇਲ ਚਿਮ ਪੈ ਜਾਣਾ ਸੀ ਉਹ ਕਰ ਦੇਣਾ ਸੀ ਮਾਰ ਦੇਣੇ ਆ ਜੀ ਤੇ ਇੱਕ ਵਾਰ ਫਿਰ ਉਸ ਮੁੰਡੇ ਹਰਮੀਤ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਬਜ਼ੁਰਗੋ ਜਦੋਂ ਤੁਸੀਂ ਨੂੰਹ ਨੂੰ ਭੇਜਤਾ ਸੀ ਸਾਰੀ ਗੱਲਬਾਤ ਹੋ ਗਈ ਸੀ ਜਦੋਂ ਤੁਹਾਨੂੰ ਲੱਗਿਆ ਕਿ ਸਾਡੀ ਨੂੰਹ ਇਸ ਤਰ੍ਹਾਂ ਕਰ ਰਹੀ ਹੈ ਤੇ ਫਿਰ ਤੁਸੀਂ ਮੁੰਡਾ ਭੇਜਿਆ ਹੀ ਕਿਉਂ ਵੇਖੋ ਜੀ ਜਦੋਂ ਮਾਸਾ ਨੂੰ ਪਤਾ ਤਾਂ ਲੱਗ ਗਿਆ ਹੀ ਫਸ ਗਏ ਮੁੰਡਾ ਮੇਰਾ ਇਹ ਗੱਲਾਂ ਦਾ ਸੀ ਉਹਨਾਂ ਦਾ ਸੀ ਵੀ ਮੈਨੂੰ ਜਾਣ ਦਿਓ ਸਾਰਾ ਕੁਝ ਸੈੱਟ ਹੋ ਜਾਏਗਾ ਉੱਥੇ ਜਾ ਕੇ ਅਸੀਂ ਬੜਾ ਮੁੰਡੇ ਨੂੰ ਆਖਿਆ ਇਹਨਾਂ ਨੇ ਸਾਨੂੰ ਜਵਾਬ ਇੱਕ ਤਰ੍ਹਾਂ ਦੇ ਦਿੱਤਾ ਸੀ ਅਸੀਂ ਪੇਪਰ ਨਹੀਂ ਪਾਉਣੇ ਅਸੀਂ ਕਿਹਾ ਠੀਕ ਵਿਚੋਲੇ ਨੂੰ ਅਸੀਂ ਕਿਹਾ ਸਾਡਾ ਮੁੰਡਾ ਕਹਿੰਦਾ ਯਾਰ ਮੈਂ ਆਪੇ ਪੇਪਰ ਪਵਾ ਲਵਾਂਗਾ ਵਿਚੋਲੇ ਨੂੰ ਕਹਿ ਕੇ ਚਲੋ ਇਹਨਾਂ ਨੇ ਵੀ ਕਹਿ ਕੇ ਘਰਦਿਆਂ ਨੇ ਪੇਪਰ ਉਹਨੇ ਪਾ ਦਿੱਤੇ ਮੈਂ ਮੁੰਡੇ ਨੂੰ ਕਿਹਾ ਤੈਨੂੰ ਇੱਥੇ ਖਰਾਬ ਨਾ ਕਰਨਾ ਤਾਂ ਨਹੀਂ ਮੈਂ ਆਪੇ ਸਮਝ ਰਿਹਾ ਇਸ ਗੱਲ ਦਾ ਜੇ ਪਤਾ ਹੁੰਦਾ ਤਾਂ ਅਸੀਂ ਨਹੀਂ ਸੀ ਕਨੇਡਾ ਦੇ ਵਿੱਚ ਕਰਾਉਣਾ ਭਾਵੇਂ ਕੁਛ ਵੀ ਹੋ ਜਾਂਦਾ ਯਾਰ ਅੱਜ ਅਸੀਂ ਉੱਥੇ ਸਾਡਾ ਮੁੰਡਾ ਦੁਖੀ ਬੈਠਾ ਇੱਥੇ ਅਸੀਂ ਦੁਖੀ ਬੈਠੇ ਅਸੀਂ ਕਿਉਂ ਘਲਾ ਬੈਠੇ ਅਸੀਂ ਬੜੀ ਵੱਡੀ ਗਲਤੀ ਮੈਂ ਤਾਂ ਇਹ ਗੱਲ ਕਹਾਂਗਾ ਸਾਰੀ ਇੰਡੀਆ ਦੇ ਲੋਕਾਂ ਨੂੰ ਵੀ ਆਈਲਟਸ ਵਾਲੀ ਕੁੜੀ ਦਾ ਰਿਸ਼ਤਾ ਲੈਣ ਤੋਂ ਪਹਿਲਾਂ ਹਜ਼ਾਰ ਵੇਰੀ ਸੋਚਿਆ ਜੇ ਵੀ ਅਸੀਂ ਮੁੰਡਾ ਬਾਹਰ ਘਲਾਉਣ ਲੱਗੇ ਹਾਂ ਕਿ ਮੁੰਡਾ ਬਾਹਰ ਜਾ ਕੇ ਫਸਾਉਣ ਲੱਗੇ ਹਾਂ ਅੱਜ ਅਸੀਂ ਰੋਂਦੇ ਪਏ ਕੱਲ੍ਹ ਨੂੰ ਤੁਸੀਂ ਵੀ ਇਸੇ ਤਰ੍ਹਾਂ ਰੋਵੋਗੇ ਬਿਲਕੁਲ ਜੀ ਪਰਿਵਾਰ ਭੁੱਬ ਮਾਰ ਕੇ ਰੋ ਰਿਹਾ ਪਰਿਵਾਰ ਲੰਘੇ ਵੇਲੇ ਨੂੰ ਪਛਤਾ ਰਿਹਾ ਪਰਿਵਾਰ ਲੱਖਾਂ ਰੁਪਈਆ ਲਾ ਕੇ ਅੱਜ ਪਛਤਾ ਰਿਹਾ ਰੋ ਰਿਹਾ ਬਜ਼ੁਰਗੋ ਵੱਡੇ ਵੱਡੇ ਮਸਲੇ ਸੁਲਝ ਜਾਂਦੇ ਆ ਸਿਆਣੇ ਬੰਦੇ ਸਮਝਦਾਰ ਬੰਦੇ ਸੂਝਵਾਨ ਬੰਦੇ ਵਿੱਚ ਪੈ ਜਾਣ ਤਾਂ ਮਸਲੇ ਵੱਡੇ ਵੱਡੇ ਸੁਲਝ ਜਾਂਦੇ ਆ ਕੀ ਤੁਹਾਡੇ ਵਿੱਚ ਕੋਈ ਸਮਝਦਾਰ ਬੰਦਾ ਸਮਝਦਾਰ ਵਿਅਕਤੀ ਨਹੀਂ ਪਿਆ ਜਿਹੜਾ ਮਸਲੇ ਨੂੰ ਸੁਲਝਾ ਦੇਵੇ ਬੰਦੇ ਵਿੱਚ ਸਾਡੇ ਪਏ ਸੀਗੇ ਉਹ ਕਿਸੇ ਗੱਲ 'ਤੇ ਆਉਂਦੇ ਹੀ ਨਹੀਂ ਗੇ ਕੁਛ ਵੀ ਨਹੀਂ ਸਾਡੀ ਸੁਣਦੇ ਹੀ ਨਹੀਂ ਗੇ ਉਹ ਜੇ ਅਸੀਂ ਉਹਨਾਂ ਨੂੰ ਕਹਿੰਦੇ ਸਾਡੇ ਨਾਲ ਬਹਿ ਕੇ ਇੱਥੇ ਸਾਡੇ ਨਾਲ ਨਿਬੜੋ ਜਿਵੇਂ ਵੀ ਨਿਬੜਨਾ ਜੇ ਬਹਿ ਕੇ ਨਿਬੜੋ ਉਹ ਇਹ ਕਹਿ ਦਿੰਦੇ ਨੇ ਚੱਲ ਅਸੀਂ ਸਵੇਰੇ ਬਹਿ ਕੇ ਨਿਬੜ ਲਵਾਂਗੇ ਜਦੋਂ ਸਵੇਰ ਹੁੰਦਾ ਢੋਕ ਕੇ ਜਵਾਬ ਦਿੰਦੇ ਨੇ ਅਸੀਂ ਕੋਈ ਨਹੀਂ ਨਿਬੜਨਾ ਹੀ ਇਹਨਾਂ ਜੀਆਂ ਨੂੰ ਸਿਰਫ ਮਾਰਨਾ ਹੈ ਨਿਬੜਨ ਵਾਲੀ ਤਾਂ ਗੱਲ ਕਿੱਧਰ ਉਹ ਮਾਰਨ ਵਾਲੀ ਅੱਗੋਂ ਕਰਦੇ ਅਸੀਂ ਤਾਂ ਇਹਨਾਂ ਨੂੰ ਜੀਆਂ ਨੂੰ ਖਤਮ ਹੀ ਕਰ ਦੇਣਾ ਨਿਬੇੜਨ ਵਾਲੀਆਂ ਤੁਸੀਂ ਸਾਡੇ ਨਾਲ ਗੱਲਾਂ ਕਰਦੇ ਜੀ ਸਾਡੇ ਰਿਸ਼ਤੇਦਾਰਾਂ ਨੂੰ ਫੋਨ ਕਰ ਕਰ ਆਖੀ ਜਾਂਦੇ ਨੇ ਅਸੀਂ ਮਾਰਦੇ ਨੇ ਸਾਡੇ ਨਾਲ ਕੋਈ ਨਿਬੜਦੇ ਨਹੀਂ ਕੋਈ ਸਾਡੇ ਨਾਲ ਉਲਟਾ ਉਲਟਾ ਸਾਡਾ ਹੁਣ ਪਰਚਾ ਕਟਾਉਣ ਨੂੰ ਦਾਜ ਦਾ ਫਿਰਦੇ ਨੇ ਮੇਰੇ ਅੰਦਰ ਜਾ ਕੇ ਵੇਖ ਲਓ ਸਮਾਨ ਕਿਹੜਾ ਦਾਜ ਦਾ ਪਿਆ ਹੈ ਕੱਖ ਨਹੀਂ ਜੇ ਮੈਨੂੰ ਇਹਨਾਂ ਨੇ ਦਿੱਤਾ ਮੈਂ ਨਾ ਮੰਗਿਆ ਨਾ ਮੈਂ ਮੰਗਿਆ ਹੀ ਨਹੀਂ ਸੀ ਇਹਨਾਂ ਕੋਲੋਂ ਨਾ ਮੈਂ ਲਿਆ ਹੈ ਮੈਂ ਤਾਂ ਪੈਸੇ ਲਾ ਕੇ ਨੂੰਹ ਬਣਾ ਧੀ ਬਣਾਈ ਸੀ ਨੂੰਹ ਨੂੰ ਬਾਹਰ ਭੇਜਿਆ ਮੈਂ ਇਹਨਾਂ ਕੋਲ ਦਾਜ ਕੀ ਲੈ ਕੇ ਕਰਨਾ ਸੀਗਾ ਮੈਂ ਸਾਰਾ ਖਰਚਾ ਮੈਂ ਕੀਤਾ ਵਿਆਹ ਤੋਂ ਪਹਿਲਾਂ ਜਿਹੜਾ ਕੁਛ ਇਹਨਾਂ ਨੇ ਲਾਇਆ ਲਾਇਆ ਉਹਦੇ ਪਿੱਛੇ ਸਾਰੇ ਪੈਸੇ ਮੈਂ ਲਾਏ ਨੇ ਮੈਂ ਤਾਂ ਹੁਣ ਬੜਾ ਦੁਖੀ ਬੈਠਾ ਹੈ ਮੈਨੂੰ ਤਾਂ ਪਤਾ ਕੋਈ ਨਹੀਂ ਕਦੋਂ ਦੌਰਾ ਪੈ ਜਾਣਾ ਅਤੇ ਮਰ ਜਾਣਾ ਅਸੀਂ ਅਸੀਂ ਤਾਂ ਆਣੇ ਹਾਂ ਭਰਾਵੋ ਕੋਈ ਬਾਹਰ ਨਾ ਭੇਜਿਆ ਜੀ ਅੱਗੇ ਤੋਂ ਲੈ ਕੇ ਜਵਾਕ ਅਸੀਂ ਬੜੇ ਦੁਖੀ ਹੋਏ ਜੀ ਦੋਵੇਂ ਜੀ ਬਜ਼ੁਰਗੋ ਗੱਲ ਤੁਸੀਂ ਇਨਸਾਫ਼ ਦੀ ਕਰਦੇ ਹੋ ਸਰਕਾਰ ਅੱਗੇ ਗੁਹਾਰ ਲਾਉਂਦੇ ਹੋ ਇਨਸਾਫ਼ ਕਿਸ ਤਰ੍ਹਾਂ ਮੰਗਦੇ ਹੋ ਚਾਹੁੰਦੇ ਕੀ ਹੋ ਕੀ ਹੋਣਾ ਚਾਹੀਦਾ ਅਸੀਂ ਤਾਂ ਨੇ ਸਾਡੇ ਨਾਲ ਜਿਵੇਂ ਸਾਡੇ ਰਿਸ਼ਤੇਦਾਰ ਕਹਿੰਦੇ ਨੇ ਨਾ ਅਸੀਂ ਉਵੇਂ ਹੀ ਤਿਆਰ ਹਾਂ ਜਿਵੇਂ ਉਹ ਸਾਡਾ ਰਾਜ਼ੀਨਾਮਾ ਹੋ ਜੇ ਕੁਛ ਵੀ ਹੋ ਜੇ ਅਸੀਂ ਸਾਡੇ ਨਾਲ ਬਹਿ ਕੇ ਤਾਂ ਉਹਨਾਂ ਨੇ ਕਰਨਾ ਚਾਹੀਦਾ ਨਾ ਵੀ ਬਹਿ ਕੇ ਕੋਈ ਇਨਸਾਫ਼ ਸਾਨੂੰ ਦੇਣ ਸਰਕਾਰ ਵੀ ਸਾਡੀ ਸਹਾਇਤਾ ਕਰੇ ਵੀ ਭਾਈ ਇਹਨਾਂ ਨਾਲ ਭਾਈ ਨਿਬੜੋ ਬਹਿ ਕੇ ਉਹ ਉਲਟਾ ਸਾਡਾ ਪਰਚਾ ਕਟਾਉਣ ਨਿਬੜਿਆ ਕਿਵੇਂ ਜਾਊਗਾ ਗੱਲ ਤਾਂ ਉਹੀ ਕਰ ਰਹੇ ਹਾਂ ਨਾ ਕਿ ਨਿਬੜਿਆ ਕਿਵੇਂ ਜਾਊਗਾ ਕੀ ਤੁਸੀਂ ਉਸ ਰਾਜਵੀਰ ਕੌਰ ਨੂੰ ਨੂੰਹ ਨੂੰ ਆਪਣੇ ਘਰ ਵਸਾਉਣਾ ਚਾਹੁੰਦੇ ਹੋ ਕੀ ਤੁਸੀਂ ਤਲਾਕ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਕੀ ਹੋ ਕਿਸ ਤਰ੍ਹਾਂ ਇਨਸਾਫ਼ ਚਾਹੁੰਦੇ ਹੋ ਮੇਰਾ ਲੜਕਾ ਇਹਨਾਂ ਨੇ ਬਾਹਰ ਕਨੇਡਾ ਦੇ ਵਿੱਚ ਫੜਾ ਦਿੱਤਾ ਅਸੀਂ ਨਹੀਂ ਅਸੀਂ ਨਹੀਂ ਤਲਾਕ ਚਾਹੁੰਦੇ ਸਾਨੂੰ ਅਸੀਂ ਕੀ ਤਲਾਕ ਲੈ ਕੇ ਕੀ ਕਰਾਂਗੇ ਸਾਡੇ ਨਾਲ ਪਹਿਲਾਂ ਬਹਿ ਕੇ ਫੈਸਲਾ ਕਰ ਲੈਣ ਜਿਹੜਾ ਕਰਨਾ ਨੇ ਅਸੀਂ ਉਵੇਂ ਫੈਸਲੇ 'ਤੇ ਤਿਆਰ ਪਰ ਤਿਆਰ ਬੈਠੇ ਅਸੀਂ ਤਲਾਕ ਕਿਉਂ ਦਿਆਂਗੇ ਉਹਨੂੰ ਚਲੋ ਉਹ ਬਾਹਰ ਹੁਣ ਇਹਨੇ ਫੜਾਇਆ ਉਹ ਹੁਣ ਇਹਨਾਂ ਦਾ ਤਾਂ ਹੁਣ ਪਤਾ ਮੈਂ ਕੋਈ ਕੀ ਕਹਿ ਸਕਦਾ ਵੀ ਕਿਵੇਂ ਇਹਦੇ ਕੇਸ ਵਾਪਸ ਨਹੀਂ ਹੋਣਾ ਕੇਸ ਵਾਪਸ ਨਹੀਂ ਹੋਣਾ ਕਰੀ ਜਾਂਦੇ ਨੇ ਸਾਡੇ ਨਾਲ ਬਹਿ ਕੇ ਨਿਬੜਨ ਜਿਹੜੀ ਗੱਲ ਹੈ ਇਹ ਨਿਬੜਦੇ ਵੀ ਨਹੀਂ ਗਏ ਪਏ ਸਾਡੇ ਨਾਲ ਉਲਟਾ ਸਾਨੂੰ ਮਾਰਨ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ ਹਰ ਵਾਰੀ ਮਾਰਨ ਦੀਆਂ ਗੱਲਾਂ ਹੀ ਸਾਨੂੰ ਕਰੀ ਜਾਂਦੇ ਨੇ ਮੁੰਡੇ ਦਾ ਫੋਨ ਆਉਂਦਾ ਹੋਊਗਾ ਹਰਮੀਤ ਦਾ ਫੋਨ ਆਉਂਦਾ ਹੋਊ ਹਰਮੀਤ ਕਹਿੰਦਾ ਕੀ ਆ ਕਿਸ ਹਾਲਾਤਾਂ 'ਚ ਰਹਿ ਰਿਹਾ ਹੋ ਉਹ ਆਹਦਾ ਮੈਂ ਤਾਂ ਲੋਕ ਛਿਪ ਕੇ ਦਿਨ ਕੱਟਣਾ ਪਿਆ ਇਹਨਾਂ ਦੇ ਚਾਰ ਚਪੇਰੇ ਇੱਕ ਦਿਨ ਮੇਰੀ ਪੀਜੀ ਦੇ ਬਾਹਰਲੇ ਪਾਸੇ ਮੁੰਡਿਆਂ ਦੇ ਨਾਲ ਆਈ ਹੈ ਗੱਡੀ 'ਤੇ ਅਤੇ ਇਹਨੇ ਮੈਨੂੰ ਨਹੀਂ ਵੇਖਿਆ ਮੈਂ ਦੂਜੀ ਮੰਜ਼ਿਲ 'ਤੇ ਸੌਂਦਾ ਹਾਂ ਮੇਰੇ ਕੋਲ ਦੂਜੀ ਮੰਜ਼ਿਲ ਏ ਮੈਂ ਉਹ ਥੱਲੇ ਦੇਖਿਆ ਜਦੋਂ ਇਹ ਗੱਡੀ ਲੈ ਕੇ ਲੱਗੀ ਜਾਂਦੇ ਸੀ ਮੱਠੇ ਮੱਠੇ ਲੱਗੇ ਜਾਂਦੇ ਸੀ ਬਰਫ਼ ਪਈ ਹੋਈ ਸੀ ਮੈਂ ਦੇਖਿਆ ਜਦੋਂ ਮੈਂ ਕਿਹਾ ਮੈਨੂੰ ਇਹ ਲੱਭ ਰਹੇ ਨੇ ਇਹਨੂੰ ਮੈਨੂੰ ਕਦੋਂ ਵੀ ਮਾਰ ਸਕਦੇ ਨੇ ਉੱਥੇ ਬਾਹਰ ਇਹ ਕਦੋਂ ਵੀ ਮਾਰ ਹੁਣ ਉਹ ਇਸ ਟਾਈਮ 'ਤੇ ਲੁੱਕ ਕੇ ਰਹਿ ਰਿਹਾ ਸਾਡਾ ਮੁੰਡਾ ਉੱਥੇ ਬਾਹਰ ਕਨੇਡਾ ਦੇ ਵਿੱਚ ਜੀ ਤਾਂ ਦਰਸ਼ਕੋ ਇਹ ਸੀ ਹਰਮੀਤ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਔਰ ਮਾਤਾ ਜੀ ਨਾਲ ਗੱਲਬਾਤ ਕੀਤੀ ਆ ਪਰਿਵਾਰ ਬੜਾ ਦੁਖੀ ਆ ਦਰਦ ਭਰੀ ਦਾਸਤਾਨ ਪਰਿਵਾਰ ਬਿਆਨ ਕਰਦਾ ਕਿ ਲੱਖਾਂ ਰੁਪਈਆ ਲਾਇਆ
ਵਿਦੇਸ਼ ਭੇਜਿਆ ਬੇਟਾ, ਵਿਦੇਸ਼ ਭੇਜੀ ਨੂੰਹ। ਅੱਜ ਉਹ ਜਿਹੜੇ ਲੰਘੇ ਵਕਤ ਨੂੰ ਪਛਤਾ ਰਹੇ ਨੇ, ਲੰਘੇ ਵੇਲੇ ਨੂੰ ਪਛਤਾ ਰਹੇ ਨੇ ਕਿ ਇਕੱਲਾ ਇਕੱਲਾ ਬੇਟਾ ਅਸੀਂ ਵਿਦੇਸ਼ਾਂ 'ਚ ਭੇਜਿਆ ਔਰ ਅਸੀਂ ਇੰਨੇ ਪੈਸੇ ਦੇ ਕਰਜ਼ਾਈ ਹੋ ਗਏ, ਸਾਰਾ ਸਮਾਨ ਵੀ ਵੇਚ ਦਿੱਤਾ। ਅੱਜ ਉਹ ਭੁੱਬਾਂ ਮਾਰ ਕੇ ਪਰਿਵਾਰ ਇਨਸਾਫ ਲਈ ਰੋ ਰਿਹਾ। ਦਰਸ਼ਕੋ, ਇਸ ਤੋਂ ਪਹਿਲਾਂ ਤੁਹਾਡੀ ਹਰਮੀਤ ਸਿੰਘ ਦੇ ਫਾਦਰ ਸਾਹਿਬ ਮੁਖਤਿਆਰ ਸਿੰਘ ਨਾਲ ਗੱਲਬਾਤ ਕਰਵਾਈ ਆ। ਸ਼ਾਦੀ ਵਾਲਾ ਪਿੰਡ 'ਚ ਪਹੁੰਚੇ ਸੀ, ਮੋਗਾ ਜ਼ਿਲ੍ਹਾ 'ਚ ਪਿੰਡ। ਪੂਰੀ ਦਰ ਦੇ ਦਾਸਤਾਨ ਮੁਖਤਿਆਰ ਸਿੰਘ ਨੇ ਦੱਸੀ ਆ ਕਿ ਕਿਸ ਤਰ੍ਹਾਂ ਸਾਡੇ ਨਾਲ ਠੱਗੀ ਵੱਜੀ ਆ, ਕਿਸ ਤਰ੍ਹਾਂ ਸਾਡੇ ਤੋਂ ਪੈਸਾ ਜਿਹੜਾ ਲੁੱਟਿਆ ਗਿਆ, ਕਿਸ ਤਰ੍ਹਾਂ ਸਾਡੇ ਤੋਂ ਜਿਹੜਾ ਸੋਹਣਾ ਲੜਕੀ ਪਰਿਵਾਰ ਵਾਲੇ ਲੈ ਕੇ ਗਏ ਆ, ਕਿਸ ਤਰ੍ਹਾਂ ਸਾਡੇ ਜਿਹੜੇ ਲੜਕੇ ਨੂੰ ਵਿਦੇਸ਼ ਦੇ ਵਿੱਚ ਪੁਲਿਸ ਨੂੰ ਫੜਾਇਆ, ਸਾਰੀ ਗੱਲਬਾਤ ਸਾਰੀ ਦਰ ਦੇ ਦਾਸਤਾਨ ਉਹਨਾਂ ਨੇ ਸਾਨੂੰ ਦੱਸੀ ਆ, ਜੋ ਕਿ ਅਸੀਂ ਕੈਮਰੇ 'ਚ ਬੰਦ ਕੀਤੀ ਆ। ਲੜਕੀ ਪਰਿਵਾਰ ਅਤੇ ਲੜਕੇ ਪਰਿਵਾਰ ਵੱਲੋਂ ਵੱਡੇ ਦੋਸ਼ ਲਾਏ ਗਏ ਸਨ ਔਰ ਲੜਕੀ ਪਰਿਵਾਰ ਦਾ ਪੱਖ ਜਾਣਨ ਵਾਸਤੇ ਅਸੀਂ ਉਹਨਾਂ ਕੋਲ ਪਹੁੰਚੇ ਸੀ, ਪਰ ਲੜਕੀ ਪਰਿਵਾਰ ਨੇ ਕੈਮਰੇ ਅੱਗੇ ਆਪਣਾ ਪੱਖ ਰੱਖਣ ਤੋਂ ਮਨ੍ਹਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਕੈਮਰੇ ਅੱਗੇ ਕੋਈ ਵੀ ਗੱਲਬਾਤ ਨਹੀਂ ਕਰਨੀ, ਪਰ ਉਹਨਾਂ ਨੇ ਆਪਣਾ ਪੱਖ ਸਾਨੂੰ ਟੈਲੀਫੋਨ ਰਾਹੀਂ ਦੇ ਦਿੱਤਾ, ਜੋ ਕਿ ਅਸੀਂ ਪੂਰਾ ਰਿਕਾਰਡ ਕੀਤਾ। ਲੜਕੀ ਪਰਿਵਾਰ ਵੱਲੋਂ ਪੂਰੇ ਆਪਣੇ ਪੱਖ ਸਬੂਤ ਦਿੱਤੇ ਗਏ ਆ। ਲੜਕੀ ਪਰਿਵਾਰ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਨਾਲ ਕੋਈ ਠੱਗੀ ਨਹੀਂ ਮਾਰੀ, ਸਾਡੇ ਨਾਲ ਲੜਕੇ ਪਰਿਵਾਰ ਵੱਲੋਂ ਠੱਗੀ ਮਾਰੀ ਗਈ ਆ, ਜੋ ਕਿ ਤੁਹਾਨੂੰ ਜੋ ਗੱਲਬਾਤ ਹੋਈ ਆ, ਤੁਹਾਨੂੰ ਟੈਲੀਫੋਨ ਰਾਹੀਂ ਗੱਲਬਾਤ ਹੋਈ, ਸਾਰੀ ਅਸੀਂ ਸੁਣਾਉਣ ਜਾ ਰਹੇ ਹਾਂ। ਭਰਾ ਜੀ, ਮੈਂ ਤੁਹਾਨੂੰ ਕੀ ਦੱਸਾਂ ਜੀ। ਹਾਂਜੀ, ਹੁਣ ਮੇਰੀ ਗੱਲ ਸੁਣੋ, ਮੇਰੀ ਕੁੜੀ ਦੀ ਮੈਰਿਜ ਹੋਈ ਗਈ। ਠੀਕ ਹੈ ਜੀ। ਹਾਂਜੀ, ਨੀਡ ਅ ਬਿਊਟੀਫੁਲ ਲੋਗੋ ਫॉर ਯੂਰ ਸੀ। ਠੀਕ ਹੈ, ਉਹਦੇ ਦੋ ਰਿਫਿਊਜਲਾਂ, ਪ੍ਰਾਹੁਣੇ ਦਾ ਸਾਰਾ ਕੁਝ ਡਾਕੂਮੈਂਟ ਅਸੀਂ ਤਿਆਰ, ਖੁਦ ਮੈਂ ਆਪ ਖੁਦ ਤਿਆਰ ਕਰਕੇ ਮੈਂ ਜੀ ਸਾਰਾ ਕੁਝ ਨੂੰ ਬਾਹਰ ਭੇਜਿਆ ਜੀ। ਉੱਥੇ ਜਾ ਕੇ ਬਦਲਿਆ ਉਹ ਹੈ ਜੀ, ਸਾਡੇ ਤੇ ਫੀਸਾਂ ਨੀ ਭਰਦੇ ਸੀ ਉਹਦੀਆਂ, ਇੱਕ ਦੋ ਵਾਰ ਅਸੀਂ ਵਿਚੋਲਿਆ ਦੇ ਘਰੇ ਇਕੱਠੇ ਵੀ ਹੋਏ ਸੀ ਜੀ, ਇਧਰੋਂ ਮੈਂ ਤੇ ਮੇਰੀ ਵਾਈਫ ਇਕੱਠੇ ਹੋਏ ਜੀ। ਜੀ ਠੀਕ ਹੈ ਜੀ। ਜੀ ਹੁਣ ਮੈਂ, ਤੁਸੀਂ ਭਰਾ ਜੀ ਮੰਨਣਾ ਨੀ ਕਰਨਾ, ਮੈਂ ਤੇ ਧੀ ਦਾ ਬਾਪ ਹਾਂ। ਠੀਕ ਹੈ, ਮੇਰੇ ਤੇ ਇੰਨਾ ਡਿਪਰੈਸ਼ਨ ਹੈ ਨਾ, ਮੈਂ ਕੀ ਤੁਹਾਨੂੰ ਕੁਝ ਕਹਿ ਨੀ ਸਕਦਾ। ਠੀਕ ਹੈ ਜੀ। ਜੀ ਦੇਖੋ ਤਾਂ ਠੀਕ ਹੈ, ਪਤਾ ਕੀ ਹੈ ਜੀ, ਪਹਿਲਾਂ ਵੀ ਉਹਨਾਂ ਨੇ ਐਲੀਗੇਸ਼ਨ ਸਾਡੇ ਅਖਬਾਰ ਦੇ ਵਿੱਚ ਸਾਡੀ ਧੀ ਦੀ ਇੱਜ਼ਤ ਛਾਣਦੇ ਫਿਰਦੇ, ਤੁਹਾਨੂੰ ਵੀ ਪਤਾ ਜੀ ਧੀਆਂ ਦੇ ਬਾਪ ਰੋਜ਼ ਰੋਜ਼ ਵਿਆਹ ਨਹੀਂ ਹੁੰਦੇ। ਮੈਂ ਉਹੀ ਕਹਿੰਦਾ ਬਾਈ ਜੀ, ਤੁਹਾਡਾ ਮਾਮਲਾ ਥਾਣੇ ਤੱਕ ਪੁੱਜ ਗਿਆ ਹਨਾ, ਉਧਰ ਕੈਨੇਡਾ ਥਾਣੇ ਤੱਕ ਪੁੱਜ ਗਿਆ, ਕੈਨੇਡਾ ਪੁਲਿਸ ਨੇ ਮੁੰਡਾ ਫੜ ਲਿਆ, ਇੱਧਰ ਵੀ ਤੁਹਾਡਾ ਤੁਸੀਂ ਇੱਕ ਦੂਜੇ ਖਿਲਾਫ਼ ਜਿਹੜੀਆਂ ਦਰਖਾਸਤਾਂ ਦੇ ਰਹੇ ਹੋ, ਤਾਂ ਮੈਂ ਉਹੀ ਚਾਹੁੰਦਾ ਕਿ ਤੁਹਾਡਾ ਪੱਖ ਮੈਂ ਉਹੀ ਤੁਹਾਨੂੰ ਮੈਂ ਤੁਹਾਨੂੰ ਉਹੀ ਦੱਸਦਾ ਨਾ, ਅਸੀਂ ਇਹਨਾਂ ਦੇ ਘਰੇ ਪੰਚਾਇਤ ਲੈ ਕੇ ਵੀ ਗਏ ਸੀ। ਠੀਕ ਹੈ ਜੀ, ਇਹਨਾਂ ਨੇ ਸਾਨੂੰ ਫੀਸਾਂ ਤੋਂ ਜਵਾਬ ਦਿੱਤਾ, ਉਲਟਾ ਦਾਜ ਮੰਗਦੇ ਸੀ ਸਾਡੇ ਕੋਲ ਜੀ। ਤੁਸੀਂ ਦਾਜ ਦੀ ਹੈ ਐਪਲੀਕੇਸ਼ਨ ਤੋਂ ਵੀ ਦਿੱਤੀ, ਦਰਖਾਸਤ ਵੀ ਦਿੱਤੀ ਉੱਥੇ ਮੋਸਰ ਸਾਹਿਬ, ਤਾਂ ਉਹ ਜਿਹੜੀ ਦਾਜ ਦੀ ਗੱਲ ਚੱਲਦੀ, ਉਹ ਕਹਿੰਦੇ ਅਸੀਂ ਇੱਥੋਂ ਸਾਰਾ ਪੈਸਾ ਲਾ ਕੇ ਕੁੜੀ ਨੂੰ ਭੇਜਿਆ ਜੀ, ਸਾਰੇ ਪੈਸੇ ਏ ਟੂ ਜ਼ੈਡ। ਇਹ ਜਿਹੜਾ ਪਰਿਵਾਰ ਕਹਿ ਰਿਹਾ ਮੁਖਤਿਆਰ ਸਿੰਘ ਦਾ, ਮੁਖਤਿਆਰ ਸਿੰਘ ਦਾ ਪਰਿਵਾਰ ਬਿਲਕੁਲ ਝੂਠ ਬੋਲਦਾ ਜੀ। ਮੇਰੀ ਗੱਲ ਸੁਣੋ, ਪਹਿਲੀ ਜਿਹੜੀ ਫੀਸ ਭਰੀ ਹੋਈ ਹੈ ਨਾ ਜੀ, ਕੋਈ 4-5 ਲੱਖ ਰੁਪਈਆ, ਉਹ ਵੀ ਮੇਰੀ ਭਰੀ ਹੋਈ ਹੈ ਜੀ। ਠੀਕ ਹੈ ਜੀ, ਮੈਂ ਵਿਆਹ ਦੇ ਵਿੱਚ 12-13 ਤੋਲੇ ਸੋਨਾ ਵੀ ਇਹਨਾਂ ਨੂੰ ਪਾਇਆ ਹੋਇਆ, ਮੈਂ ਤਾਂ ਕਿਉਂਕਿ ਮੇਰੀ ਇੱਕ ਬੱਚੀ ਸੀਗੀ। ਜਿਹੜੀ ਤੁਸੀਂ ਫੀਸ ਦੀ ਗੱਲ ਕਰਦੇ ਹੋ, ਫੀਸ ਦਾ ਵੀ ਉਹ ਕਹਿੰਦੇ ਕਿ ਆਹ ਅਸੀਂ ਚੈੱਕ ਕਾਰਡ ਕਿਤੋਂ ਲਿਆ ਤੇ ਆਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾਏ, ਤੁਹਾਡੇ ਕੋਈ ਸਟੇਟਮੈਂਟ ਦਿਖਾਉਂਦੇ ਜੀ? ਉਹ ਮੈਂ ਝੂਠ ਨਹੀਂ ਮਾਰਦਾ, JIC ਫੀਸ ਇਹਨਾਂ ਨੇ ਜ਼ਰੂਰ ਭਰੀ ਹੈ, ਤੁਹਾਨੂੰ ਵੀ ਪਤਾ JIC ਫੀਸ ਭਰਨੀ ਪੈਂਦੀ ਹੈ ਜੀ। ਠੀਕ ਹੈ ਜੀ, ਜਿਹੜੀ ਪਹਿਲੀ ਫੀਸ ਉਹਦੀ, ਉਹ ਪਹਿਲਾਂ ਸਾਰੀ ਫੀਸ ਨਹੀਂ ਨਾ ਭਰਾਉਂਦੇ ਸੀਗੇ, ਸਾਡੇ ਕੋਲ 4 ਲੱਖ ਰੁਪਇਆ ਪਹਿਲਾਂ $1,700 ਪਹਿਲਾਂ ਭਰਾਉਂਦੇ ਸੀਗੇ, ਉਹ ਮੇਰੀ ਭਰੀ ਹੋਈ ਹੈ। ਠੀਕ ਹੈ ਜੀ, ਤੇ ਮੈਂ ਤਾਂ ਇਹਨਾਂ ਦੀ ਹੈਲਪ ਕੀਤੀ ਆ ਇਹਨਾਂ ਬੰਦਿਆਂ ਦੀ, ਮੈਂ ਕਿਹਾ ਚੱਲ ਮੇਰੀ ਇਕੱਲੀ ਇਕੱਲੀ ਬੱਚੀ ਹੈ। ਠੀਕ ਹੈ ਜੀ, ਤੇ ਮੈਂ ਚੱਲ ਮੈਨੂੰ ਗੁੜੀਆ ਕਹਿੰਦੀ ਮੈਂ ਵਿਆਹ ਕਰਾਉਣਾ, ਠੀਕ ਹੈ, ਮੈਂ ਸਾਰਾ ਕੁਛ ਖਰਚਾ ਪਾਣੀ ਜੋ ਵੀ ਕੀਤਾ ਸਾਰਾ ਕੁਛ ਕੀਤਾ ਜੀ। ਮੈਰਿਜ ਪੱਕੀ ਹੋਈ ਸੀ ਕਿ ਪੇਪਰ ਮੈਰਿਜ ਸੀ? ਨਹੀਂ ਨਹੀਂ ਜੀ, ਪੱਕੀ ਮੈਰਿਜ ਹੋਈ ਹੈ ਜੀ। ਤੇ ਜਿਹੜੀ ਜੇ ਤੁਸੀਂ ਸੋਨੇ ਦੀ ਗੱਲ ਕਰਦੇ ਹੋ, ਜਿਊਲਰੀ ਦੀਆਂ ਜਿਹੜੇ ਬੈਲ ਉਹ ਵੀ ਦਿਖਾ ਰਹੇ ਆ, ਕਿਆ ਅਸੀਂ ਇੰਨਾ ਸੋਨਾ ਖਰੀਦਿਆ ਜੀ? ਇਹਨਾਂ ਨੇ ਤਾਂ ਬਣਾਉਣਾ ਹੀ ਬਣਾਉਣਾ ਜੀ, ਮੇਰੇ ਕੋਲੇ ਆਪਦੇ ਕੋਲੇ ਪਿਆ ਜੀ, ਸਾਰਾ ਕੁਛ ਮੇਰੇ ਕੋਲੇ ਹੈਗੇ। ਉਹ ਸ਼ਾਪਿੰਗ ਕੀਤੀ, ਆਹ ਕੱਪੜੇ ਲਏ, ਆਹ ਅਸੀਂ ਟਿਕਟਾਂ ਲਾਈਆਂ, ਦੁਬਾਰਾ ਫਿਰ ਉਹ ਤਾਂ ਵੇਖੋ ਜੀ, ਜਦੋਂ ਨੂੰਹ ਬਣ ਗਈ ਇਹਨਾਂ ਦੀ, ਠੀਕ ਹੈ ਜੀ, 4 ਮਹੀਨੇ ਇਹਨਾਂ ਦੇ ਘਰੇ ਰਹੀ ਆ। ਤੇ ਪਰ ਜਿਹੜੀ ਤੁਸੀਂ ਕਹਿੰਦੇ ਕਿ ਉਹਨਾਂ ਨੇ ਉਹ ਫੀਸਾਂ ਨੀ ਭਰੀਆਂ, ਉਹ ਦਿਖਾ ਰਹੇ ਆ ਕਿ ਆਹ ਡਾਲਰ ਇੰਨੇ ਅਸੀਂ ਭੇਜਿਆ, $1,000 ਫਿਰ ਬਾਅਦ ਚ ਭੇਜਿਆ ਜੀ। ਉਹਨਾਂ ਨੇ 1 ਸਮੈਸਟਰ ਦੀ ਫੀਸ ਭੇਜੀ ਆ ਜੀ। ਠੀਕ ਹੈ, 2 ਸਾਲ ਦੀ ਪੜ੍ਹਾਈ ਕਰਨੀ ਪੂਰੀ ਹੈ ਜੀ, ਜਿਹਦੇ ਚ ਇੱਕ ਪਹਿਲੀ JIC ਫੀਸ ਹੈ ਤੇ ਇੱਕ ਦੂਜੀ ਆਪਣੀ ਹੈਗੀ ਆ ਦੂਜੇ ਸਮੈਸਟਰ ਦੀ ਫੀਸ, ਉਹ ਪਾਈ ਆ ਉਹਨਾਂ ਨੇ। ਕਿੰਨੇ ਟੋਟਲ ਕਿੰਨੇ ਪੈਸੇ ਉਹਨਾਂ ਨੇ ਲਾਏ ਸੀ? JIC ਭਰੀ ਆ ਤੇ ਔਰ ਬਾਅਦ ਦੇ ਵਿੱਚ ਤੁਸੀਂ ਇੱਕ ਸਮੈਸਟਰ? ਮੈਨੂੰ ਕੁਝ ਯਾਦ ਨੀ, ਕੋਈ JIC ਫੀਸ ਹੋਊਗੀ 5,38,000 ਰੁਪਇਆ ਇਹਨਾਂ ਕੋਲ ਪਾਇਆ ਸੀ ਉਹਨਾਂ ਨੇ।
ਠੀਕ ਹੈ ਜੀ ਜੀ ਤੇ ਉੱਥੇ ਕੁੜੀ ਨੂੰ ਤੁਹਾਨੂੰ ਪਤਾ ਜੀ ਉੱਥੇ $600 ਤੇ $700 ਤਾਂ ਚੱਲਦਾ ਪਿਆ ਕਮਰੇ ਦਾ ਕਿਰਾਇਆ ਚੱਲਦਾ ਪਿਆ ਜੀ ਠੀਕ ਹੈ ਤੇ ਉਹ ਪਹਿਲਾਂ ਉਹਨੂੰ ਕੰਮ ਵੀ ਨੀ ਮਿਲਿਆਗਾ ਜੀ ਠੀਕ ਹੈ ਹੁਣ ਵੀ ਕਿੰਨਾ ਕੁ ਕੰਮ ਹੈਗਾ ਜੀ ਪੜ੍ਹਨ ਵਾਲੇ ਬੱਚੇ ਨੂੰ ਕਿੰਨਾ ਕੁ ਕੰਮ ਕਰਾਉਂਦੇ ਆ ਤੇ ਜਦੋਂ ਕੁੜੀ ਚਲੀ ਗਈ ਆਪਣੀ ਬੇਟੀ ਚਲੀ ਗਈ ਮੁੰਡਾ ਫਿਰ ਬਾਅਦ ਚ ਜਾਂਦਾ ਹਨਾ ਜੀ ਰਿਫਿਊਜ਼ਲਾਂ ਵੀ ਆਏਗਾ ਮੁੰਡਾ ਚਲਾ ਜਾਂਦਾ ਮੁੰਡਾ ਜਾਣ ਤੋਂ ਪਹਿਲਾਂ ਸਭ ਕੁਛ ਠੀਕ ਠਾਕ ਸੀਗਾ ਜੀ ਹਾਂਜੀ ਵਧੀਆ ਠੀਕ ਠਾਕ ਸਾਡੇ ਨਾਲ ਸਾਨੂੰ ਭੇਜ ਹੀ ਨੀ ਦਿੱਤਾ ਜੀ ਇਹਨਾਂ ਨੇ ਉਦੋਂ ਕੋਈ ਦਾਜ ਦਹੇਜ ਦੀ ਗੱਲ ਨੀ ਚੱਲੀ ਵੀ ਦਾਜ ਦਹੇਜ ਲੈਣਾ ਜੀ ਨਹੀਂ ਪਹਿਲਾਂ ਇਹਨਾਂ ਨੇ ਮੰਗਿਆ ਸਾਡੇ ਤੋਂ 2 ਲੱਖ ਰੁਪਇਆ ਜੀ ਸਾਡੀ ਕੁੜੀ ਤੋਂ ਮੰਗਿਆ ਸੀ ਜਦੋਂ ਆਪਣੀ ਗੁੜੀਆ ਗਈ ਹੈ ਜੀ ਅੱਛਾ ਜੀ ਇਹ ਕਹਿੰਦੇ ਸਾਨੂੰ 2 ਲੱਖ ਰੁਪਇਆ ਸਾਡੀ ਗੁੜੀਆ ਨੂੰ ਕਹਿੰਦੇ ਸੀਗੇ ਜੀ 2 ਲੱਖ ਰੁਪਇਆ ਉਹਦੇ ਪਿਓ ਤੋਂ ਲੈ ਕੇ ਦੇ ਦਿੱਤਾ ਤੁਸੀਂ ਫਿਰ ਜੀ ਨਹੀਂ ਦਿੱਤਾ ਜੀ ਕਿਉਂਕਿ ਮੈਂ ਵਿਆਹ ਦੇ ਖਰਚਾ ਕਰ ਚੁੱਕਾ ਸੀ ਮੈਂ ਲਿਮਿਟ ਬਣਾ ਕੇ ਹਿਸਾਬ ਲਾ ਲਓ ਜੀ ਵਿਆਹ ਕੀਤਾ ਕੁੜੀ ਦਾ ਜੀ ਠੀਕ ਹੈ ਤੇ ਇਸ ਇਹਨਾਂ ਬੰਦਿਆਂ ਤੇ 1 ਰੁਪਈਏ ਦਾ ਕਰਜ਼ਾ ਨਹੀਂ ਹੈਗਾ ਗਾ ਅੱਛਾ ਜੀ ਉਹ ਕਹਿ ਰਿਹਾ ਕਿ ਅਸੀਂ ਟਰੈਕਟਰ ਵੇਚਿਆ ਅਸੀਂ ਆੜਤੀਏ ਤੋਂ ਲਿਆ ਸੀ ਉੱਥੋਂ ਲੈ ਕੇ ਹਨਾ ਹਾਂਜੀ ਉਹ ਤਾਂ ਹੁਣ ਐਲੀਗੇਸ਼ਨ ਤਾਂ ਲਾਉਣੇ ਹੀ ਲਾਉਣੇ ਆ ਜੀ ਉਹਨਾਂ ਨੇ ਇਹ ਫਿਰ ਕੀ ਕਾਰਨ ਹੋ ਗਿਆ ਜੀ ਜਦੋਂ ਮੁੰਡਾ ਕੈਨੇਡਾ ਚਲਾ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਕਿਉਂ ਇਹ ਉੱਥੇ ਜਾਂਦਿਆ ਸਾਰ ਹੀ ਪਹਿਲਾਂ ਤਾਂ ਸਾਨੂੰ ਇਹ ਗੱਲ ਕਹਿੰਦਾ ਕਿ ਮੇਰਾ ਕੁੜੀ ਨੇ ਸਵਾਗਤ ਨਹੀਂ ਕੀਤਾ ਉਹ ਸਾਡੇ ਕੋਲ ਫੋਟੋ ਪਈ ਸਾਨੂੰ ਗੁੜੀਆ ਨੇ ਫੋਟੋ ਭੇਜੀ ਇਹਨੂੰ ਗੁਲਦਸਤਾ ਦਿੰਦੇ ਦੀ ਠੀਕ ਹੈ ਫਿਰ ਇਹਨੇ ਜਾ ਕੇ ਉੱਥੇ ਕੋਈ ਸਾਡੇ ਹੈਗੇ ਉੱਥੇ ਜਾ ਕੇ ਆਪਣਾ ਮੰਗਦਾ ਰਿਹਾ ਵਕੀਲਾਂ ਤੋਂ ਨੰਬਰ ਅੱਛਾ ਜੀ ਸਾਡੇ ਆਪਦੇ ਕੋਈ ਨਜ਼ਦੀਕ ਹੀ ਹੈਗੇ ਉਹਨਾਂ ਕੋਲੇ ਗਿਆ ਉਹਨਾਂ ਰਾਹੀਂ ਵਕੀਲ ਨਾਲ ਗੱਲ ਵੀ ਕੀਤੀ ਇਹਦੇ ਪਿਓ ਨੇ ਉਹ ਸਾਨੂੰ ਰਿਸ਼ਤੇਦਾਰ ਦੱਸਦੇ ਆ ਕਿ ਇਹਦੇ ਪਿਓ ਨੇ ਇਹ ਗੱਲ ਕਹੀ ਕਿ ਆਪਾਂ ਰਿਸ਼ਤਾ ਨਹੀਂ ਰੱਖਣਾ ਹੈਗਾ ਠੀਕ ਹੈ ਅਸੀਂ ਇਹਨਾਂ ਦੇ ਘਰੇ ਵੀ ਗਏ ਸੀਗੇ ਠੀਕ ਹੈ ਜੇ ਭਾਜੀ ਮੇਰੀ ਗੱਲ ਸੁਣੋ ਮੈਂ ਇੱਕ ਧੀ ਦਾ ਬਾਪ ਹਾਂ ਜੇ ਮੰਨ ਲਓ ਰਿਸ਼ਤਾ ਹੀ ਨੀ ਇਹਨਾਂ ਨੇ ਇੱਥੋਂ ਜਦੋਂ ਪਹੁੰਚਣ ਸਾਰ ਇੱਥੋਂ ਚੈਲੇਂਜਰ ਵਾਲਿਆਂ ਤੋਂ ਮੋਗੇ ਤੋਂ ਆਪਣਾ ਫਾਇਲ ਲੱਗੀ ਇਹਦੀ ਪਹਿਲਾਂ ਫਰੀਦਕੋਟ ਤੋਂ ਫਾਇਲਾਂ 2 ਵਾਰੀ ਲਾਈਆਂ ਇਹਨੇ ਉੱਥੋਂ ਰਿਫਿਊਜ਼ਲ ਆ ਗਈ ਹੈ ਤੀਜੀ ਵਾਰੀ ਮੈਂ ਖੁਦ ਆਪ ਨਾਲ ਜਾ ਕੇ ਐਫੀਡੇਵਿਟ ਦਿੱਤੇ ਆ ਜੀ ਨਹੀਂ ਆਪਾਂ ਗੱਲ ਕਰਦੇ ਸੀ ਮੁੰਡਾ ਬਾਹਰ ਚਲਾ ਗਿਆ ਹਨਾ ਜੀ ਉੱਥੇ ਜਾ ਫਿਰ ਕਾਰਨ ਕੀ ਹੋਇਆ ਕੁੜੀ ਨੂੰ ਕਿਉਂ ਜਿਹੜੀ ਉਹ ਪੁਲਿਸ ਨੂੰ ਕੰਪਲੇਂਟ ਕਰਨੀ ਪਈ ਕਿਉਂ ਮੁੰਡਾ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ ਕੁੜੀ ਨੇ ਕੰਪਲੇਂਟ ਇਸ ਕਰਕੇ ਹੀ ਕੀਤੀ ਹੈ ਇਹ ਕੁੱਟਣਮਾਰ ਲੱਗ ਪਿਆ ਫਿਰ ਇਹਨੇ ਇਹ ਗੱਲ ਕਹੀ ਕਿ ਮੇਰਾ ਇੱਥੋਂ ਤੱਕ ਹੀ ਪਹੁੰਚਣ ਦਾ ਮਤਲਬ ਸੀਗਾ ਕੈਨੇਡਾ ਪਹੁੰਚਣ ਤੇਰਾ ਰਸਤਾ ਹੋ ਤੇ ਮੇਰਾ ਰਸਤਾ ਹੋ ਅਸਲ ਦੇ ਵਿੱਚ ਕੁੜੀ ਮੁੰਡਾ ਦੋਨੇ ਹੀ ਇਕੱਠੇ ਰਹਿਣਗੇ ਤੇ ਤਾਂ ਹੀ ਚੱਲੂਗੀ ਦੇਖੋ ਤੁਹਾਨੂੰ ਵੀ ਪ੍ਰੋਬਲਮ ਆਊਗੀ ਇਹਦੇ ਵਿੱਚ ਤਾਂ ਮੁੰਡੇ ਪਰਿਵਾਰ ਨੂੰ ਵੀ ਪ੍ਰੋਬਲਮ ਮੁੰਡਾ ਕੁੜੀ ਨਾਲ ਹੈ ਜੇ ਮੰਨ ਲਓ ਕੁੜੀ ਪੱਕੀ ਹੁੰਦੀ ਤਾਂ ਮੁੰਡਾ ਤਾਂ ਹੀ PR ਹੋਊਗਾ ਹਾਂਜੀ ਤੁਹਾਡੀ ਦੋਨਾਂ ਦੀ ਸਮੱਸਿਆ ਬਰਾਬਰ ਹੀ ਆ ਕੋਈ ਇਹੋ ਜਿਹੀ ਗੱਲ ਤਾਂ ਹੈ ਨੀ ਅਸੀਂ ਇਹਨਾਂ ਦੇ ਘਰੇ ਗਏ ਸੀਗੇ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਜੇ ਚਲੋ ਉੱਥੇ ਮੁੰਡਾ ਕੁੜੀ ਬੋਲ ਪੈਣੇ ਆਪਾਂ ਉੱਥੇ ਸਮਝੌਤਾ ਕਰਵਾ ਲਾਂਗੇ ਉਹਨਾਂ ਦਾ ਪਰ ਇਹਨਾਂ ਨੇ ਚੁੱਕ ਕੇ ਸਾਡੇ ਤੇ ਦਰਖਾਸਤਾਂ ਦੇਤੀਆਂ ਜੀ ਸਾਨੂੰ ਤਾਂ ਬੰਦਿਆਂ ਨੇ ਇਹ ਗੱਲ ਕਹੀ ਕਿ ਤੁਸੀਂ ਕੋਈ ਕਿਸੇ ਤੇ ਵਾਅਦਾ ਨੀ ਕਰਨਾ ਹੈਗਾ ਹਾਂਜੀ ਠੀਕ ਹੈ ਤੇ ਇਹਨਾਂ ਨੇ ਚੁੱਕ ਕੇ ਸਾਡੇ ਤੇ ਦਰਖਾਸਤਾਂ ਦੇਤੀਆਂ ਫਿਰ ਸਾਨੂੰ ਵੀ ਮਜਬੂਰ ਨਾ ਦੇਣੀ ਪਈ ਦਰਖਾਸਤ ਉਹ ਕਹਿੰਦੇ ਸਾਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਆ ਸਾਨੂੰ ਧਮਕੀਆਂ ਦਿੰਦੇ ਆ ਮਾਰ ਦਿੰਦੀਆਂ ਮੁੰਡੇ ਨੂੰ ਕਹਿੰਦੇ ਆ ਵੀ ਕੁੜੀ ਵੀ ਕਹਿੰਦੀ ਆ ਮਾਰ ਕਹਿੰਦੇ ਸਾਨੂੰ ਡਰ ਉਹ ਤਾਂ ਹੁਣ ਗੱਲਾਂ ਨੇ ਜੀ ਉਹ ਤਾਂ ਹੁਣ ਮੈਨੂੰ ਡਰ ਤਾਂ ਮੈਨੂੰ ਵੀ ਲੱਗਦਾ ਜੀ ਡਰਿਆ ਤਾਂ ਮੈਂ ਵੀ ਪਿਆ ਜੀ ਮੈਂ ਇੱਕ ਧੀ ਦਾ ਬਾਪ ਹੋ ਕੇ ਮੇਰੀ ਇੱਜ਼ਤ ਨਾਲ ਖੇਡ ਗਏ ਆ ਬੰਦੇ ਉਹ ਕਹਿੰਦੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਇਹਨਾਂ ਦੇ ਮੰਤਰੀ ਤੇ ਹੋਰ ਜਿਹੜੇ ਬੰਦੇ ਜਿਹੜੇ ਚੰਗੇ ਜਿਹੜੀ ਪੈਠ ਰੱਖਣ ਵਾਲੇ ਚੰਗੀ ਜਿਹੜੀ ਜਿਹਨਾਂ ਦਾ ਨਾਮ ਆ ਚੰਗੇ ਲੀਡਰ ਆ ਜਾਂ ਮੰਤਰੀ ਆ ਉਹ ਇਹਨਾਂ ਦੀ ਮਦਦ ਕਰਦੀ ਉਹਨਾਂ ਦੀ ਸਿਹਤ ਸਾਨੂੰ ਖਰਾਬ ਕਰਦੇ ਆ ਜੀ ਕੌਣ ਇਹ ਕਰਦੇ ਦਰਖਾਸਤਾਂ ਉਹਨਾਂ ਨੇ ਦਿੱਤੀਆਂ ਜੀ ਸਾਡੇ ਤੇ ਪਹਿਲਾਂ ਤੇ ਤੰਗ ਪਰੇਸ਼ਾਨ ਅਸੀਂ ਕਰਦੇ ਹਾਂ ਜੀ ਤੁਸੀਂ ਫਿਰ ਹੁਣ ਜਿਹੜੀ ਕੰਪਲੇਂਟ ਪਾਈ ਹੈ ਕੀ ਉਹਦੇ ਚ ਕੀ ਲਿਖਿਆ ਕੀ ਆ ਜੀ ਤੁਸੀਂ ਕਿਹੜਾ ਜੀ ਜਿਹੜੀ ਤੁਸੀਂ ਕੰਪਲੇਂਟ ਪਾਈ ਆ ਮੁਕਤਸਰ ਸਾਹਿਬ ਪਾਈ ਆ ਤੁਸੀਂ ਉਹ ਤਾਂ ਹੁਣ ਕੀ ਅਸੀਂ ਤੁਹਾਨੂੰ ਦੱਸੀਏ ਤੁਹਾਨੂੰ ਪਤਾ ਲੱਗ ਹੀ ਜਾਣਾ ਜੀ ਮੈਂ ਇੱਕ ਧੀ ਦਾ ਬਾਪ ਆ ਮੈਂ ਨਾ ਭਾਜੀ ਮੈਂ ਤੁਹਾਨੂੰ ਜਰੂਰ ਸੱਦਦਾ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਆ ਨਾ ਮੈਨੂੰ ਰਾਤ ਨੂੰ ਸਾਰੀ ਰਾਤ ਨੀਂਦ ਨੀ ਆਉਂਦੀ ਕੱਲੀ ਮੇਰੀ ਧੀ ਸੀ ਠੀਕ ਹੈ ਜੀ ਮੈਂ ਇਹਨੇ ਚਾਵਾਂ ਨਾਲ ਵਿਆਹ ਸ਼ਾਦੀ ਕੀਤੇ ਇਹ ਤਾਂ ਨਾ ਜੀ ਪਿੰਡੋਂ ਬਰਾਤ ਕੋਈ ਬੰਦਾ ਲੈ ਕੇ ਨਹੀਂ ਆਏਗੀ ਸਕੇ ਭਰਾ ਨੀ ਲੈ ਕੇ ਆਏ ਕੋਈ ਚਾਚਾ ਤਾਇਆ ਨੀ ਲੈ ਕੇ ਉਹੀ ਗੱਲ ਕਹਿੰਦੇ ਨਾ ਉਹ ਕਹਿੰਦੇ ਅਸੀਂ ਖਰਚਾ ਨੀ ਕਰਨਾ ਸਾਡਾ ਖਰਚਾ ਸੀ ਸਾਰਾ ਤੇ ਸਾਨੂੰ ਕੁੜੀ ਪਰਿਵਾਰ ਕਹਿੰਦਾ ਸੀ ਵੀ ਵੱਧ ਬਰਾਤ ਲੈ ਕੇ ਆਓ ਵੱਧ ਤੁਸੀਂ ਉਹ ਗਿੱਧੇ ਭੰਗੜੇ ਵਾਲੇ ਲੈ ਕੇ ਆਓ ਕੋਈ ਨੀ ਜੀ ਅਸੀਂ ਦੱਸੋ ਜੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਹਾਡੇ ਵੀ ਬੱਚੀ ਹੈਗੀ ਆ ਤੁਸੀਂ ਖੁਦ ਕਹੋਗੇ ਕਿ ਤੁਸੀਂ ਗਿੱਧੇ ਭੰਗੜੇ ਵਾਲੇ ਲੈ ਕੇ ਆਓ ਜੀ ਠੀਕ ਹੈ ਨਾ ਸਾਨੂੰ ਆਪਾਂ ਨੂੰ ਤਾਂ ਰੋਟੀ ਪਾਣੀ ਤੱਕ ਇਹਨਾਂ ਨੇ ਇਹ ਗੱਲ ਕਹੀ ਸੀ ਸਾਡੀ ਬਰਾਤ ਦਾ ਖਰਚਾ ਵਧੀਆ ਕਰਦਾ ਜੀ ਰੋਟੀ ਪਾਣੀ ਵਧੀਆ ਕਰਦਾ ਜੀ
ਠੀਕ ਹੈ ਜੀ, ਅਸੀਂ ਮੁਕਤੀ ਸਰ ਗੈਸਟ ਹਾਊਸ ਮੁਕਤਸਰ ਪੈਲਸ ਕੀਤਾ ਜੀ, ਸਾਰਾ ਕੁਛ ਪੈਲਸ ਦੇ ਵਿੱਚ ਵਿਆਹ ਸ਼ਾਦੀ ਕੀਤਾ ਜੀ। ਅਸਲ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ? ਅਸੀਂ ਤਾਂ ਇਹੀ ਕਹਿੰਦੇ ਸਾਡਾ ਸੇਵਾ ਕਰਨ ਕੁੜੀ ਅਸੀਂ ਵਿਆਹੀ ਆ, ਇਹ ਸਾਨੂੰ ਜਵਾਬ ਦਿੰਦੇ ਕਹਿੰਦੇ ਸਾਡਾ ਮੁੰਡਾ ਨੀ ਮੰਨਦਾ। ਉਹ ਕਹਿੰਦੇ ਅਸੀਂ ਕੁੜੀ ਰੱਖਣੀ ਚਾਹੁੰਦੇ ਹਾਂ, ਉਹ ਕਹਿੰਦੇ ਤਲਾਕ ਭਾਲਦੇ ਵੀ ਤਲਾਕ ਦਿਓ, ਕੁੜੀ ਤਲਾਕ ਪਾਉਣੀ ਵਿਆਹਣੀ ਆ ਜੀ। ਝੂਠ ਮਾਰਦੇ ਜੀ ਬਿਲਕੁਲ, ਕੌਣ ਕਹੂਗਾ? ਇੱਕ ਮਿੰਟ ਜੀ, ਮੈਂ ਧੀ ਦਾ ਬਾਬਾ, ਮੈਂ ਦੂਜੀ ਥਾਂ ਤੋਰੂੰਗਾ ਕੁੜੀ, ਦੱਸੋ ਪਹਿਲਾਂ ਮੈਨੂੰ। ਉਹ ਕਹਿੰਦੇ ਵੀ ਕੁੜੀ ਨੇ ਫੋਨ ਨੂੰ ਲੌਕ ਲਾਏ ਹੋਏ ਸੀਗੇ, ਵੀ ਮੁੰਡਾ ਕਹਿੰਦਾ ਸੀ ਫੋਨ ਮੈਸੇਜ। ਇਹ ਜਿਹੜੇ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ, ਖੁਦ ਇਹਨਾਂ ਨੇ ਗੱਲਾਂ ਇਹ ਕੀਤੀਆਂ। ਜਦੋਂ ਮੁੰਡਾ ਪਹੁੰਚ ਗਿਆ, ਮੈਂ ਤੁਹਾਨੂੰ ਸਕਰੀਨ ਸ਼ੋਟ ਭੇਜਦਾ, 10 ਨਵੰਬਰ ਨੂੰ ਇੱਥੋਂ ਮੁੰਡਾ ਚੜਿਆ ਜੀ, ਚੈਂਜਰ ਵਾਲਿਆਂ ਤੋਂ ਇਹਨਾਂ ਦੀ ਫਾਈਲ ਲੱਗੀ ਹੈ ਜੀ, ਕੁੜੀ ਦੇ ਬੇਸ ਤੇ ਗਿਆ। ਹਾਂਜੀ ਠੀਕ ਹੈ ਜੀ, ਇਹਨਾਂ ਨੇ 12 ਨਵੰਬਰ ਨੂੰ ਉਹਨਾਂ ਨੂੰ ਕਹਿ ਕੇ ਵੀਡੀਓ ਪਵਾਈ ਆ। ਠੀਕ ਹੈ ਜੀ, 12 ਨਵੰਬਰ ਨੂੰ ਪਾਈ। ਦੱਸੋ ਜਿੱਦਣ ਆਪਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਵੀਜ਼ਾ ਹੁੰਦਾ ਆਪਣਾ, ਆਪਾਂ ਕਹਿੰਦੇ ਨਾ ਆਪਣੀਆਂ ਵੀਡੀਓ ਆਵੇ ਉਦਣ ਆਵੇ। ਇਹਨੇ ਉੱਥੇ ਕੈਨੇਡਾ ਪਹੁੰਚ ਕੇ 12 ਨਵੰਬਰ ਦੀ ਵੀਡੀਓ ਪਾਈ ਹੋਈ ਹੈ। ਵੀਡੀਓ ਕੀ ਪਾਇਆ ਜੀ? ਮੇਰਾ ਵੀਜ਼ਾ ਮਤਲਬ ਚੈਲੇਂਜਰ ਵਾਲਿਆਂ ਨੇ ਲਾਇਆ। ਅੱਛਾ ਜੀ, ਹਾਂਜੀ 10 ਨਵੰਬਰ ਨੂੰ ਗਿਆ ਇੱਥੋਂ, ਮੋਗੇ ਚੜਿਆ ਬੱਸ ਤੇ ਦਿੱਲੀ ਏਅਰਪੋਰਟ ਨੂੰ ਜੀ ਜੀ ਜੀ। ਇਹ ਕਹਿੰਦੇ ਨੇ ਖਰਚਾ ਅਸੀਂ ਕੀਤਾ ਸਰ, ਜਦੋਂ ਨੌ ਬਣ ਗਈ ਜੀ ਇਹਨਾਂ ਦੀ, ਖਰਚਾ ਕਿੰਨਾ ਨੇ ਕਰਨਾ ਸੀ, ਅਸੀਂ ਕਰਨਾ ਸੀ। ਅਸਲ ਤੁਹਾਡੇ ਤੇ ਕੋਈ ਵਿੱਚ ਚੰਗਾ ਪਰਿਵਾਰ ਬੈਠ ਕੇ ਤੁਹਾਡੀ ਗੱਲਬਾਤ ਨੀ ਹੋਈ, ਇਹ ਗੱਲ ਕਹਾਣੀ ਨਿਬੜਦੀ ਨੀ, ਬੈਠ ਕੇ ਸੋਚ ਵੀ ਸਕਦੀ ਹੈ ਜੀ। ਇਹ ਨਾ ਜੀ ਆਪਣਾ ਮੁਖਤਿਆਰ ਸਿੰਘ ਹੈਗੇ ਆ ਕੋਟੀ ਸਿਕਲ, ਉਹਨਾਂ ਕੋਲ ਵੀ ਗਏ ਸੀਗੇ, ਉਹਨਾਂ ਦਾ ਸਾਨੂੰ ਫੋਨ ਆਇਆ ਸੀ ਮੇਰੇ, ਕਿਉਂਕਿ ਮੈਂ ਗੱਲ ਮੈਥੋਂ ਹੁੰਦੀ ਨੀ ਜੀ, ਮੈਂ ਕਿਉਂਕਿ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਅੱਗੇ ਬਾਪੂ ਜੀ ਨਾਲ ਗੱਲ ਹੁੰਦੀ, ਉਹਨਾਂ ਨੇ ਇਹਨਾਂ ਨੇ ਕਿਹਾ ਕਿ ਸਾਡਾ ਨਿਬੇੜ ਦੋ, ਸਾਡਾ ਤੋੜ ਵਿਛੋੜਾ ਕਰਾ ਦਿਓ। ਅੱਛਾ ਜੀ, ਅਸੀਂ ਰਿਸ਼ਤਾ ਨਹੀਂ ਰੱਖਣਾ ਜੀ, ਸਾਡੇ ਤੇ ਬਿਲਕੁਲ ਝੂਠੇ ਐਲੀਗੇਸ਼ਨ ਲਾਉਂਦੇ ਪਏ ਜੀ। ਤੁਸੀਂ ਪੁਲਿਸ ਕੋਲ ਕੰਪਲੇਂਟ ਪਾਈ ਹੈ ਤੇ ਪੁਲਿਸ ਫਿਰ ਕੀ ਕਹਿੰਦੀ ਹੈ ਜੀ, ਹੁਣ ਕੀ ਪ੍ਰੋਸੈਸ ਹੁੰਦੀ ਹੈ? ਹੁਣ ਕੀ ਹੁਣ ਅੱਗੇ ਅਸੀਂ ਦਿਮਾਗ ਕੀ ਕਰ ਸਕਦੇ ਜੀ, ਨਾ ਉਧਰੋਂ ਸੁਣੀਂਦੀ ਨਾ ਕੋਈ ਕਿਹੜੇ ਪਾਸੇ ਨੀ ਸੁਣੀਂਦੀ, ਅਸੀਂ ਇੰਨਾ ਇੰਨਾ ਮੈਂ ਤਾਂ ਦੁਖੀ ਹੋਇਆ ਤਾਂ, ਇੰਨਾ ਮੈਂ ਡਿਪਰੈਸ਼ਨ ਦੇ ਵਿੱਚ, ਮੈਂ ਸਾਰੀ ਸਾਰੀ ਰਾਤ ਨੀ ਸੌਂਦਾ ਜੀ। ਤੁਸੀਂ ਫਿਰ ਮੇਰੀ ਗੱਲ ਸੁਣੋ ਜੀ, ਤੁਸੀਂ ਫਿਰ ਕਿਉਂ ਕੰਪਲੇਂਟ ਪਾਈ? ਚਲੋ ਉਹਨਾਂ ਨੇ ਪਾਤੀ, ਤੁਸੀਂ ਕਹਿੰਦੇ ਕਿ ਉਹ ਰੱਖਣਾ ਨੀ ਚਾਹੁੰਦੇ, ਅਸੀਂ ਕੁੜੀ ਨੂੰ ਉੱਥੇ ਵਸਾਉਣਾ ਚਾਹੁੰਦੇ ਵੀ ਸਾਡੀ ਕੁੜੀ ਉੱਥੇ ਵਸੇ, ਫਿਰ ਤੁਸੀਂ ਕਿਉਂ ਕੰਪਲੇਂਟ ਪਾਈ? ਤੁਸੀਂ ਇਹ ਪੰਚਾਇਤਾਂ ਦੇ ਵਿੱਚ ਵੀ ਨਿਬੇੜ ਸਕਦੇ ਸੀ, ਕਿਸੇ ਮੰਤਰੀ ਸੰਤਰੀ ਜੀ, ਅਸੀਂ ਤਾਂ ਨਿਬੇੜਨ ਪਿੱਛੇ ਗਏ ਸੀਗੇ, ਜਦੋਂ ਸਾਡੀ ਗੱਲ ਹੀ ਨੀ ਮੰਨੇ ਹੋਵੇ ਉਦੋਂ ਗੱਲ ਕਹਿੰਦੇ ਅਸੀਂ ਰਿਸ਼ਤਾ ਨਹੀਂ ਰੱਖਣਾ। ਹੁਣ ਤੁਸੀਂ ਦਾਜ ਦੇ ਦੀ ਜਿਹੜੀ ਦਿੱਤੀ ਹੈ, ਐਪਲੀਕੇਸ਼ਨ ਦਿੱਤੀ ਹੈ, ਦਰਖਾਸਤ ਦਿੱਤੀ ਹੈ, ਜਾਂ ਫਿਰ ਤੁਸੀਂ ਇਹ ਦਿੱਤੀ ਹੈ ਵੀ ਅਸੀਂ ਕੁੜੀ ਉੱਥੇ ਵਸਾਉਣਾ ਚਾਹੁੰਦੇ ਹਾਂ? ਉਹ ਤਾਂ ਹੁਣ ਜੀ ਮੇਰੀ ਗੱਲ ਸੁਣੋ, ਪੁਲਿਸ ਮੰਨ ਲਓ ਪੁਲਿਸ ਨੇ ਕਿ ਮੈਂ ਸੱਦੇਗਾ ਤੇ ਉੱਥੇ ਪਤਾ ਲੱਗ, ਉੱਥੇ ਪਤਾ ਲੱਗੇਗਾ ਜੀ ਕੀ ਕਹਿੰਦੇ। ਤੁਸੀਂ ਦਰਖਾਸਤ ਦੇ ਵਿੱਚ ਇਹੀ ਲਿਖਿਆ ਕਿ ਸਾਡੀ ਕੁੜੀ ਉੱਥੇ ਵਸਣੀ ਚਾਹੀਦੀ ਹੈ, ਜਾਂ ਫਿਰ ਤੁਸੀਂ ਇਹ ਲਿਖਿਆ ਵੀ ਦਾਜ ਦੇ ਹਿਸਾਬ ਤੇ ਤੰਗ ਕਰਦੇ ਹੋ? ਹਾਂਜੀ, ਉਹ ਤਾਂ ਦਾਜ ਦੇ ਹਿਸਾਬ ਤੇ ਤੰਗ ਤਾਂ ਕਰਦੇ ਹੀ ਆ ਸਾਨੂੰ, ਸਾਡੇ ਤੋਂ ਗੱਡੀ ਦੀ ਮੰਗ ਕਰਦੇ ਸੀ ਜੀ। ਤੁਹਾਡੇ ਕੋਲ ਹੈ ਕੋਈ ਹੋਰ ਰਿਕਾਰਡਾਂ ਜਾਂ ਪ੍ਰੂਫ ਜਿਹੜਾ ਵੀ ਤੁਹਾਡੇ ਤੋਂ ਗੱਡੀ ਤੇ ਜਾਂ ਦਾਜ ਦੀ ਮੰਗ ਕਰਦੇ ਜੀ? ਮੈਂ ਤਾਂ ਵੇਖੋ ਜੀ ਮੇਰੀ ਗੱਲ ਸੁਣੋ ਇੱਧਰ, ਸਾਡੇ ਘਰੇ ਆਏ ਸੀਗੇ, ਠੀਕ ਹੈ ਜੀ, ਇੱਥੇ ਆਣ ਕੇ ਦਾਜ ਦੇ ਦੀ ਇਹਨਾਂ ਦਾ ਜੋ ਮੰਗਦੇ ਸੀ ਸਾਡੇ ਤੋਂ, ਠੀਕ ਹੈ, ਪੈਸੇ ਦੀ ਮੰਗ ਵੀ ਕਰਦੇ ਸੀਗੇ ਸਾਰਾ ਕੁਛ। ਤੁਸੀਂ ਇਹ ਹਿਸਾਬ ਲਾ ਲਓ ਜੀ, ਜਦੋਂ ਕੁੜੀ ਉੱਥੇ ਗਈ ਚਲੀ ਹੈ, ਉਦੋਂ ਤੋਂ ਹੀ 2 ਲੱਖ ਰੁਪਇਆ ਪਹਿਲਾਂ ਉਹਨਾਂ ਨੇ ਸਾਡੇ ਤੋਂ ਮੰਗਿਆ, ਇਹ ਵਿਚੋਲਿਆਂ ਨੂੰ ਵੀ ਇਸ ਗੱਲ ਦਾ ਪਤਾ, ਠੀਕ ਹੈ ਜੀ। ਉਹ ਕਹਿੰਦੇ ਜੇ ਦਾਜ ਭੇਜ ਵਾਲੀ ਗੱਲ ਹੁੰਦੀ ਤਾਂ ਪਹਿਲਾਂ ਹੋਣੀ ਸੀ, ਅਸੀਂ ਤਾਂ ਕਹਿੰਦੇ ਫੀਸਾਂ ਖੁਦ ਆਪਦੇ ਕੋਲੋਂ ਦੀ ਆਈ ਸੀ। ਮੈਂ ਤੁਹਾਨੂੰ ਨਹੀਂ ਜੀ, ਇੱਕ ਪਾਸੇ ਤਾਂ ਮੈਂ ਤੁਹਾਨੂੰ ਉਹੀ ਗੱਲਾਂ ਦੱਸ ਦੇਣਾ ਜੀ, ਇੱਕ ਪਾਸੇ ਤਾਂ ਕਹਿੰਦੇ ਅਸੀਂ ਦਾਜ ਦੇ ਲੈਣਾ ਨੀ, ਫਿਰ ਮੈਥੋਂ ਮੁੰਡੀਆਂ ਛਾਪਾਂ ਕਹਿੰਦੇ ਅਸੀਂ ਪਵਾਈਆਂ ਇਹਨਾਂ ਨੇ। ਤੁਸੀਂ ਸੋਨਾ ਵੀ ਵਾਪਸ ਲਿਆ ਜੀ, ਉਹ ਕਹਿੰਦੇ ਸਾਡੇ ਤੋਂ ਸੋਨਾ ਸਾਰਾ ਵਾਪਸ ਲੈ ਗਏ ਇੱਥੋਂ ਚੱਕ। ਕੌਣ ਦਿੰਦਾ ਜੀ, ਕਿਹੜੇ ਕੌਣ ਸਹੁਰੇ ਆ ਮੇਰੀ ਗੱਲ ਸੁਣ, ਕਿਹੜੇ ਸਹੁਰੇ ਆ ਜਿਹੜੇ ਮੇਰੀ ਗੱਲ ਸੁਣ ਦਾ ਸੋਨਾ ਵਾਪਸ ਦੇ ਦੇਗਾ ਕੋਈ ਜੀ? ਤੁਸੀਂ ਦੱਸੋ ਸਾਨੂੰ ਪਹਿਲਾਂ ਜੀ ਜੀ, ਠੀਕ ਹੈ ਜੀ। ਇਹਨਾਂ ਨੇ ਉਹ ਸਾਰਾ ਮੇਰੇ ਸਾਨੂੰ ਵੇਚ ਵੂਚ ਲਿਆ ਜੀ, ਹੁਣ ਸਾਡੇ ਉਹੀ ਗੱਲ ਆ, ਅਸੀਂ ਝੂਠੇ ਐਲੀਗੇਸ਼ਨ ਲਾਉਣ ਡਏ ਆ ਸਾਡੇ ਤੇ। ਮੈਂ ਤੁਹਾਨੂੰ ਦੱਸਦਾ ਜੀ, ਇਹਨਾਂ ਨੇ ਮੁੰਡਾ ਪਹਿਲਾਂ 2 ਸਾਲ ਇੱਕ ਹੋਰ ਕੁੜੀ ਨਾਲ ਮੰਗੀ ਰੱਖਿਆ, ਠੀਕ ਹੈ ਜੀ। ਮੈਂ ਉਹਨਾਂ ਦੇ ਪਿੰਡ ਦਾ ਨਾਂ ਨੀ ਲੈਂਦਾ ਕਿਉਂਕਿ ਮੈਨੂੰ ਪਤਾ ਉਸ ਬਾਰੇ ਵੀ ਪਤਾ, ਉਹ ਕਹਿੰਦੇ ਸਾਡਾ ਉੱਥੇ ਬੈਠ ਕੇ ਨਿਬੜ ਗਿਆ ਸੀ। ਹਾਂਜੀ, ਮੈਂ ਉਹੀ ਤੁਹਾਨੂੰ ਦੱਸਦਾ ਨਾ, ਇਹਨਾਂ ਨੇ ਕੁੜੀ ਦੇ ਬ੍ਰਦਰ ਦੀ ਮੈਰਿਜ ਸੀ, ਠੀਕ ਹੈ ਜੀ, ਉੱਥੇ ਆਪਦੇ ਮੁੰਡੇ ਨੂੰ ਲਿਜਾ ਕੇ ਭਣਵਈਆ ਤੌਰ ਤੇ ਇਹਨਾਂ ਨੇ ਉਹਨਾਂ ਨਾਲ ਆਪਣਾ ਮਿਲਣੀ ਕਰਵਾਈ ਹੈ, ਸਾਫ ਮਸਾਲੇ ਪਵਾਏ, ਕੜਾ ਪਵਾਇਆ ਉਹਨਾਂ ਜੀ। ਫਿਰ ਇਸ ਸਾਡੇ ਜਿਹੜਾ ਪ੍ਰਾਹੁਣਾ ਬਣਿਆ, ਇਸ ਦੀ ਸਿਸਟਰ ਦਾ ਮੈਰਿਜ ਸੀਗੀ, ਠੀਕ ਹੈ ਜੀ।
ਅੱਛਾ ਉਹ ਕੁੜੀ ਵਾਲਿਆਂ ਨੂੰ ਸੱਦਿਆ ਇਹਨਾਂ ਨੇ ਠੀਕ ਹੈ ਜੀ ਤੇ ਉਹ ਕੁੜੀ ਵਾਲੇ ਕੁੜੀ ਲੈ ਕੇ ਨੀ ਆਏ ਗੇ ਠੀਕ ਹੈ ਕੁੜੀ ਲੈ ਕੇ ਨੀ ਆਏ ਤੇ ਇਹਨਾਂ ਨੇ ਪੈਲਸ ਦੇ ਵਿਚ ਨੀ ਵੜਨ ਦਿੱਤਾ ਉਹਨਾਂ ਨੇ ਸਾਨੂੰ ਦੱਸੀ ਗੱਲ ਪੈਲਸ ਦੇ ਵਿਚ ਨੀ ਕਹਿੰਦੇ ਜਿੰਨਾ ਚਿਰ ਸਾਡੀ ਧੀ ਨੀ ਆਉਂਦੀ ਉਨਾ ਚਿਰ ਤੁਹਾਡਾ ਪੈਲਸ ਦੇ ਵਿਚ ਕੋਈ ਕੰਮ ਨੀ ਗਾ ਉਹ ਕਹਿੰਦੇ ਫੇਰ ਅਸੀਂ ਤਿਆਰ ਕਰਾ ਕੇ ਉਹ ਕੁੜੀ ਲੈ ਕੇ ਆਏ ਆ ਜੀ ਜੀ ਬੱਚੀ ਦਾ ਵਿਆਹ ਸੀ ਇਸੇ ਕਰਕੇ ਠੀਕ ਹੈ ਜੀ ਘਰ ਵਸਾਵੇ ਦੂਰੀ ਦੂਰੀ ਯਾਰ ਕੌਣ ਕਿਹੜਾ ਘਰ ਵਸਦਾ ਮੰਨ ਲਓ ਕੁੜੀ ਨੂੰ ਰੱਖਦੇ ਆ ਮੁੰਡਾ ਰੱਖਦਾ ਹਨਾ ਚਲੋ ਫਿਰ ਵੀ ਉਹਦੀ ਪਤੀ ਪਤਨੀ ਵਿਆਹੇ ਆ ਜੀਵਨ ਸਿਆਣੇ ਬੰਦੇ ਜਿਵੇਂ ਸਿਆਣੇ ਬੰਦੇ ਚੜ੍ਹਨਗੇ ਜੀ ਉਵੇਂ ਆਪਾਂ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਲੇਟੈਸਟ ਨਿਊਜ਼ ਸਭ ਤੋਂ